ਤੇਰੇ ਲਈ ਸਾਜਾ ਤੋਂ ਨਜ਼ਾਰਾ ਵੇ ਤੇਰੀ ਦੀ ਉਮਰ ਰੱਬਾ ਲਾ ਦੇ ਮੇਰੇ ਯਾਰਾਂ ਨੂੰ ਤੇਰੀ ਦੀ ਉਮਰ ਰੱਬਾ ਲਾ ਦੇ ਮੇਰੇ ਯਾਰਾਂ ਨੂੰ ਵੱਡੀ ਸਪੋਟ ਆ ਭਰਾਵਾਂ ਦੀ ਬਾਰੇ ਤਾਰੀ ਰਾਜ ਦੀ ਕਰਨ ਦਾ ਹਰਮਨ ਸਿੱਧੂ ਬਾਬਾ ਧੰਨਵਾਦ ਜੀ ਹਰਮਨ ਸਿੱਧੂ ਥੈਂਕ ਯੂ ਬਾਈ ਬਹੁਤ ਧੰਨਵਾਦ ਹਰਮਨ ਸਿੱਧੂ ਜੀਸ਼ਨ ਖਾਨ ਸ਼ੁਕਰੀਆ ਵੀਰੇ ਜੀਸ਼ਨ ਖਾਨ ਧੰਨਵਾਦ ਮਨੀ ਦਲੇ ਨੀਲ ਚੌਧਰੀ ਸੁੱਖ ਸਿੱਖੋਂ ਕਾਕਾ ਕੌਂਕ ਵਾਲਾ ਬਾਈ ਲਾਈਵ ਤੇ ਅੱਗੇ ਬਹੁਤ ਧੰਨਵਾਦ ਸੁੱਖ ਸਿੱਖੋਂ ਸੁੱਖਾ ਦਾਖੇ ਵਾਲਾ ਲਾਈਵ ਉਧਰ ਦਾਰੂਦਰ ਗੋਪੀ ਨਿਰਭਰਾ ਤਾਰੀ ਜਗਰਾਓ ਔਰ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਹਨੀ ਕੋਕਰੀ ਔਰ ਬਿੰਦੂ ਕੋਕਰੀ ਬੜਾ ਪਿਆਰ ਹੈ ਵੀਰ ਮੈਂ ਬਹੁਤ ਵੱਡੀ ਸਾਦਗੀ ਹੈ ਨਾ ਵੀ ਚੱਲ ਪਿਆ ਮੈਂ ਰਜੇਸ਼ ਬਜ਼ਾਰਨੀਆ ਵਧੀਆ ਰਜੇਸ਼ ਥੈਂਕ ਯੂ ਵੀਰੇ ਸੰਘਾ ਮਠਾੜੂ ਹਰਮਨ ਸਿੱਧੂ ਬਹੁਤ ਧੰਨਵਾਦ ਗੁਰਵੀਰ ਬਾਠ ਥੈਂਕ ਯੂ ਗੁਰਵੀਰ ਚੱਲ ਪਿਆ ਬਾਈ ਬਾਬਾ ਪ੍ਰਿੰਗਰੀ ਵਾਲ ਗੋਪੀ ਸਹਿਜ ਜਦੋਂ ਸਤਿਕਾਰ ਹੈ ਗੱਲ ਤੇ ਸਾਰੀ ਕਦੇ ਪਿਆਰ ਦੀ ਹੁੰਦੀ ਹੈ ਅਮਨ ਬਾਠ ਗੋਪੀ ਸਹਿਜ ਬਾਬਾ ਧੰਨਵਾਦ ਜੀ ਗੋਪੀ ਬਾਈ ਬਾਬਾ ਪ੍ਰਿੰਗਰੀ ਵਾਲਾ ਸ਼ੇਅਰ ਕਰਿਓ ਬਾਬਾ ਹੈਲੋ ਪ੍ਰਿੰਗਰੀ ਵਾਲਾ ਮੈਂ ਵੀ ਬਹੁਤ ਵਧੀਆ ਮੈਚ ਜਿਹੜਾ ਉਹ ਖੇਡਿਆ ਜਾ ਰਿਹਾ ਸ਼ੁਰੂ ਹੋ ਚੁੱਕਿਆ ਮੈਚ ਉਧਰਲੇ ਪਾਸੇ ਉਸ ਤੋਂ ਬਾਅਦ ਇੱਕ ਫਾਈਨਲ ਮੈਚ ਜਿਹੜਾ ਆਪਣੇ ਕੋਲ ਬਾਕੀ ਰਹਿ ਜਾਣਾ ਔਰ ਗੱਲਾਂ ਹੋਣਗੀਆਂ ਸਟੇਜ ਵਾਲੇ ਪਾਸੇ ਸਰਕਾਰੀ ਪਿੰਡਾਂ ਕਹਿੰਦੇ ਜਿਵੇਂ ਫਾਜ਼ਿਲਕਾ ਦਾ ਸੈਂਟਰ ਜਿੱਥੇ ਰਾਜਾ ਲਾ ਕਹਿੰਦੇ ਵੇਖੂ ਖੇਡਦਾ ਤੇ ਪੇੜੇ ਰਹਿਣ ਵਾਲੇ ਨੂੰ ਭਾਊ ਭਾਊ ਕਹਿ ਕੇ ਰਾਜ ਤੇ ਮਾਰ ਰਹੇ ਆ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਬੜਾ ਜ਼ੋਰ ਲਾਈ ਆਉਂਦੇ ਆ ਤੇ ਨਾਲ ਸੌਖੇ ਬਿਜੋ ਯਾਰ ਖੱਟਣੇ ਜਹਾਨ ਤੇ ਲਾਉਣੇ ਪੈਂਦੇ ਆ ਪਿਆਦੇ ਪੀਪਾ ਚੰਬ ਜਾਂਦੇ ਤੇ ਭੁਗਤਣੇ ਪੈਂਦੇ ਪਰਚੇ ਦੇ ਖਰਚੇ ਫੇਰ ਜਾ ਕੇ ਮਹਿਫਲਾਂ ਚ ਹੋਟੇ ਚਰਚੇ ਤੇ ਖੜਦੀ ਨੀ ਮੁੱਠ ਬਈ ਖੜਾਉਣੀ ਪੈਂਦੀ ਆ ਖੇਡ ਮੈਦਾਨ ਦੇ ਵਿੱਚ ਇਹ ਜੱਜ ਬੋਲੀ ਵਾਲੀ ਆ ਦਵਿੰਦਰ ਬਰਾੜ ਮਾਨ ਕਰਦਾ ਇੰਨੀ ਗੱਡੀ ਕਹਿੰਦੇ ਜੱਜ ਨੂੰ ਮਿਲੀ ਹੈ ਆਓ ਸਾਹਮਣੇ ਇਤਿਹਾਸ ਦੇ ਵਿੱਚ ਗੱਲਾਂ ਵੱਡੀਆਂ ਬੋਲੀ ਵਾਲੀ ਜੱਜ ਦੇ ਕਹਿੰਦੇ ਵੱਡੇ ਮਾਣ ਹੋਏ ਹੈ ਸ੍ਰੀ ਮੁਕਤਸਰ ਜ਼ਿਲ੍ਹਾ ਮੁੰਡੇ ਦਾ ਬੋਧੀ ਵਾਲਾ ਪਿੰਡ ਹੈ ਉਹ ਗੱਲਾਂ ਕਹਿੰਦੇ ਹੁੰਦੀਆਂ ਔਰ ਉਧਰ ਵੀ ਮੁੰਡਾ ਫਿਰੋਜ਼ਪੁਰੀ ਹੈ ਉਹ ਮੁੰਡਾ ਫਿਰੋਜ਼ਪੁਰੀ ਆ ਖੇਡ ਮੈਦਾਨ ਦੇ ਵਿੱਚ ਆ ਚੰਦ ਵਾਜੇ ਵਾਲਾ ਇਹਦਾ ਫਰੀਦਕੋਟ ਜ਼ਿਲ੍ਹਾ ਹੈ ਰਾਜਾ ਮਹਾਰਾਜਾ ਦੀ ਧਰਤੀ ਦੁਨੀਆਂ ਦੇ ਵੱਡੇ ਵੱਡੇ ਖਿਡਾਰੀ ਕਹਿੰਦੇ ਜ਼ਿਲ੍ਹੇ ਫਰੀਦਕੋਟ ਨੇ ਪੈਦਾ ਕੀਤੇ ਹੈ ਪਰ ਬਾਲ ਫੌਲ ਹੈ ਤੇ ਸਫਲਤਾ ਖੇਡ ਮੈਦਾਨ ਦੇ ਵਿੱਚ ਮੁਕਤਸਰੀਆਂ ਦੇ ਕਦੇ ਖਾਤੇ ਜੁੜ ਗਈ ਹੈ
ਬਹੁਤ ਹੀ ਤਕੜਾ ਮੈਚ ਖੇਡਿਆ ਜਾ ਰਿਹਾ ਹੈ। ਮੰਨੋ ਟੀਮਾਂ ਕਹਿੰਦੇ ਬੜੀਆਂ ਮੰਨੀਆਂ ਪਰਵੰਨੀਆਂ ਟੀਮਾਂ ਟੱਕਰ ਸਿਰੇ ਦੀ ਹੈ। ਆਹ ਬੰਦਾ ਮੁਕਸਰੀਆ ਭਾਉ ਭਾਉ ਕਹਿੰਦੀਆਂ ਦੁਨੀਆਂ, ਆਓ ਕਹਿੰਦੇ ਮੁਕਸਰੀਆ ਭਾਉ ਤਿਆਰ ਤਿਆਰ ਹੈ ਸਰਵੇ ਕਰਨ ਦੇ ਲਈ। ਆ ਗਿਆ ਭਾਉ ਜਾਂ ਬਾਲ ਮਾਰੂ ਤੇ ਜਾਂ ਖਾਓ, ਆਓ ਆ ਗਿਆ ਭਾਉ। ਇਹ ਹੈ ਭਾਉ ਖੇਡ ਮੈਦਾਨ ਦੇ ਵਿੱਚ। ਉਧਰ ਸੁਖਵਿੰਦਰ ਗਿਆਨੀ ਵੀ ਕਹਿੰਦੇ ਅੱਜ ਐਨ ਬੋਟ ਵਾਲੀ ਜੀਪ ਵਾਂਗੂ ਭੱਜੇ ਹੀ ਫਿਰਦਾ। ਰਵੀ ਹੰਦੇ ਬਈ ਇਹਦੇ ਵੀ ਮਾਣ ਵੱਡੇ ਆਪਾਂ ਜ਼ਰੂਰ ਕਰਦੇ ਹਾਂ, ਬੜੀ ਸੇਵਾ ਕਰਦੇ ਹਾਂ ਤੜਕੇ ਤੋਂ ਲੈ ਕੇ। ਇਹ ਸੇਵਾ ਵੀ ਕਿਸੇ ਕਰਮ ਵਾਲੇ ਭਾਗ ਵਾਲੇ ਨੂੰ ਨਸੀਬ ਹੁੰਦੀ ਹੈ। ਗਿਆਰਾਂ ਤੋਲਿਆਂ ਦੀ ਚਾਂਦੀ ਦੀ ਚੈਨ ਪਾਈ ਹੈ ਬਾਬੇ ਨੂੰ, ਜਲਾਲ ਵਾਲਿਆਂ ਨੇ ਵੱਡਾ ਮਾਣ ਕੀਤਾ। ਗੱਲ ਮਾਣ ਪਿਆਰ ਦੀ ਹੈ, ਆਓ ਵਧਾਈਆਂ ਵਾਲਾ ਕਹਿੰਦੇ ਜੰਪ ਲੈ ਲੈ ਬਾਨਾ ਮਾਰਦਾ ਹੈ। ਆਓ ਸਾਹਮਣੇ ਮੈਚ ਕਹਿੰਦੇ ਚੋਟੀ ਦਾ ਗੋਪੀ ਸ਼ੇਰਪੁਰਾ ਤੇ ਨਾਲ ਕਾਰੀ ਜਗਰਾਓ, ਇਹ ਵੀ ਭਰਾ ਸਾਡੇ ਦੋਨੇ ਤਰ ਤੇ ਆਏ ਮੈਚਾਂ ਨੂੰ ਵੇਖਣ ਦੇ ਲਈ। ਲਓ ਕੰਕਰ ਕਹਿੰਦੇ ਬੰਦੀ ਹੈ, ਬੰਗੀ ਵਾਲਾ ਕਹਿੰਦੇ ਗੋਪੀ ਖੇਡਦਾ ਅੱਜ, ਕਹਿੰਦੇ ਕੰਗੂ ਕਲੱਬ ਧੱਕਿਆਂ ਵਾਲੀ ਟੀਮ ਦੇ ਲਈ, ਔਰ ਨਾਲ ਮੈਂ ਕੰਕਰਾਂ ਦੀ ਖਿਡਾਰੀ ਬਣ ਗਿਆ ਆਲ ਇੰਡੀਆ ਤੱਕ ਕਰਜਿਆ ਵਧਾਈਆਂ ਵਾਲਾ ਕਹਿੰਦੇ ਭਾਉ ਸੈਂਟਰ ਦੇ ਵਿੱਚ ਆਓ ਪਾਲਾ ਲਗਾਤਾਰ ਲਾਈ ਤੁਰਿਆ ਆਉਂਦਾ ਤੇ ਗੱਡਿਆ ਵਿਚਾਰੇ ਮਿੰਟ ਪਈਆਂ ਨੇ ਉਦੋਂ ਮੰਡੀਆਂ ਤੇ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਤੇ ਟੀਮਾਂ ਦੋਨੋਂ ਚੰਗੀਆਂ। ਆਓ ਕੌਣ ਮਾਰੂ ਸ਼ਾਟਾਂ ਦੇ ਕੌਣ ਕਰੂਗਾ ਡਿਫੈਂਸ, ਹੁਣ ਡਿੱਗ ਡਿੱਗ ਕੇ ਆਓ ਜਿਹੜਿਆਂ ਗੁੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ। ਉੱਧਰ ਕਦੇ ਟੁੱਕੇ ਵਾਲਾ ਪਿੰਡਾ ਖੇਡਦਾ ਸੈਂਟਰ ਦੇ ਵਿੱਚ, ਚੰਦ ਵਾਜਾ ਪਿੰਡਾ ਕਦੇ ਟੁੱਕੇ ਦਾ ਨਾਲ ਸੇਮਾ ਕੱਟੂ ਵਰਗੇ, ਆਓ ਕਦੇ ਰੂ ਵਰਗੇ ਦੁਨੀਆਂ ਦੇ ਬਹਾਰ ਦੇ ਮੇਰੇ ਮਿੱਤਰੋ ਖੇਡਦੇ ਕਦੇ ਕਰਮ ਖੇਡਦਾ ਵੱਡਾ ਮੈਚ ਮੇਰੇ ਮਿੱਤਰੋ ਅੱਜ ਵੱਡਾ ਖੇਡਿਆ ਜਾ ਰਿਹਾ ਹੈ। ਟੱਕਰ ਵੱਡੀ ਹੈ, ਵੱਡਾ ਮੈਚ ਖੇਡਿਆ ਜਾ ਰਿਹਾ ਹੈ, ਨਾਲੇ ਤੇਜੀ ਭੱਟੀਆਂ ਜ਼ਰੂਰ ਮਿਲੇਗੀ ਆ ਕੇ ਤੇਜੀ ਪ੍ਰਧਾਨ ਭੱਟੀਆਂ ਵਾਲਾ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ। ਇੱਕੋ ਜਿਹਾ ਰੰਗ ਹੋ ਜੇ ਮੁੜ ਕੇ ਰੁਪਈਆਂ ਦਾ, ਲੈਣ ਦੇਣ ਹੋ ਜੇ ਸਾਡਾ ਜਾਤੀਆਂ ਤੇ ਕਈਆਂ ਦਾ, ਦੀਆਂ ਵਾਲੀ ਮੰਡੀ ਵਿੱਚ ਬੈਠ ਕਰਨ ਗੌਰ ਦਾ ਕਰੀ ਕਦੇ ਮੇਲ ਮਰਦਾ ਦਿੱਲੀ ਤੇ ਲਾਹੌਰ ਦਾ। ਸ਼ਾਂਦੂ ਭੰਡਿਆਰੀ ਜੀ ਆਪਣਾ ਸਨਮਾਨ ਲਓਗੀ ਆ ਕੇ। ਸ਼ਾਂਦੂ ਭੰਡਿਆਰੀ ਸਾਡੇ ਵੱਡੇ ਭਰਾ ਦਾ ਵਿਸ਼ੇ ਤੌਰ ਤੇ ਮਾਨ ਸਨਮਾਨ ਸਾਡੇ ਕਲੱਬ ਦੇ ਵੱਲੋਂ ਕੀਤਾ ਜਾਣਾ ਹੈ। ਸ਼ਾਂਦੂ ਭੰਡਿਆਰੀ ਜੀ ਆ ਕੇ ਆਪਣਾ ਸਨਮਾਨ ਜ਼ਰੂਰ ਪ੍ਰਾਪਤ ਕਰ ਦੋਗੇ। ਡਾਕਟਰ ਮਿੱਤਲ ਬੰਦੀ ਉਹਨਾਂ ਦਾ ਵਿਸ਼ੇ ਦਰ ਤੇ ਧੰਨਵਾਦ ਕੀਤਾ ਜਾਂਦਾ ਜੀ, ਸਾਡੇ ਬਾਈ ਗੋਪੀ ਸ਼ੇਰਪੁਰ ਉਹਨਾਂ ਦੇ ਵੱਲੋਂ। ਬਾਈ ਗੋਪੀ ਜਿੱਥੇ ਵੀ ਆਵਾਜ਼ ਨੂੰ ਸੁਣਦਾ ਤੇ ਗੋਪੀ ਬਾਈ ਕਿੱਦਾਂ ਕਿ ਸਟੇਜ ਤੇ ਮਿਲੋਗੀ, ਗੋਪੀ ਬਾਈ ਜਿੱਥੇ ਵੀ ਆਵਾਜ਼ ਨੂੰ ਸੁਣਦਾ ਤੇਰਾ ਵੀਰ ਤੂੰ ਕਿਰਪਾ ਕਰਕੇ ਮਿਲੋਗੀ ਆ ਕੇ। ਲਾਦੀ ਕਿੰਨੇ ਕਿੰਨੇ ਪੁਆਇੰਟ ਆ ਸਾਡੀ ਨਾਲ ਹੀ ਹੈਪੀ ਬਾਈ, ਹੈਪੀ ਬਾਈ ਹੈਪੀ ਔਰ ਗੋਪੀ ਦੋਨੋਂ ਵੀ ਰਹੋ ਮੇਰਾ ਵੀਰ ਬਣ ਕੇ ਸੋਚ ਦੋ। ਹੈਪੀ ਤੇ ਗੋਪੀ ਇਹ ਮੈਚ ਤੋਂ ਬਾਅਦ ਫਾਈਨਲ ਮੈਚ ਹੈ ਜੀ, ਸੈਕਿੰਡ ਸੈਮੀ ਆ। ਹੈਪੀ ਤੇ ਗੋਪੀ ਦੋਨੋਂ ਵੀ ਰਹੋ ਜੀ, ਦੂਜੀ ਸਾਈਡ ਤੇ ਹੈਪੀ ਤੇ ਗੋਪੀ ਫਰੋਸ਼ਾ ਵੀ ਇੱਧਰ ਕੱਟਣ ਵਾਲੀ ਇੱਧਰ ਫਰੋਸ਼ਾ ਵੀ ਖੰਜਰ ਵਾਲਾ ਫਾਈਨਲ ਚ ਆਇਆ
ਲੜੀ ਸ਼ੁਰੂਆਤ ਹੋਈ ਅਗਰ ਤੇ ਹਰ ਇੱਕ ਵਧੀਆ ਮੈਚ ਦੇ ਇੱਕ ਲੰਬਾ ਮੈਚ ਖੇਡਿਆ ਜਾਊਗਾ। ਦੋਵਾਂ ਟੀਮਾਂ ਕਹਿੰਦੇ ਇੱਕ ਦੂਜੇ ਦੀਆਂ ਖੂਬੀਆਂ ਖਾਮੀਆਂ ਚੰਗੀ ਤਰ੍ਹਾਂ ਜਾਣਦੇ ਨੇ ਵੀ ਇੱਥੇ ਕੋਈ ਨਾ ਕਿਸੇ ਲਈ ਮਰਦਾ ਨਹੀਂ, ਹਰ ਕੋਈ ਆਪਣੇ ਲਈ ਕਰਦਾ ਨਹੀਂ ਹੈ ਤੇ ਉਹੀ ਢਾਉਂਦਾ ਲਾਂਕਾ ਦਿੰਦੀ ਨੂੰ ਜਿਹੜਾ ਭੇਤੀ ਹੁੰਦਾ ਕਰਦਾ ਵੀ। ਇਹ ਮੁੰਡੇ ਕਹਿੰਦੇ ਇੱਕ ਦੂਜੇ ਦੇ ਰੱਜ ਕੇ ਭੇਤੀਆਂ ਫਰੋਸ਼ਾਂ ਦੀ ਟੀਮ ਤੇ ਧੱਕਿਆਂ ਦਾ ਵੀ ਜਦੋਂ ਜਦੋਂ ਇਹਨਾਂ ਟੀਮਾਂ ਦਾ ਮੈਚ ਲੱਗਦਾ ਇਹ ਹੁੰਦੀ ਕਮਾਲ ਹੀ ਹੈ। ਚੁੱਕਿਆ ਕਹਿੰਦੇ ਪਿੰਡਾ ਆਓ ਕੋਸ਼ਿਸ਼ ਕਰਦਾ ਖੇਡ ਦੇ ਮੈਦਾਨ ਦੇ ਵਿੱਚ ਤੇ ਕਹਿੰਦੇ ਸੋਨੇ ਦੀ ਵੀ ਅੱਤ ਦੀ ਚੜ੍ਹਾਈ ਹੈ ਬਣ ਗਿਆ ਹਰੀ ਚੰਦ ਬਾਦੇ ਦਾ ਬਾਕੀ ਦੋਵਿਆਂ ਦੀ ਵੱਖਰੀ ਜਮਾਤ ਹੁੰਦੀ ਹੈ ਤੇ ਗੱਲਾਂ ਵੀ ਉਹਨਾਂ ਨੂੰ ਵੀ ਹੁੰਦੀਆਂ ਹੈ ਕਿੰਨਾ ਰੁੱਖ ਕੋਈ ਗੱਲਬਾਤ ਹੁੰਦੀ ਹੈ ਗੱਲਾਂ ਵੀ ਉਹਨਾਂ ਨੂੰ ਵੀ ਹੁੰਦੀਆਂ ਚਾਰ ਤੇ ਇੱਕ ਦਾ ਮੁਕਾਬਲਾ ਖੇਡਿਆ ਜਾ ਰਿਹਾ। ਤਿੰਨਾ ਪੁਆਇੰਟਾਂ ਦੀ ਲੀਡ ਹੈ ਯਾਨੀ 17 ਦਾ ਮੈਚ ਦਿੱਤੀਆਂ ਦਾ ਸਤਾਰਾਂ ਦਾ ਵੀਰੇ ਅਮਨਦੀਪ ਬੋਲਦੇ ਵੀਰੇ 2 ਫੁੱਟ ਕੱਪ ਤੇ ਟਰੈਕ ਸੂਟ ਨਾਲ ਸਨਮਾਨ। ਓਕੇ ਓਕੇ ਅਮਨਦੀਪ ਬੋਲਦੇ ਵੀਰੇ ਵੇਟ ਕਰਿਓ ਸੋਹਣੇ ਮੇਰੇ ਵੀਰ ਅਮਨਦੀਪ ਸ਼ਾਲੂ ਦਾ ਸਨਮਾਨ ਬੋਲ ਦਿੰਦੇ ਹਾਂ ਡੋਂਟ ਵਰੀ। ਅਮਨਦੀਪ ਵੱਲੋਂ ਅਮਨਦੀਪ ਮੁੰਡਾ ਹਰਿਆਣੇ ਵਾਲਾ ਹੀ ਹੈਗਾ ਦਾ ਸਾਲੂ ਦਾ ਸਮਾਨ 2 ਫੁੱਟੇ ਕੱਪ ਨਾਲ ਅਤੇ ਟਰੈਕ ਸੂਟ ਆਉਣ ਵਾਲੇ ਕਿਸੇ ਵੀ ਟੂਰਨਾਮੈਂਟ 2 ਫੁੱਟੇ ਕੱਪ ਜਾਣਗੇ ਪਰ ਅਮਨਦੀਪ ਭਰਾ ਸਾਡਾ ਸਾਲੂ ਦਾ ਸਨਮਾਨ ਆਉਣ ਵਾਲੇ ਕਿਸੇ ਵੀ ਹਰਿਆਣੇ ਦੇ ਟੂਰਨਾਮੈਂਟ ਦੇ ਭਰਾ ਸਕਦਾ। ਕਹਿੰਦਾ ਵੀ 2 ਫੁੱਟੇ ਕੱਪ ਦੇ ਨਾਲ ਪਰ ਨਾਲ ਇੱਕ ਵਧੀਆ ਟਰੈਕ ਸੂਟ ਦੇ ਨਾਲ ਕਰਾਂਗੇ ਆਪਾਂ ਅਮਨਦੀਪ ਸਾਡਾ ਵੀ ਕਹਿੰਦਾ ਵੀ ਆਪਾਂ ਇੱਕ ਵਧੀਆ ਟਰੈਕ ਸੂਟ ਦੇ 2 ਫੁੱਟਾ ਕੱਪ ਜਿਹੜਾ ਉਹ ਤਿਆਰ ਕਰਕੇ ਦੇਵਾਂਗੇ ਭਣਿਆਰੀ ਵਾਲੇ ਕੰਪਿਊਟਰ ਦੇ ਲਈ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਜਿੰਨੇ ਵੀ ਜੀ ਅੱਜ ਇਸ ਖੇਡ ਟੂਰਨਾਮੈਂਟ ਨੂੰ ਤੱਕ ਰਹੇ ਹੈ ਕੱਲੀ ਕੱਲੀ ਰੂਹ ਦਾ ਮੈਂ ਧੰਨਵਾਦ ਕਰਦਾ ਬਹੁਤ ਧੰਨਵਾਦ ਸਾਰਿਆਂ ਦਾ। ਹਰਦੀਪ ਤੇਜੀ ਭੱਟੀਆਂ ਸੋਨੀ ਸਵੈਚ ਮੀਤ ਹਰਮੀਤ ਸੁੱਖ ਬਰਾੜ ਅਮਨਦੀਪ ਬਹੁਤ ਧੰਨਵਾਦ ਜੀ ਅਮਨਦੀਪ ਥੈਂਕ ਯੂ ਵੀਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਰੀ ਸ਼ੁਰੂ ਕਰਨ ਫਾਇਰ ਪੇਜ ਤੇ ਤਕੜੇ ਮੈਚ ਹੋਏ ਅੱਜ ਵੀ ਗਿੱਦੜ ਪਿੰਡੀ ਦੇ ਵੱਡੇ ਕੱਪ ਤੇ ਐਨ ਬ੍ਰੈਂਡ ਕੱਪ ਹੈ ਗਿੱਦੜ ਪਿੰਡੀ ਦਾ ਵੱਡੀਆਂ ਗੱਲਾਂ ਬਾਤਾਂ ਜੱਗਾ ਗੱਲ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ।
ਇੱਧਰ ਇੱਕ ਪੁਆਇੰਟ ਆ ਘੱਟਣ ਵਾਲੀ ਦਾ, ਉੱਧਰ ਪੰਜ ਪੁਆਇੰਟ ਆ ਰੋਹਿਤ ਸ਼ਾਬੀ ਦੇ 1-5। ਵਰਿੰਦਰ ਬਹੁਤ ਬਹੁਤ ਧੰਨਵਾਦ ਵੀਰੇ। ਕਾਲੂ ਬਾਈ ਗੋਲਦੀ, ਗੋਲਦੀ ਬਾਈ ਜਿੱਥੇ ਕਿਤੇ ਵੀ ਆਵਾਜ਼ ਨੂੰ ਸੁਣਦੇ ਹੋਣ, ਮੈਂ ਬੇਨਤੀ ਕਰੂੰਗਾ ਬਾਈ ਗੋਲਦੀ ਆ ਕੇ ਇੱਕ ਵਾਰੀ ਜ਼ਰੂਰ ਸੰਪਰਕ ਕੀਤੇ। ਮੈਂ ਵੀ ਗੋਲਦੀ ਆਈ ਭੱਜ ਕੇ ਫਿਰ ਬਾਈ ਸਟੇਟਿਆ ਕੇ ਮਿਲੋ ਜੀ। ਆ ਮੈਚ ਬਹੁਤ ਤਕੜਾ ਲੱਗਣਾ ਵੀਰੇ, ਬਹੁਤ ਲੰਮਾ ਜਾਣਾ। ਇੱਧਰ ਕਹਿੰਦੇ 1-5 ਦਾ ਮੁਕਾਬਲਾ, 1 ਨੰਬਰ ਘੱਟਿਆਂ ਦੀ ਟੀਮ ਔਰ 5 ਨੰਬਰ ਫਿਰੋਜ਼ਾਂ ਦੀ ਡੀ ਟੀਮ ਦੇ ਨੇ। ਬਹੁਤ ਸੋਹਣਾ ਮੈਚ ਗੇੜ ਅੰਦਰ ਖੇਡਿਆ ਜਾ ਰਿਹਾ ਹੈ। ਦੂਜਾ ਸਰਦੀਆਂ ਜਿਹੜੀ ਟੀਮ ਜਿੱਤਦੀ ਹੈ ਤੇ ਅੱਗੇ ਫਿਰ ਖੰਜਰਬਾਂ ਦੀ ਟੀਮ ਦੇ ਨਾਲ ਕਹਿੰਦੇ ਵੱਡਾ ਪੇਚਾ ਪੈਣਾ। ਬਹੁਤ ਤਕੜੇ ਮੈਚ ਆਪਣੇ ਕੋਲ ਖੇਡੇ ਗਏ ਅੱਜ ਦੇ ਸਟੇਟ ਟੂਰਨਾਮੈਂਟ ਦੇ ਟੀਮਾਂ ਬੇਸ਼ੱਕ ਆਪਣੇ ਕੋਲ ਲਿਮਟਰ ਦੀਆਂ ਸੀਗੀਆਂ ਮੁਕਾਬਲੇ ਕਹਿੰਦੇ ਸਾਰੇ ਬੜੇ ਤਕੜੇ ਖੇਡੇ ਗਏ ਨੇ। ਹਾਲੇ ਵੀ ਇਹ ਵੀ ਪਤਾ ਵੀ ਕਿਹੜੀ ਟੀਮਾਂ ਚੱਲਦੇ ਹੋਏ ਮੈਚ ਦੇ ਵਿੱਚੋਂ ਜਿੱਤ ਜਾਂਦੀ ਹੈ ਤੇ ਕਿਹੜੀ ਟੀਮ ਨੂੰ ਇੱਥੋਂ ਘਰ ਵਾਪਸੀ ਕਰਨੀ ਪੈ ਸਕਦੀ ਹੈ। ਇਹ ਤੇ ਕਹਿੰਦੇ ਹਾਲੇ ਮੇਰੇ ਮਿੱਤਰੋ ਟਾਈਮ ਲੱਗਦਾ ਹੋਗਾ ਚਾਨਣ ਦੇ ਲਈ। ਅੱਜ ਦੇ ਸਿਰੇ ਦਾ ਮੈਚ ਮੇਰੇ ਮਿੱਤਰੋ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਉਹ ਵੀ ਭੁੱਲ ਗਏ ਨਾ ਜਦੋਂ ਸਾਈਕਲ ਅਸੀਂ ਥੱਲੇ ਤੇ ਹੋਇਆ ਕੀ ਦੇ ਪਾਪੇ ਨੇ ਕਰਾਤੀ ਬੱਲੇ ਬੱਲੇ ਰੱਜੇ ਹੋਈਏ ਆਪ ਦੇ ਧੁੱਖਾ ਲੱਗੇ ਹਰ ਕੋਈ ਇੰਨੇ ਸਮਾਧੀ ਹੱਥ ਲੱਗਣੇ ਨੀ ਚਾਹੀਦੇ ਤੇ ਦੋ ਚੀਜ਼ਾਂ ਬੰਦੇ ਨੂੰ ਮਾਰ ਦਿੰਦੀਆਂ। ਔਰ ਪੈਰ ਤੋਂ ਸੂਲ ਕਦੇ ਸੱਡਣ ਨਹੀਂ ਚਾਹੀਦੇ, ਪੈਰ ਤੋਂ ਸੂਲ ਕਦੇ ਸੱਡਣ ਨਹੀਂ ਚਾਹੀਦੇ। ਬਾਕੀ ਲਿਖਣ ਵਾਲੇ ਕਹਿੰਦੇ ਬੜਾ ਸੋਹਣਾ ਲਿਖਿਆ ਪਰ ਗੱਲ ਤੇ ਅਮਲ ਕਰਨ ਦੀ ਹੈ। ਲਿਖਣ ਵਾਲੇ ਬੜਾ ਸੋਹਣਾ ਲਿਖਿਆ ਪਰ ਮੈਚ ਬਹੁਤ ਤਕੜਾ ਖੇਡਿਆ ਜਾ ਰਿਹਾ। ਉਹ ਬੱਲੇ ਨਾਗਾ ਕਮਾਲ ਕਰ ਦਿੱਤੀ ਹੈ। ਇਹ ਕਹਿੰਦੇ ਕਹਿੰਦੇ ਮੁੰਡੇ ਨੂੰ ਖੇਡਦੇ ਹੈ ਉਸੇ ਇਲਾਕੇ ਦੇ ਖਿਡਾਰੀ ਪਿੰਡਾਂ ਦੇ ਕਹਿੰਦੇ ਸੇਮਾ ਚ ਵੱਡਾ ਹਿੱਸਾ ਬਣੇ ਹੋਏ ਹੈ। ਆਹ ਮੁੰਡਾ ਕੱਲ ਦੇ ਮੇਲੇ ਦਾ ਕਹਿੰਦੇ ਬੈਸਟ ਰਿਹਾ। ਤਲਵੰਡੀ ਸਾਧੋ ਦਾ ਇਲਾਕਾ ਹੈ, ਬਠਿੰਡੇ ਵਾਲਾ ਹੈ। ਬਠਿੰਡੇ ਵਾਲੇ ਰਫਲਾ ਰੱਖਣ ਦੇ ਸੌਕੀ, ਬਠਿੰਡਾ ਬੀਕਾ ਨੇਰ ਹੋ ਗਿਆ, ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਈਆ। ਵੱਖੋ ਵੱਖ ਇਹਨਾਂ ਨੇ ਕਹਿੰਦੇ ਬਠਿੰਡੇ ਦੀ ਤਰੀਕ ਕੀਤੀ ਹੈ। ਇਹ ਮੁੰਡਾ ਜ਼ਿਲ੍ਹੇ ਬਠਿੰਡੇ ਦੇ ਬੰਗੀ ਪਿੰਡ ਦਾ ਹੈ, ਬੰਗੀ ਨਿਹਾਲ ਸਿੰਘ ਪਿੰਡ ਹੈ। ਅੱਜ ਇਹਨਾਂ ਮੁੰਡਿਆਂ ਦਾ ਸਮਾਂ ਉਹ ਬੰਗੀ ਵਾਲਾ ਖੇਡ ਮੈਦਾਨ ਦੇ ਵਿੱਚ ਖੱਬਾ, ਇੱਧਰ ਚੁੱਕਿਆਂ ਵਾਲਾ ਖੱਬਾ, ਦੋ ਥੋੜਾ ਵੀ ਕਹਿੰਦੇ ਖੱਬੇ ਹੱਥ ਇਸ ਮੈਚ ਦੇ ਵਿੱਚ ਖੇਡ ਰਹੇ ਹੈ। ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਦੂਜਾ ਸੈਮੀ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ। ਉਹ ਜਿਹੜੀ ਜਿੰਦਗੀ ਅੱਗੇ ਖੰਜਰ ਵਾਲੀ ਉਡੀਕਦੇ ਹੈ, ਜਿਹੜੀ ਜਿੰਦਗੀ ਦੇ ਖੰਜਰ ਵਾਲ ਦੇ ਨਾਲ ਕਹਿੰਦੇ ਮੈਚ ਖੇਡਿਆ ਜਾਣਾ। ਬਹੁਤ ਵਧੀਆ ਮੈਚ
ਖਾਦੇ ਬਦਾਮ ਜੀਨੇ ਮੰਗਲਾ ਉਸੇ ਨੇ ਹੀ ਗੋਡੀਆਂ ਲਵਾਉਣੀਆਂ ਕਹਿੰਦੇ ਆ ਸਿਆਣੇ ਗੱਲਾਂ ਸੱਚੀਆਂ ਮੋੜੋ ਵੱਜਣੇ ਨੀ ਮਾਣ ਹੱਦ ਵਕਾ ਗਿਆ ਜਾਂਦੀਆਂ ਗਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਆਓ ਸਾਹਮਣੇ ਬੈਠ ਬਹੁਤ ਆਓ ਪਿਆਰੀ ਦਾ ਪੰਡੀ ਮੈਂ ਵੀ ਗੁੱਸੇ ਨੇ ਸਾਡਾ 2-5 ਹੋ ਗਏ ਵੀਰੇ 2-5 ਸੀ 2-5 ਕੋਈ ਮੁੱਲ ਨਹੀਂ ਪੈਂਦਾ 2-5 ਸਾਡੀ ਕਾਰ ਤੋਂ ਚੱਲੇਗਾ 2-5 ਲੱਖ ਦੀ ਬਾਲੀ 2-5 ਕੱਲੇ ਕੱਲੇ ਦਾ ਲੱਖ ਲੱਖ ਦੀ ਬਾਲੀ ਡਿਫੈਂਸ ਕੱਲੇ ਕੱਲੇ ਦਾ ਬਹੁਤ ਸੋਹਣਾ ਡਿਫੈਂਸ ਹੈ ਮੁੰਡਿਆਂ ਦਾ ਬਹੁਤ ਸੋਹਣੇ ਸੂਟਰ ਖੇਡ ਰਹੇ ਹੈ ਲਵਲੀ ਸਰਵੇ ਕਰਨ ਲਈ ਕਹਿੰਦੇ ਰਾਜਪ੍ਰੀਤ ਹੈ ਮੁੰਡਾ ਘੱਟਿਆਂ ਵਾਲੀ ਪਿੰਡ ਕਹਿੰਦੇ ਗੋਬੇ ਢਿੱਲੋ ਦਾ ਪਿੰਡ ਹੈ ਬੇਅੰਤਰ ਕੇ ਤਕੜਾ ਖੇਡੇ ਹੈ ਮੁੰਡਾ ਫਾਜ਼ਿਲਕਾ ਖੇਡ ਮੈਦਾਨ ਦੇ ਵਿੱਚ ਤਿਆਰ ਵਰਤਿਆ ਰਹੀ ਸਰਵੇ ਕਰਨ ਦੇ ਲਈ ਖੰਜਰਾਲ ਚ ਮਣੀ ਵਾਸੀਆਂ ਬੇਟਾ ਵੇ ਖੰਜਰਾਲ ਚ ਮਣੀਆਂ ਵਾਸੀਆਂ ਬੇਟਲਾ ਬਾਕੀ ਆਪ ਹੀ ਮੁੰਡੇ ਗੁਰਪ੍ਰੀਤ ਬਾਂਦਰ ਅਮਿਤ ਕਲੇਰੀਆ ਹਰਜੀਤ ਸਿੱਧੂ ਪਿੰਦਰ ਸੁੱਖਿਆਲ ਰਮਨਦੀਪ ਬਹੁਤ ਬਹੁਤ ਧੰਨਵਾਦ ਜਿੰਨੇ ਭਰਾ ਲਾਈਵ 'ਤੇ ਜੁੜੇ ਹੋ ਸਾਰਿਆਂ ਦਾ ਬਹੁਤ ਧੰਨਵਾਦ ਵਾਲੀਬਾਲ ਸ਼ੂਟਿੰਗ ਫਾਇਰ ਪੇਜ 'ਤੇ ਜਸਵਿੰਦਰ ਢਿੱਲੋਂ ਵੱਲੋਂ ਇੱਧਰ ਟੀਮ ਹੈ ਜੀ ਘੱਟਿਆਂ ਵਾਲੀ ਇੱਧਰ 2 ਪੁਆਇੰਟ ਹੈ ਉੱਧਰ 5 ਪੁਆਇੰਟ ਹੈ ਕਰੋਸ਼ਾ ਬੀ ਟੀਮ ਦੇ ਉੱਧਰ ਚੁੱਗਿਆਂ ਵਾਲੇ ਸੇਮਾ ਪਿੰਡਾ ਅਤੇ ਕਿੰਦਾ ਚੰਦਬਾਜਾ ਖੇਡਦੇ ਆ ਕਰੋਸ਼ਾ ਬੀ 'ਚ ਇੱਧਰ ਜੱਜ ਬੋਧੀ ਵਾਲਾ ਰਿੰਕੂ ਵਧਾਈਆਂ ਅਤੇ ਬੰਗੀ ਗੋਪੀ ਆ ਘੱਟਿਆਂ ਵਾਲੀ 'ਚ ਅਮਿਤ ਕਲੇਰੀਆ ਬਹੁਤ ਬਹੁਤ ਧੰਨਵਾਦ ਵੀਰੇ ਥੈਂਕ ਯੂ ਅਮਿਤ ਕਲੇਰੀਆ ਸ਼ੇਅਰ ਕਰਦਾ ਕਰੋ ਮੇਰੇ ਸੋਹਣੇ ਵੀਰ ਮੇਰੇ ਸਿਆਣੇ ਵੀਰ ਸ਼ੇਅਰ ਕਰਦਾ ਕਰੋ ਸਿਆਣਿਓ ਸ਼ੇਅਰ ਕਰਦਾ ਕਰੋ ਮੇਰੇ ਵੀਰ ਸੋਹਣੇ ਭਰਾ ਬਣ ਕੇ ਤੁਹਾਡਾ ਹੀ ਪੇਜ ਆ ਮਿੱਤਰੋ ਤੁਹਾਡਾ ਹੀ ਲਾਈਵ ਆ ਗੱਲ ਖਰਾਬ ਹੋਇਆ ਪਿਆ ਯਾਰ ਲੈ ਵੀ ਆਓ ਇੱਧਰ ਜਲਦੀ ਦੇ ਨਾਲ ਸਾਰੇ ਸਾਡੇ ਕਲੱਬ ਵਾਲੇ ਵੀਰ ਵੀ ਆ ਜਾਣ ਪਰ ਨਾਲ ਹੀ ਮੇਰੀ ਬੇਨਤੀ ਹੈ ਸਾਡਾ ਭਰਾ ਭਾਈ ਲਵ ਸੰਧੂ ਪਾਠਕ ਰਾਏ ਆਸਟ੍ਰੇਲੀਆ ਤੋਂ ਭਰਾ ਸਾਡਾ ਹਰ ਸਾਲ ਉਹ ਠੇਕੇਦਾਰ ਦੇ ਪਹੁੰਚਦਾ ਹਰ ਪਿੰਡ ਜਦੋਂ ਮੇਲਾ ਕਰਵਾਉਂਦਾ ਤੇ ਪਤਾ ਲੱਗਦਾ ਵੀ ਪ੍ਰਬੰਧ ਕੀਤੇ ਹੋਏ ਨੇ ਮੈਂ ਬੇਨਤੀ ਕਰਦਾ ਆਓ ਆਪਾਂ ਸਨਮਾਨ ਜਿਹੜਾ ਕਰ ਦਈਏ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਕਦੇ ਗੱਡੀਆਂ ਦੀ ਖੇਡ ਕਲੱਬ ਬਣਦੀ ਹੈ ਮੁੰਡਿਆਂ ਦੇ ਬਾਹਰ ਸਨਮਾਨ ਕਦੇ ਵੱਡੇ ਪੱਧਰ ਤੇ ਕੀਤੇ ਜਾਂਦੇ ਨੇ ਲੈ ਵੀ ਲਾਭ ਆ ਜਾਓ ਮੇਰਾ ਵੀਰ ਜਾਓ ਜੀ ਸਨਮਾਨ ਇਹ ਤਾਂ ਮੈਚ ਵੀਰੇ ਤੜਕੇ ਹਾਂਜੀ 11 ਵੱਜ ਗਿਆ ਮੈਚ ਨੂੰ ਟਾਈਮ ਲੱਗ ਜਾਣਾ ਘੰਟਾ ਡੇਢ ਘੰਟਾ ਲੱਗ ਜਾਣਾ ਮੈਚ ਨੂੰ ਘੰਟਾ ਡੇਢ ਘੰਟਾ ਲੱਗ ਜਾਣਾ ਜਿਸ ਤਰ੍ਹਾਂ ਦੇ ਹਾਲਾਤ ਆ ਮੈਚ ਦੇ ਮਨ ਢਿੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਲਵ ਸੰਧੂ ਪੰਜ ਗਰਾਂ ਵਾਲਾ ਸਾਡਾ ਭਰਾ
ਔਰ ਜੋਤੇ ਕਰਦੇ ਪੰਜਾਬ ਆਪਣੀ ਬੱਕਰ ਬੰਦੀ ਦੇ ਨਾਲ ਔਰ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਕਰਦੇ ਕਬੱਡੀ ਖੇਡ ਕਲੱਬ ਦਾ ਸਮੇਂ ਖੇਡ ਵਾਲੀਬਾਲ ਦੀ ਤੁਹਾਡਾ ਨਾਮ ਪੰਜਾਬ ਤੋਂ ਲੈ ਕੇ ਕਹਿੰਦੇ ਆਸਟ੍ਰੇਲੀਆ ਤੱਕ ਦਰਜੇ ਦੇ ਕਲੱਬ ਨੇ ਤੇ ਭਰਾ ਸਾਡੇ ਹੁਣ ਨੇ ਕਹਿੰਦੇ ਖੇਡ ਕਲੱਬ ਬਣਾਈਆ ਔਰ ਅੱਜ ਵੱਡੇ ਮਾਣ ਸਨਮਾਨ ਜੋੜੇ ਗਿੱਦੜਵੱਡੀ ਦੀ ਧਰਤੀ ਦੇ ਨਾਹੀਰਾਂ ਦੇ ਉਹ ਕੀਤੇ ਜਾ ਰਹੇ ਨੇ ਬਹੁਤ ਬਹੁਤ ਦੁਆਰਕਾ ਬਹੁਤ ਵੱਡੀ ਹਾਜ਼ਰੀ ਰਹੀ ਹੈ ਚਲੋ ਧੰਨਵਾਦ ਹੈ ਸਾਡੇ ਵੱਡੇ ਭਰਾ ਦਾ ਜੀ ਗੋਪੀ ਸ਼ੇਰਪੁਰਾ ਔਰ ਨਾਲ ਡਾਕਟਰ ਗਿੱਦੜਵੱਡੀ ਸਾਡਾ ਭਰਾ ਜਗਰਾਓ ਫੁੱਟਬਾਲ ਖਿਡਾਰੀ ਅੱਜ ਕੱਲ ਕਦੇ ਚਰਚਾ ਹੋਗੀ ਮੁੰਡੇ ਦੀ ਮਿਹਨਤ ਕੀਤੀ ਹੈ ਤਾਂ ਜਾ ਕੇ ਕਿਤੇ ਚਰਚਾ ਹੋਈ ਹੈ ਮੁੰਡੇ ਦੀ ਵੀ ਮਿਲ ਗਿਆ ਤੇਰੇ ਅੰਦਰ ਹਰ ਕੰਮ ਦੇ ਵਿੱਚ ਮਿਹਨਤ ਜ਼ਰੂਰੀ ਹੁੰਦੀ ਹੈ ਬਾਰਾਂ ਫੁੱਟ ਤੇ ਬਾਂਹ ਜਾ ਵੜਦੀ ਆ ਖੁਸ਼ੀ ਘੱਟੇ ਵਾਲੀ ਦੀ ਬਾਰਾਂ ਫੁੱਟ ਤੇ ਬਾਂਹ ਜਾ ਵੜਦੀ ਆ ਮੁੰਡਿਓ ਚਾਰ ਪੰਜ ਹੋ ਗਏ ਵੀਰੇ ਇੱਧਰ ਚਾਰ ਉੱਧਰ ਪੰਜ ਫੋਰ ਫਾਈਵ ਔਰ ਇੱਕ ਬਣਦਾ ਰਹਿ ਗਿਆ ਚੱਲ ਪਿਆ ਕੰਮ ਘੱਟੇ ਵਾਲੀ ਦਾ ਰੱਖ ਤੋੜਾ ਹੌਸਲਾ ਦਲਵੰਡੀ ਵਾਲਿਆ ਵਧਣ ਗਏ ਨੰਬਰ ਚਾਰ ਤੇ ਪੰਜ ਹੋ ਗਏ ਹੈ ਚਾਰ ਪੰਜ ਹੋ ਗਏ ਖਾਲਸਾ ਚਾਰ ਤੇ ਪੰਜ ਹੋ ਗਏ ਹੈ ਮੈਂ ਦਸ ਮਿੰਟਾਂ ਦੀ ਖੇਲ ਹੈ ਦੇਖੀ ਚੱਲ ਤੋਂ ਬਾਂਦਾ ਬਣਾਉਂਦਾ ਕੀ ਹੈ ਫੇਰ ਕਿਹੜਾ ਵੀ ਮੁੰਡਾ ਮੰਤਰੀ ਦਾ ਜੇਤੂ ਹੈ ਗੱਲਾਂ ਫੇਰ ਟਿਕਾਣੇ ਲੱਗ ਜਾਣਗੀਆਂ ਇਹ ਹੈ ਕਹਿੰਦੇ ਜੱਜ ਮੂੰਹ ਕਰ ਉੱਪਰ ਨੂੰ ਵੀ ਥੁੱਕੀ ਦਾ ਮਾਲਕ ਮਰਬਿਆਂ ਦਾ ਰਹੀਏ ਇੱਥੇ ਦੁੱਕੀ ਦਾ ਸਾਫ ਪਨ ਗੋਟੇ ਜਿਹਨੂੰ ਰੱਬ ਭੁੱਲ ਜਾਵੇ ਹੁਣ ਉਹ ਭੜਕਣੇ ਪੈਂਦੇ ਬੜੇ ਡਰਨੇ ਕਰਦਾ ਏ ਮਾਣ ਦੱਸ ਕਿਹੜੀ ਗੱਲ ਦਾ ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਨੇ ਰਾਵੀ ਗੁਰਵਿੰਦਰ ਬਾਈ ਜੀ ਗੁਰਦਿੱਤਾ ਬਰਾੜ ਜੀ ਉਹ ਵੀ ਆ ਜਾਣਗੇ ਸਟੇਜ ਤੇ ਗੁਰਦਿੱਤਾ ਬਰਾੜ ਜੀ ਉਹਨਾਂ ਨੂੰ ਮੇਰੀ ਬੇਨਤੀ ਕਿਰਪਾ ਕਰਕੇ ਵੀ ਜ਼ਰੂਰ ਆ ਕੇ ਸਟੇਜ ਤੇ ਸੰਪਰਕ ਬਣਾ ਲੈਣਗੇ ਜੀ ਖੁਸ਼ੀ ਦੇ ਨਾਲ ਕਹਿੰਦੇ ਭਰਾਵਾਂ ਤੋਂ ਵਰਤ ਕੇ ਪਿਆਰ ਹੈ ਉਧਰ ਮਸਤਵਾਨ ਵਾਲੇ ਯਾਰ ਵੀ ਦੂਰੇ ਬੈਠੇ ਆ ਖੁਸ਼ੀ ਦੇ ਦੋ ਟੱਪੇ 2100 ਦੇ ਹੋਣਗੇ ਵੀਰ ਕਹਿੰਦੇ ਵੀ ਖੁਸ਼ੀ ਦੇ ਦੋ ਟੱਪੇ ਪਾ ਦੇਵੇ ਫਿਰ ਰੁਪਈਆ ਆਪਾਂ ਖੁਸ਼ੀ ਨੂੰ 2100 ਦੇਵਾਂਗੇ ਇਹ ਕਹਿੰਦੇ ਮਾਣ ਪਿਆਰ ਵੱਡਾ ਮਾਣ ਤੇ ਸਨਮਾਨ
ਭਰਾ ਕਹਿੰਦੇ ਵੀ ਕਰਾਂਗੇ ਆਪਾਂ ਯਾਰ ਮਸਤੋਆ ਨੇ ਸਾਹ ਵਾਲੇ ਉਹ ਕਹਿੰਦੇ ਵੀ ਜੇ ਖੁਸ਼ੀ ਦੋ ਟੱਪੇ ਪਾਉਂਦਾ ਤੇ ਮਾਨ ਸਨਮਾਨ ਦੇ 2100 ਦੀ ਨਗਦ ਰਾਸ਼ੀ ਦੇ ਨਾਲ ਕਰ ਦਿੱਤੇ ਜਾਣਗੇ ਵੀ ਨੋਟਾਂ ਤੋਂ ਮਹਿੰਗੀ ਚੀਜ਼ ਕਿਹੜੀ ਹੈ ਉਹ ਜਿੰਦ ਚਾਨ ਤੇਰੇ ਤੋਂ ਉਧਾਰਾਂਗੇ ਨੋਟਾਂ ਤੋਂ ਮਹਿੰਗੀ ਚੀਜ਼ ਕਿਹੜੀ ਹੈ ਜਿੰਦ ਚਾਨ ਉਹ ਤੇਰੇ ਤੋਂ ਉਧਾਰਾਂਗੇ ਕਮਾਲ ਕਦੇ ਹੋ ਗਈ ਹੈ ਹਰ ਕਦੇ ਪੈਸੇ ਕਹਿੰਦੇ ਮੈਂ ਵੀ ਬਰਾਬਰੀ ਦੇ ਹੇਠਾਂ ਦਾ ਰਿਹਾ ਕਢਾਸਾ ਵਾਲਾ ਪਰ ਕਰੀ ਹੋਈ ਵਾਲੀ ਭਟਦੀ ਹੈ ਬੰਦੀ ਵਾਲਾ ਚੱਲਦੇ ਟਾਈਮ ਦਾ ਕਦੇ ਚੋਟੀ ਦਾ ਮਾਲਾ ਬੜੇ ਹੌਸਲੇ ਦੇ ਨਾਲ ਬੜੀ ਦਲੇਰੀ ਨਾਲ ਖੇਡਣ ਵਾਲਾ ਖਿਡਾਰੀ ਹੈ ਮੇਰੇ ਮਿੱਤਰੋ ਬੜੇ ਹੌਸਲੇ ਦੇ ਨਾਲ ਖੇਡਣ ਵਾਲਾ ਖਿਡਾਰੀ ਦੌੜ ਲਾ ਰਿਹਾ ਬਾਲ ਉਮੜਿਆ ਇੱਕ ਵਾਰੀ ਸਕੋਰ ਜੋੜ ਦੱਸੋ ਮੇਰਾ ਵੀਰ ਬਣ ਕੇ ਖਾਲਸਾ ਜੀ ਦੱਸ ਦੋ ਪੁਆਇੰਟ ਮੇਰਾ ਵੀਰ ਚਾਰ ਤੇ ਪੰਜ ਨਾਲ ਹੀ ਨਿੱਕਾ ਬਾਸੀਆਂ ਦਾ ਬਾਸੀਆਂ ਦੇ ਨਿੱਕੇ ਦਾ ਸਨਮਾਨ ਆ ਵੀਰੇ ਨਿੱਕਾ ਬਾਸੀਆਂ ਲਾ ਕੇ ਆਪਣਾ ਸਨਮਾਨ ਜ਼ਰੂਰ ਪ੍ਰਾਪਤ ਕਰ ਲਵੇ ਬੇਨਤੀ ਹੈ ਲੈ ਵੀ ਨਿੱਕੇ ਆ ਛੋਟੇ ਵੀਰ ਨਿੱਕੇ ਦਾ ਸਨਮਾਨ ਕਰਾ ਦੀ ਆਪਾਂ ਇੱਕ ਮਿੰਟ ਰੱਖਦਾ ਮੇਰਾ ਵੀਰ ਨਿੱਕਾ ਦਾਸੀਆਂ ਵਾਲਾ ਜਿੱਥੇ ਵੀ ਰਾਜ ਕੋ ਸੁਣਦਾ ਮੇਰਾ ਵੀਰ ਆਪਣਾ ਸਨਮਾਨ ਦੇਵੇ ਨਿੱਕੇ ਆ ਗਿਆ ਭੱਜ ਕੇ ਆ ਵੀ ਨਿੱਕਿਆ ਦੇਖਿਆ ਵੇਟ ਕਰੋ ਦੀਪੀ ਤੇ ਗਾਂਧੀ ਵੇਟ ਕਰੋ ਮੇਰੇ ਭਰਾ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਦੀਪੀ ਤੇ ਗਾਂਧੀ ਤੁਹਾਡੇ ਭਰਾ ਮਸਤੂਆਣੇ ਵਾਲੇ ਬਹੁਤ ਧੰਨਵਾਦ ਸ਼ੁਕਰੀਆ ਚਾਰ ਪੰਜ ਆ ਜੀ ਇੱਧਰ ਚਾਰ ਉੱਧਰ ਪੰਜ ਲੈ ਜੀ ਇੱਧਰ ਪਾਸੀਆਂ ਵਾਲੇ ਨਿੱਕੇ ਦਾ ਵਿਸ਼ੇ ਕਰਦੇ ਮਾਨ ਸਨਮਾਨ ਦੇ ਨਾਲ ਕੀਤਾ ਜਾ ਰਿਹਾ ਨਿੱਕਾ ਪਾਸੀਆਂ ਵਾਲਾ ਲੈ ਜੀ ਇੱਧਰ ਪੀ ਸੀ ਭਨਿਆਰੀ ਵਾਲਾ ਕਹਿੰਦਾ ਵੀ ਕੱਲ੍ਹ ਨੂੰ ਕਾਫਲੇ ਜਿਹੜੇ ਟੂਚ ਕਰ ਜਾਣਗੇ ਚਾਹ ਨਾਲ ਘਰੇ ਪਿੰਡੀਆਂ ਕੱਟੋ ਰੀਮਣਾ ਦੀ ਥਾਂ ਤੇ ਤਾਰੀ ਕੋਟ ਤੇ ਰੋਟਾਂ ਲਾਈਆਂ ਤੂੰ ਕਿੰਨੀਆਂ ਅੰਬਾਬੀ ਤੇ ਅਰਾਮੀ ਮੇਰੇ ਸਾਲਿਆਂ ਨੂੰ ਜੀਜੇ ਨੂੰ ਮਜਾਨ ਪਾਰ ਕੇ ਤੇ ਹੋ ਗਿਆ ਤਿੰਦੀਆਂ ਤਿਆਰ ਲਾਲਾ ਮਹਿੰਦੀਆਂ ਉਹ ਜਵਾਈ ਤੇਰੇ ਆ ਕੇ ਮਾਰਦੇ ਕਹਿੰਦੇ ਗਗਨ ਬਰਾੜ ਦੀਆਂ ਲਿਖੀਆਂ ਹੋਈਆਂ ਗੱਲਾਂ ਨੇ ਪਰ ਸਾਹਮਣੇ ਕਮਾਲ ਹੈ ਇੱਧਰ ਕਹਿੰਦੇ ਮੈਚ ਸੈਮੀ ਫਾਈਨਲ ਹੌਲੀ ਹੌਲੀ ਕਰਕੇ ਮੁੰਡੇ ਕਹਿੰਦੇ ਬਰਾਬਰੀ ਦੇ ਪੁੱਜ ਗਿਆ ਉਹ ਮੁੰਡੇ ਨੇੜੇ ਤੇੜੇ ਲੱਗ ਰਹੇ ਆ ਪੰਜ ਪੰਜ ਨੰਬਰ ਹੋ ਗਏ ਹੈ
ਮੈਚ ਕਹਿੰਦੇ ਫਿਰ ਬਿਲਕੁਲ ਬਰਾਬਰੀ ਤੇ ਆ ਗਿਆ ਹੈ। ਨੰਬਰ ਕਹਿੰਦੇ 5-5 ਹੋ ਗਿਆ ਖੇਡ ਮੈਦਾਨ ਦੇ ਵਿੱਚ। ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਤਿਲਕਾਂ ਤੋਂ ਵਾਲੀ ਲੱਗੀ ਪੰਜਾਬ ਪੁਲਿਸ ਦੀ। ਇਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਸਾਡੇ ਕਲੱਬ ਦੇ ਵੱਲੋਂ। ਵੇਟ ਕਰਾਵਾਂਗੇ ਨਾਲ ਦੀਪੀ ਤੇ ਗਾਂਧੀ ਮਸਤੂਆਣਾ ਸਾਹਿਬ ਵਾਲੇ ਜਿਹੜੇ ਖੁਸ਼ੀ ਦੇ ਟੰਡੂ ਦੇ ਯਾਰ ਦੇ 5500 ਜੇ ਖੁਸ਼ੀ ਜਿੱਤੇ ਤੇ ਵੀਰ ਕਹਿੰਦੇ 5300 ਦੇਵਾਂਗੇ ਤਾਂ ਜੇ ਖੁਸ਼ੀ ਜਿੱਤੇ ਤੇ ਦਾਲੀ ਲੱਕੀ ਪੁਲਸੀਆ ਦੀ ਆਓ ਆਪਣਾ ਸਨਮਾਨ ਲੈ ਕੇ ਜਾਣਗੇ ਜੀ ਲੱਕੀ ਪੁਲਸੀਆ। ਆਉਗੀ ਲੱਕੀ ਪੰਜਾਬ ਪੁਲਿਸ ਵੱਡਾ ਮਾਣ ਤੇ ਸਨਮਾਨ ਜਿਹੜਾ ਸਾਡੇ ਭਰਾ ਨੂੰ ਦਿੱਤਾ ਜਾ ਰਿਹਾ ਹੈ। ਵਾਕਈ ਵੱਡਾ ਮਾਣ ਸਨਮਾਨ ਲੱਕੀ ਪੁਲਸੀਆ ਦੇ ਵਿੱਚ ਜੋਤੀ ਮੈਂਦਰੀ ਹੱਥ ਪੜ ਗਿਆ। ਬਹੁਤ ਸੋਹਣਾ ਮੈਚ ਗੱਭੂ ਡੱਲਾ ਵੱਡਾ ਪ੍ਰਮੋਟਰ ਸਾਡੀ ਖੇਡ ਦਾ ਇਹਦੇ ਘੱਬਿਆਂ ਦੀ ਟੀਮ ਸਪੋਂਸਰ ਕੀਤੀ ਹੈ। ਇਹ ਕਹਿੰਦਾ ਵੀ ਨੇੜੇ ਵਾਲੀ ਤੇਰੇ ਲਈ ਵੱਡਾ ਸਰਪ੍ਰਾਈਜ਼ ਆਉਣਾ ਹੈ। ਬਹੁਤ ਸੋਹਣਾ ਮੈਚ ਅੱਜ ਕਹਿੰਦੇ ਗੱਭੂ ਡੱਲੇ ਵਾਲੇ ਦੇ ਸੱਦੇ ਤੇ ਘੱਟਿਆਲੀ ਵਾਲੇ ਮੁੰਡੇ ਖੇਡਣ ਆਏ ਹੈ। ਬਹੁਤ ਪਿਆਰ ਹੈ ਡੱਲੇ ਵਾਲੇ ਦਾ ਮੁੰਡਿਆਂ ਦੇ ਨਾਲ ਸਿੱਧੂ ਦੇ ਨਾਲ ਦੇ ਵਿੱਚ ਆਉਂਦੇ ਹੈ। ਜਿਹੜੀ ਡੱਲੇ ਵਾਲੇ ਕੋਲ ਹੁੰਦੀ ਹੈ ਇੱਧਰ ਗੱਲ ਵਾਲੇ ਪ੍ਰੀਤ ਹੈ ਤੇ ਨਾਲ ਲੱਕੀ ਪੰਜਾਬ ਪੁਲਿਸ ਨੂੰ ਦੋਨਾਂ ਭਰਾਵਾਂ ਦੇ ਸ਼ਿਵਰ ਦੇ ਮਾਨ ਸਨਮਾਨ ਦੇ ਵੀ ਕੀਤੇ ਗਏ ਹੈ। ਬਹੁਤ ਬਹੁਤ ਮੁਬਾਰਕ ਰਹੀ ਹੈ ਦੋਨੋਂ ਭਰਾਵਾਂ ਦਾ ਵੱਡਾ ਧੰਨਵਾਦ ਸਾਡੇ ਕਲੱਬ ਦੇ ਵੱਲੋਂ ਜੀ। ਧੰਨਵਾਦ ਧੰਨਵਾਦ ਜੀ ਕਰੀਓ ਸ਼ੇਅਰ ਵੀਰੇ ਸਾਰੇ ਭਰਾ ਖਿੱਚ ਕੇ ਸ਼ੇਅਰ ਕਰੀਓ ਮੇਰੇ ਵੀਰ ਸਾਰੇ ਭਰਾ ਖਿੱਚ ਕੇ ਜਿੰਨੇ ਭਰਾ ਲਾਇਕਤੇ ਹੋ ਬਹੁਤ ਧੰਨਵਾਦ। ਬਹੁਤ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ। ਟੀਮਾਂ ਖੇਡ ਮੈਦਾਨ ਦੇ ਵਿੱਚ ਬੜੀ ਤਕੜੀ ਖੇਡ ਖੇਡੀ ਜਾ ਰਹੀ ਹੈ। ਰਾਹੁਲ ਸੁਣਿਆ ਕਹਿੰਦੇ ਗੋਪੀ ਜਾਤ ਹੋਣੀ ਹੈ ਕੱਢਦਾ ਜੋ ਗਾਲ ਸਕੀ ਭੈਣ ਨੂੰ ਜਿਹਨੇ ਪਾਇਆ ਬੰਦਾ ਖੜਾ ਹੋਈ ਜਨੂੰ ਸਾਮ ਗਲੀਆਂ ਚ ਬੜੇ ਬੰਦੇ ਜੰਮਣੇ ਨੀ ਮਾਨਕ ਤੇ ਸਿੱਧੇ ਸੋਹਣਿਆ ਮੈਦਾਨ ਦੇ ਵਿੱਚ ਉਧਰ ਰਾਜਪ੍ਰੀਤ ਜਰਮਨੀ ਨਾਲ ਮਨਪ੍ਰੀਤ ਜਰਮਨੀ ਸਾਡਾ ਤੇ ਨਾਲ ਕਹਿੰਦੇ ਅਮਨ ਸਰਪੰਚ ਕੋਤਰੀ ਵਟਾਲਾ ਦੀਪ ਜਵੰਦਾ ਰਮਦੀਪ ਆਇਆ ਹੋਇਆ ਜਿਹੜਾ 11,000 ਖੰਜਰਾਲ ਦੀ ਟੀਮ ਤੇ ਲਾਇਆ ਸੀ ਤੇ ਸਾਡੇ ਵੀਰਾਂ ਨੇ ਪੁਜਦਾ ਕਰਤਾ ਹੈ। ਇਹਦੇ ਦੁਨੀਆਂ ਜਾਣਦੇ ਵੀ ਕੋਕਰੀ ਬੁੱਟਰ ਵਾਲਿਆਂ ਨੇ ਜਿਹੜੀ ਗੱਲ ਕਹਿਤੀ
ਉਹ ਪੱਕੀ ਹੈ। ਪਹਿਲੇ ਸਮੇਂ ਦੇ ਵਿੱਚ ਕਹਿੰਦੇ ਕੋਕਰੀ ਪੁੱਟਰਾਂ ਨੇ ਮੋਟਰਸਾਈਕਲਾਂ ਦੀਆਂ ਸਰਬਾਤਾਂ ਕੀਤੀਆਂ, ਮੋਟਰਸਾਈਕਲ ਵੱਡੇ ਨੇਕਾ ਏਸੀ ਗੱਲਾਂ ਬੋਲਟਾਂ ਦੀਆਂ ਹੋਈਆਂ, ਉਹ ਕਹਿੰਦੇ ਗੱਲਾਂ ਬਸ ਮਸ਼ੀਨਾਂ ਦੀਆਂ ਹੋਈਆਂ। ਜਿਹੜੀ ਗੱਲ ਕੋਕਰੀ ਵਾਲਿਆਂ ਨੇ ਕਹਿੰਦੀ ਜਵਾਬ ਤੇ ਬੜੇ ਖਰੇ ਹੈ, ਬੜੇ ਪੱਕੇ ਹੈ। ਉਹ ਕੋਕਰੀ ਵਾਲੇ ਕਹਿੰਦੇ ਜਿਹੜੀ ਗੱਲ ਕਹਿੰਦੀ ਗੱਲ ਪੱਕੀ ਹੈ, ਤੇ 11,000 ਖੰਜਰ ਵਾਲਿਆਂ ਦੇ ਲਈ ਪੁੱਜਦਾ ਕਰ ਦਿੱਤਾ। ਸਕੋਰ ਬਾਈ ਦੱਸਦੇ ਹਾਂ ਬਾਈ, ਵਧੀਆ ਵਧੀਆ। ਹਰਮੀਤ ਖਰੌੜ ਯੂਕੇ, ਖਰੌੜ ਸਾਹਿਬ ਵੈਲਕਮ ਜੀ, ਵੈਲਕਮ ਹਰਮੀਤ ਖਰੌੜ ਯੂਕੇ। ਹੋਰ ਜੀ ਕੀ ਹਾਲ ਚਾਲ ਖਰੌੜ ਸਾਹਿਬ, ਹੱਟਾ 'ਚ ਕਾਮਾ ਕੈਮਾ ਸਿੱਤਾ। ਕਿੰਨੇ ਬੰਮੂ ਪੁਆਇੰਟ, ਕਿੰਨੇ? ਪੰਜ ਪੰਜ ਪੁਆਇੰਟ ਆ ਵੀਰੇ, ਫਾਈਵ ਵੀਚ ਸੈਕਿੰਡ ਸੈਮੀ। ਪੰਜ ਪੰਜ ਦੀ ਬਰਾਬਰੀ, ਫਾਈਵ ਵੀਚ। ਬਹੁਤ ਤਕੜਾ ਮੈਚ ਚਲੀ ਜਾਂਦਾ ਸਰ, ਧੜਦੀ ਲੱਗੀ ਪਈ ਹੈ ਦੋਵੇਂ ਟੀਮਾਂ ਦੀ। ਉੱਧਰ ਫਿਰੋਜ਼ਾ ਵੀ, ਇੱਧਰ ਕੱਟਿਆਂ ਵਾਲੀ, ਸਰ ਧੜਦੀ ਲੱਗੀ ਪਈ ਹੈ ਜਮਾਂ। ਬਾਲੀ ਕਾਂਡੇ ਦੀ ਟੱਕਰ ਹੈ, ਹਰਨਾ ਕੋਈ ਵੀ ਨਹੀਂ ਚਾਹੁੰਦੀ। ਟੀਮ ਇੱਥੇ ਆ ਕੇ ਸੈਕਿੰਡ ਸੈਮੀ ਹੈ, ਜਿੱਤਣ ਵਾਲੀ ਟੀਮ ਨੇ ਫਾਈਨਲ ਪਹੁੰਚ ਜਾਣਾ। ਪੰਜ ਪੰਜ ਦੀ ਬਰਾਬਰੀ, ਗਿੱਦੜ ਪਿੰਡੀ ਦਾ ਵੱਡਾ ਕੱਪ ਖੇਡ ਰਹੇ ਹੋ, ਖੇਡ ਰਹੇ ਮੁੰਡੇ। ਵਧਾਈਆਂ ਵਾਲਾ ਨੱਪੀ ਆਉਂਦਾ ਕੰਮ ਨੂੰ। ਉੱਧਰ ਪਿੰਡਾਂ ਚੁੱਗਿਆਂ ਵਾਲਾ ਸੈਂਟਰ 'ਚ ਪਿੰਦੇ ਉਰੇ ਵੀ ਐਨ ਫਿੱਟ ਆ ਮੁੰਡੇ, ਵਧੀਆ ਵਧੀਆ ਰਾਜੇ। ਪੰਜ ਪੰਜ ਪੁਆਇੰਟ ਸਰਵਿਸ ਘੱਟਿਆਂ ਵਾਲੀ ਦੀ, ਇੱਧਰ ਪੰਜ ਉੱਧਰ ਪੰਜ, ਸਰਵਿਸ ਘੱਟਿਆਂ ਵਾਲੀ ਦੀ, ਘੱਟਿਆਂ ਵਾਲੀ ਦੀ। ਫਾਈਵ ਵੀਚ ਹਰਮਨਜੋਤ, ਬਹੁਤ ਬਹੁਤ ਧੰਨਵਾਦ ਹਰਮਨਜੋਤ। ਰਾਣਾ ਮਾਂਗਟ ਲੱਭੇ ਉਰੇ ਹਾਰ ਗਏ ਵੀਰੇ, ਪਤਾ ਨਹੀਂ ਯਾਰ ਕਿੰਨੇ ਸੀ ਪੁਆਇੰਟ ਕਰਨਾ। ਸਾਰੇ ਵੀਰ ਹਰਮੀਤ ਬਾਈ ਸਹੀ ਚੱਲ ਜਾਂਦਾ ਮੇਰੇ ਕੋਲ ਤਾਂ, ਤੁਸੀਂ ਦੱਸੋ। ਸੈਵ ਅਰੋੜਾ ਬਹੁਤ ਧੰਨਵਾਦ, ਰਾਣਾ ਮਾਂਗਟ ਲੱਭੇ ਉਰੇ ਹਾਰ ਗਏ ਵੀਰੇ। ਰਾਣੇ ਬਾਈ ਦੇਖੋ ਕੀ ਬਣਦਾ, ਸ਼ਾਇਦ ਅਰੋੜਾ
ਬਾਲਾ ਤਕੜਾ ਮੈਚ ਬਣ ਗਿਆ ਮੁੰਡਿਓ, ਬਾਲਾ ਤਕੜਾ ਮੈਚ ਬਣ ਗਿਆ। ਸਿਰ ਧੜਦੀ ਲੱਗ ਗਈ ਹੈ, ਮੈਚ ਬਾਲਾ ਤਕੜਾ ਹੈ। ਦੇਖੋ ਸਹੀ ਤੁਸੀਂ ਬਣਦਾ ਕੀ ਮੈਚ, ਪੰਜ ਪੰਜ ਦੀ ਬਰਾਬਰੀ ਮੇਰੇ ਖਿਆਲ 'ਚ ਨਹੀਂ। ਸੋਹਣੇ ਮੈਚ ਕਹਿੰਦੇ ਜਾ ਰਹੇ ਹੈ ਉਧਰ, ਫਲੈਗ ਨੈਟ ਕੁੱਤਾ ਕਹਿੰਦੇ ਕੋਕਰੀ ਵਾਲਿਆਂ ਦਾ, ਗੱਲਾਂ ਬਲ ਗਰੁੱਪ ਦੀਆਂ, ਗੱਲਾਂ ਗਿੱਲ ਗਰੁੱਪ ਦੀਆਂ, ਆਓ ਗੱਲਾਂ ਕਹਿੰਦੇ ਖੇਡ ਮੈਦਾਨ ਦੇ ਵਿੱਚ ਕੋਕਰੀ ਵਾਲਿਆਂ ਦੀਆਂ ਹੁੰਦੀਆਂ। ਦੋ ਦਿਨਾਂ ਚ ਦੋ ਮੋਟਰਸਾਈਕਲ ਕਹਿੰਦੇ ਜਿੱਤ ਲਿਆ, ਆਓ ਕੁੱਤਾਂ ਦੀਆਂ ਦੌੜਾਂ ਲਈ ਜਾਣਦੇ ਹੈ ਤੇ ਬਲ ਗਰੁੱਪ ਦਾ ਸਿੱਕਾ ਚੱਲਦਾ ਹੈ। ਰਵੀ ਵਰਗੇ ਕਹਿੰਦੇ ਆਏ ਹੋਏ ਹੈ ਜਿਨ੍ਹਾਂ ਨੇ ਲੋਕਾਂ ਨੂੰ ਦੱਸ ਦਿੱਤਾ ਹੈ, ਆਓ ਲੋਕਾਂ ਦੇ ਕਾਲਜ ਫੂਕਦੇ ਹੈ। ਦੋ ਦਿਨਾਂ ਚ ਮੁੰਡਿਆਂ ਨੇ ਦੋ ਮੋਟਰਸਾਈਕਲ ਜਿੱਤ ਲਏ ਹੈ, ਅਜੇ ਵੀ ਭਰਾ ਪੁੱਜੇ ਹੋਏ ਹੈ। ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਬਰਾਬਰੀ ਤੇ ਖੇਡਿਆ ਜਾ ਰਿਹਾ ਹੈ। ਉਹ ਮੈਚ ਬੜਾ ਤਕੜਾ ਚੁੱਕੇ ਵਾਲਾ ਧੂੜ ਦੇ ਕੱਟੀ ਪੁੱਟੀ ਸਾਹਮਣੇ ਚੰਦ ਬਾਜੂ ਵਾਲਾ ਦਾ ਨੰਬਰ ਜੁੜ ਗਿਆ। 19 ਮਾਰਚ ਨੂੰ ਨੰਬਰ ਮਿਲਣ ਦਾ ਮਹਾਕੁੰਭ ਸਕਰਾਲੀ ਨੀਅਰ ਭਾਦਸੋਂ, ਉੱਥੇ ਕੱਚੀ ਦੀਆਂ ਵੱਡੀਆਂ ਰੌਣਕਾਂ ਲੱਗਣੀਆਂ ਭਰਾ ਸਾਡੇ ਰਵੀਰ ਖਰੋੜ UK ਦੇ ਪਿੰਡ। ਓਕੇ ਜੀ, ਓਕੇ ਖਰੋੜ ਸਾਹਿਬ, ਬੈਸਟ ਵਿਸ਼ਸ ਆ ਤੁਹਾਡੇ ਲਈ, ਬਹੁਤ ਸੋਹਣਾ ਟੂਰਨਾਮੈਂਟ ਹੋਣਾ। ਇਹ ਕਹਿੰਦੇ ਇਹ ਸਾਈ ਦਾ ਬੇਟਾ ਬੰਦਾ ਬਹੁਤ ਤਕੜਾ ਖੇਡਿਆ, ਬੋਰਡ ਦੇ ਥੱਲੇ ਬੋਰਡ ਬੋਰਡ ਵਾਲੀ ਗੱਲ ਹੈ। ਬਹੁਤ ਸੋਹਣਾ ਮੈਚ ਦੇ ਵਿੱਚ ਤਕੜੀ ਟੱਕਰ ਖੇਡੀ ਜਾ ਰਹੀ ਹੈ। ਇੱਕ ਇੱਕ ਨੰਬਰ ਦਾ ਫਰਕ ਹੈ, ਕਿਤੇ ਨੰਬਰ ਇੱਧਰ ਲੱਗਦਾ ਹੈ, ਹੋਰ ਕਿਤੇ ਉੱਧਰ ਲੱਗਦਾ ਹੈ। ਮੈਨੂੰ ਲੱਗਦਾ ਵੀ ਇਹਦੀ ਨਾਗ ਦੇ ਝਾਪੇ ਚ ਆ ਗਈ, ਹੋਰ ਨਾਗ ਨੇ ਟੱਪ ਦੇਣੀ ਹੈ, ਇਹਦੀ ਨਾਗ ਦੇ ਕਬਜ਼ੇ ਚ ਆ ਗਈ। ਅੰਨਾ ਬੰਦਾ ਰਾਜੇ ਪਸੇ ਪੁੱਠੇ ਰਸਤੇ ਪਾਈਏ ਨਾ, ਡੈਰੀ ਦੇ ਕਰ ਕਹਿਣ ਸਿਆਣੇ ਭੁੱਲ ਕੇ ਵੀ ਖਾਣਾ ਖਾਈਏ ਨਾ, ਜੋ ਰੱਸੀ ਦਾ ਸੱਪ ਬਣਾਵੇ ਗੱਲ ਕਿਸੇ ਨੂੰ ਦੱਸੀਏ ਨਾ, ਇੱਕ ਕਿਸੇ ਦੀ ਕਰੋ ਨਾ ਚੁਗਲੀ, ਇੱਕ ਮਾੜੇ ਤੇ ਹੱਸੀਏ ਨਾ, ਇੱਕ ਕਿਸੇ ਦੀ ਕਰੋ ਨਾ ਚੁਗਲੀ, ਇੱਕ ਮਾੜੇ ਤੇ ਹੱਸੀਏ ਨਾ। ਲਓ ਮੈਚ ਕਹਿੰਦੇ ਬੜਾ ਤਕੜਾ ਖੇਡਿਆ ਜਾ ਰਿਹਾ ਹੈ, ਚੰਦ ਬਾਜੇ ਵਾਲਾ ਮੁਰਦਗੀ ਦਾ ਇਲਾਕਾ ਹੈ, ਹੋ ਸਾਹਮਣੇ ਕਹਿੰਦੇ ਮੁਰਦਗੀ ਦਾ ਇਤਿਹਾਸ ਬੜਾ ਵੱਡਾ ਹੈ ਖੇਡ ਮੈਦਾਨ ਦੇ ਵਿੱਚ, ਆਹ ਮੁੰਡਾ ਉਸ ਇਲਾਕੇ ਦਾ ਹੈ। ਗੱਲਾਂ ਕਹਿੰਦੇ ਕੱਬਰ ਵਸੇ ਵਾਲੇ ਪੀਤੇ ਅਰਗਾਂ ਦੀਆਂ ਸੁੱਖ ਅਰਗਾਂ ਦੀਆਂ ਹੁੰਦੀਆਂ ਉਸ ਇਲਾਕੇ ਦੇ ਵਿੱਚ, ਹੋ ਗੱਲਾਂ ਕਹਿੰਦੇ ਚੰਦ ਬਾਜੇ ਆਉਂਦੀਆਂ ਅੱਜ ਕੱਲ ਚਰਚਾ ਦੇ ਵਿੱਚ ਹੈ, ਬੱਲੇ ਬੱਲੇ ਹੋਈ ਪਈ ਹੈ, ਹੋ ਭਾਲਾ ਮਾਰਨ ਨੀ ਫੜਦੇ, ਹੋ ਮੋੜੀ ਤੁਰੇ ਆਉਂਦੇ ਹੈ, ਹੋ ਮੁੰਡੇ ਕਹਿੰਦੇ ਮੋੜੀ ਤੁਰੇ ਆਉਂਦੇ ਹੈ, ਗੁੱਟ ਕਟਾਪਾ ਫੁੱਲ ਹੈ, ਕਿੱਦੜ ਵੱਡੀ ਚੱਲਦਾ ਹੈ। ਜੀਵਨ ਬਰਾੜ ਆ ਗਿਆ, ਕਹਿੰਦੇ ਚੰਨੂ ਵਾਲੀਆ ਜੱਟ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਜੀਵਨ ਬਰਾੜ USA ਬਰਾੜ ਸਾਹਿਬ ਕਿਵੇਂ ਹੋ, ਫਸ ਗਏ ਪੁੰਡੀਆਂ ਦੇ, ਹੋ ਗਏ ਆ ਗੋਟੀ ਲਾ ਕੇ। ਮੁਕਸਰੀਆ ਮਾਘੀ ਦਾ ਮੇਲਾ ਕਹਿੰਦੇ ਬੜਾ ਪ੍ਰਸਿੱਧ ਹੈ ਮੁਕਸਰ ਦਾ, ਮੁਕਸਰੀਏ ਘੋੜੇ ਰੱਖਣ ਦੇ ਸ਼ੌਕੀਨ ਹੈ, ਆਹ ਮੁੰਡਾ ਜਿਹੜੇ ਮੁਕਸਰ ਦੇ ਵਧਾਈਆਂ ਪਿੰਡ ਦਾ ਹੈ, ਸੋਹਣੇ ਵਾਲੇ ਦੇ ਲਾਗੇ ਕਹਿੰਦੇ ਵਧਾਈਆਂ ਪਿੰਡ ਹੈ। ਬਾਬੇ ਦੀਆਂ ਗੱਲਾਂ ਹੁੰਦੀਆਂ, ਆਹ ਗੱਲਾਂ ਸੋਨੂੰ ਵਧਾਈਆਂ ਦੀਆਂ, ਗੱਲਾਂ ਕਹਿੰਦੇ ਚੰਨੇ ਵਧਾਈਆਂ ਦੀਆਂ ਹੁੰਦੀਆਂ, ਆਹ ਵੀ ਮੁੰਡਾ ਉਸੇ ਪਿੰਡ ਦਾ ਹੈ, ਪੜ੍ਹਿਆ ਲਿਖਿਆ ਵੀ ਬੜਾ ਹੈ, ਖੇਡ ਵੀ ਬੜੀ ਤਕੜੀ ਹੈ। ਚੰਦ ਬਾਜਿਆਂ ਦੇ ਫੇਰ ਖੱਬੇ ਸੱਜੇ
ਚਾੜ ਜਾਣੀ ਹੈ। ਉਹ ਚੰਦ ਬਾਜਲ ਨੇ ਕਹਿੰਦੇ ਫੇਰ ਖੱਬੇ ਸੱਜੇ ਚਾੜ ਜਾਣੀ ਹੈ। ਕਹਿੰਦੇ ਵਾ ਕਹਿੰਦੇ ਤਜਰਬਾ ਬੰਦਾ ਵੱਡੇ ਵੱਡੇ ਕਹਿੰਦੇ ਮੇਲੇ ਕਹਿੰਦੇ ਹੁਣ ਕੱਪੇ ਹੋਇਆ ਉੱਥੋਂ ਦੇ ਕਿੱਦਾਂ ਪੁਸ਼ਟ ਬਣਿਆ ਵੱਡੇ ਵੱਡੇ ਕੱਪਾਂ ਦਾ ਤੇ ਨਾਲ ਮੈਂ ਟਰੱਕਰਾਂ ਦੇ ਪਿੰਡਾਂ ਦੇ ਉੱਤੋਂ ਦੇ ਸੁਮਾ ਉਹ ਪਾਲਾਂ ਕਹਿੰਦੇ ਲਗਾਤਾਰ ਲੱਗ ਰਹੀਆਂ ਨੇ ਕੌਣ ਜੋੜਦਾ ਨੰਬਰ ਆਪਣੀ ਟੀਮ ਦੇ ਲਈ ਇਹਦੇ ਕਹਿੰਦੇ ਵਕਤ ਦੇ ਫੈਸਲੇ ਜਿਹੜੇ ਕਰ ਦੇਣੇ ਆ ਇਹ ਬਿਨਾਂ ਗੱਲੋਂ ਕਾਲਜੇ ਦਾ ਟੱਪਣਾ ਉਹ ਹੋਦੀਆਂ ਨਿਸ਼ਾਨੀ ਵੇਰੇ ਹਾਰਦੀ ਹੈ ਤੇ ਕਦੇ ਨਾ ਕੰਡਾਸਾ ਚਾਨ ਬਖਸ਼ੇ ਤੇ ਕਦੇ ਨੀ ਗਲੇਲ ਯਾਰੋ ਪੱਤਾ ਪਾਰਦੀ ਹੈ ਹੱਥ ਨੂੰ ਵੀ ਪੈਂਦਾ ਯਾਰੋ ਘੁੱਟਣਾ ਜੇ ਗੁੱਟ ਤੇ ਚੜਾਉਣਾ ਹੋਵੇ ਕਦੇ ਨੂੰ ਤੇ ਬੈਠਿਆਂ ਨੂੰ ਦੁਨੀਆਂ ਨਹੀਂ ਪੂਜਦੀ ਹੈ। ਹੁਣ ਗੁੱਟ ਦੀ ਸਲਾਮੀ ਇੱਥੇ ਖੜੇ ਖੜੇ ਨੂੰ ਲੈ ਵੀ ਨੰਬਰ ਹਰੀ ਇੱਕ ਵਾਰੀ ਜ਼ਰੂਰ ਦੱਸੀ ਮੇਰਾ ਬਾਈ ਕਿੰਨੇ ਕਿੰਨੇ ਹੋ ਗਿਆ ਖੇਡਾਂ ਤੇ ਲਾਉਂਦੇ ਨੇ ਖਰੇ ਖੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਟਨਕਾ ਕੇ ਰਾਜੇ ਕੇਲੇ ਸੱਜੇ ਮਿੱਤਰ ਸੌ ਰੱਬ ਦੀ ਮਿਲਦੇ ਜੱਫੀਆਂ ਪਾ ਕੇ ਸੌ ਰੱਬ ਦੀ ਮਿਲਦੇ ਜੱਫੀਆਂ ਪਾ ਕੇ ਉਹ ਅੱਜ ਯਾਰਾਂ ਦਾ ਮੇਲਾ ਹੈ। ਦਵਾਦੀ ਦੇ ਕਹਿੰਦੇ ਵੱਡੇ ਵੱਡੇ ਸੁਪਰ ਸਟਾਰ ਆ ਗਰਾਊਂਡ ਨੇ ਕਹਿੰਦੇ ਦੁਨੀਆਂ ਦੇ ਵਿੱਚ ਤਸੱਲੀ ਪਹੁੰਚਾਈ ਜਿਹੜੇ ਮੁੰਡਿਆਂ ਨੇ ਆ ਗਰਾਊਂਡ ਦੀ ਗੇੜ ਹੈ ਬੜੀ ਭਾਗਾਂ ਵਾਲੀ ਧਰਤੀ ਅੱਜ ਗਿੱਦੜ ਪਿੰਡੀ ਦੀ ਜਗਰਾਓ ਦਾ ਇਲਾਕਾ ਹੈ। ਗਿੱਦੜ ਪਿੰਡੀ ਪਿੰਡ ਨੂੰ ਕੌਣ ਜਾਣਦਾ ਜੇ ਹਫ਼ਤੇ ਅਰਗੇ ਨਾ ਖੇਡਦੇ ਹੁੰਦੇ ਉਹ ਗਿੱਦੜ ਪਿੰਡੀ ਦਾ ਨਾਂ ਬੰਦਾ ਨੇ ਦੁਨੀਆਂ ਦੇ ਨਕਸ਼ੇ ਤੇ ਲਿਖ ਦਿੱਤਾ ਹੈ। ਬਹੁਤ ਕਮਾਲ ਖੇਡਾ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਕੋਈ ਜ਼ਿਆਦਾ ਫਰਕ ਨੀ ਕੋਈ ਜ਼ਿਆਦਾ ਫਰਕ ਨੀ ਪਰ ਇੱਧਰ ਕਹਿੰਦੇ ਨੱਥੂ ਵਾਲੀਆ ਹਣੀ ਫੈਸਲਾ ਕਰ ਗਿਆ ਹੈ ਨੰਬਰ ਬਿਲਕੁਲ ਬਰਾਬਰੀ ਤੇ ਆ ਗਿਆ ਹੈ। ਨੰਬਰ ਕਹਿੰਦੇ ਫਿਰ ਬਿਲਕੁਲ ਬਰਾਬਰੀ ਬਿਲਕੁਲ ਬਰਾਬਰੀ ਦੇ ਮੁਕਾਬਲਾ ਖੇਡਿਆ ਜਾ ਰਿਹਾ ਹੈ। ਜਾਂ ਤੋ ਟੱਕਰ ਇਹਨੇ ਹਾਨੀਆਂ ਨੂੰ ਮਾਫ਼ ਨਾ ਕਰੋ ਭੱਜਦਿਆਂ ਨੂੰ ਇੱਕੋ ਦਿੱਕੇ ਬਾਹ ਨਾ ਕਰੋ ਰਾਜਾ ਖੇਡਾਂ ਲਿਖੇ ਗੱਲ ਲੱਖ ਲੱਖ ਦੀ ਤੇ ਧੁੱਪ ਪੈ ਗਈ ਹੈ। ਜਿੱਦਰ ਪਿੰਡੀ ਦੇ ਕਹਿੰਦੇ ਵੱਡੇ ਕੱਪ ਵੀ ਜਿੱਦਰ ਪਿੰਡੀ ਦਾ ਕੱਪ ਵੀ ਪ੍ਰਸ਼ੰਸਾ ਹੈ। ਜਿੱਦਰ ਪਿੰਡੀ ਦੇ ਕਹਿੰਦੇ ਖਿਡਾਰੀ ਬੜੇ ਟੋਟੀ ਟੋਟੀ ਦੇ ਪੈਸੇ ਕਰਦੇ ਆ ਲਾਰੀ ਤਾਰੇ ਬਾਈ ਆ ਮੈਂ ਤੇ ਗੁਰਜੀਤਾ ਸੀਗੇ ਜਦੋਂ ਤਖਤਪੁਰਾ ਸਾਹਿਬ ਦੀ ਧਰਤੀ ਦੇ ਖੇਡਿਆ ਬਾਈ ਆ ਤੇ ਜਦੋਂ ਵੀ ਚਾਪ ਦੇਖੀ ਆ ਤੇ ਪਹਿਲਾਂ ਗੁਰਜੀਤਾ ਕਹਿੰਦਾ ਪਿੰਡ ਚਾਹੁੰਦੇ ਆਪਾਂ ਬਾਈ ਨੂੰ ਤੇ ਬਾਅਦ ਜਦੋਂ ਕੋਲੇ ਗਏ ਆ ਕਹਿੰਦਾ ਛੱਡ ਪਰੇ ਖੜਾ ਯਾਰ ਬਾਹਲਾ ਅੜਬ ਲੱਗਦਾ ਆਪਾਂ ਨੂੰ ਖਰੇ ਕੁਝ ਬੋਲੇ ਨਾ ਪਰ ਅੱਜ ਪਤਾ ਲੱਗਿਆ ਵੀਰਦਾ ਵੀ ਸੁਭਾਅ ਦੇ ਵਿੱਚ ਕਿੰਨੀ ਨੀ ਵਰਦਾ ਸਾਰਾ ਪਹਿਲਾਂ ਘੁੱਪ ਕੇ ਆ ਗਏ ਪਿੰਡੇ ਝੰਡੇ ਕਦੇ ਜੱਜਾਂ ਤੱਕਾਂ ਦੀਆਂ ਕਰਦੇ ਰਹੇ ਵੀ ਬੁਲਾ ਲਈਏ ਜਾਂ ਨਾ ਬੁਲਾ ਲਈਏ ਤੇ ਸਾਰੇ ਮੇਲੇ ਤੋਂ ਵੀ ਦੋ ਤਿੰਨ ਵਾਰੀ ਗੇੜਾ ਕੱਢਦਾ ਪਰ ਬੁਲਾਉਣ ਦਾ ਦਿਲ ਨੀ ਪਿਆ ਹੱਥੇ ਨੂੰ ਵੀ ਯਾਰ ਬਾਹਲਾ ਅੜਬ ਲੱਗਦਾ ਤੇ ਔਰ ਕਹਿੰਦੇ ਬੜੇ ਮੰਦਰੋ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਸ਼ਾਇਦ ਦੂਜੇ ਮੇਲੇ ਤੇ ਹੱਥੇ ਵਾਰੀ ਨਹੀਂ ਪਹੁੰਚੇ ਤੁਸੀਂ ਇੱਕ ਮੇਲੇ ਖੇਡਿਆ ਤਖਤਪੁਰਾ ਸਾਹਿਬ ਦੀ ਧਰਤੀ ਦਾ ਤੇ ਕਹਿੰਦੇ ਦੱਸ ਗਿਆ ਵੀ ਜਿੱਦਰ ਵੱਡੀ ਪਿੰਡ ਕਿੱਥੇ ਕਿਤੇ ਪੈਂਦਾ ਹੈ ਤਲਵੰਡੀ ਵਾਲਿਆ ਹਫ਼ਤੇ ਨੇ ਕੁੱਟੇ ਵਾਲਿਆ ਰੇਡਰ ਵੀ ਕੀ ਕਰਨ ਹਫ਼ਤੇ ਨੇ ਕੁੱਟੇ ਵਾਲਿਆ ਉਹ ਮਸ਼ੀਨ ਕਹਿੰਦੇ ਸੀ ਹਫ਼ਤੇ ਨੂੰ ਲਫੇੜਿਆ ਵਾਲੀ ਹਫ਼ਤੇ ਨੇ ਰੇਡਰ ਕੁੱਟੇ ਵਾਲਿਆ ਪਰ ਨਿਵਰਤਾ ਇੰਨੀ ਰੱਬ ਨੇ ਕਹਿੰਦੇ ਲੁਕੋ ਕੇ ਕੁੜ ਨੀ ਰੱਖਿਆ ਬੁੱਢੀ ਅਸਮਾਨ ਤੇ ਹੈ ਪਰ ਪੈਰ ਧਰਤੀ ਦੇ ਨਾਲ ਹੈ ਪੈਰ ਧਰਤੀ ਨਾਲ ਹੋਣੇ ਬੜੇ ਜ਼ਰੂਰੀ ਹੈ ਇਹ ਕੋਈ ਟਾਵਾਂ ਟਾਵਾਂ ਰੱਖ ਸਕਦਾ ਹੈ
ਗੁੱਡੀ ਚੜ੍ਹਦੇ ਜਾਂਦੀ ਹੈ ਪਰ ਗੁੱਡੀ ਟਿਕਾ ਕੇ ਰੱਖਣੀ ਗੱਲ ਬਹੁਤ ਵੱਡੀ ਹੈ। ਗੁੱਡੀ ਟਿਕਾ ਕੇ ਰੱਖਣੀ ਗੱਲ ਬਹੁਤ ਵੱਡੀ ਹੈ। ਬੜੀ ਨਿਮਰਤਾ, ਬੜੀ ਸਹਿਣਸ਼ੀਲਤਾ ਹੈ ਤੇ ਵਾਹਿਗੁਰੂ ਤਰੱਕੀਆਂ ਬਖਸ਼ ਸਾਡੇ ਮੇਲ ਤੋਂ ਵੱਡਾ ਮੇਲਾ ਕਰਵਾਇਆ ਹੈ। ਖੇਡਾਂ ਨੂੰ ਬੜਾ ਪਿਆਰ ਕਰਦਾ ਹੈ, ਖੇਡਾਂ ਨੂੰ ਬੜੀ ਸਪੋਰਟ ਕਰਦਾ ਹੈ। ਬਹੁਤ ਸਾਹਮਣੇ ਖੇਡ ਮੈਦਾਨ ਦੇ ਵਿੱਚ ਗੱਲ ਹੋਈ, ਉਹਦੇ ਵਿੱਚ ਵੱਜੇ ਹੋਏ ਹੈ। ਇੱਧਰ ਕਹਿੰਦੇ ਸ਼ੁਰੂ ਸ਼ਹਿਰ ਵਾਲਾ ਰੂਪ ਸਰਵੇ ਕਰ ਗਿਆ ਖੇਡ ਮੈਦਾਨ ਦੇ ਵਿੱਚ, ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ। ਚੱਕਰ ਕਹਿੰਦੇ ਸਪਰੇ ਦੀ ਹੈ, ਹਾਂ ਇੱਕ ਇੱਕ ਬਾਲ ਇੱਕ ਇੱਕ ਨੰਬਰ ਬਹੁਤ ਕੀਮਤੀ ਹੈ। ਗੱਲਾਂ ਜ਼ਿਲ੍ਹੇ ਲੁਧਿਆਣੇ ਦੀ ਹੈ, ਜੇ ਜ਼ਿਲ੍ਹੇ ਨੇ ਕਹਿੰਦੇ ਹੌਲਦਾਰ ਨੂੰ ਜਨਮ ਦਿੱਤਾ ਹੈ, ਰੂਪ ਪੈਦਾ ਕੀਤਾ, ਜੁੱਬਾ ਪੈਦਾ ਕੀਤਾ, ਖੰਜਰ ਵਾਲੀਆ ਬਿੰਦਰ ਪੈਦਾ ਕੀਤਾ, ਦੁਨੀਆਂ ਦੇ 73 ਖਿਡਾਰੀ ਖੇਡਾਂ ਦੇ ਮਾਣ ਵਰਗੇ, ਪਹਾੜੂ ਵਾਲੀਆ ਸੱਤੇ ਵਰਗੇ ਸਮੇਂ ਸਮੇਂ ਦੇ ਨਾਲ ਇਹਨਾਂ ਗਰਾਊਂਡਾਂ ਦਿੱਤੇ ਹੈ। ਅਤੇ ਕਹਿੰਦੇ ਜ਼ਿਲ੍ਹਾ ਲੁਧਿਆਣਾ ਵੱਡੀ ਗੱਲਬਾਤ ਹੈ, ਪਰ ਇੱਕ ਗੱਲ ਤਾਰੇ ਬਾਈ ਹੋਰ ਵੀ ਨਹੀਂ ਪਤਾ ਲੱਗੀ ਹੈ। ਦਿਲ ਬੜਾ ਵੱਡਾ ਸਾਡੇ ਵੱਡੇ ਭਰਾ ਦਾ, ਪਰ ਸਾਡੇ ਸੁਖਵਿੰਦਰ ਸਿੰਘ ਖਾਲਸਾ ਦੀ ਜਿਹੜੇ ਸੰਪਰਕਤ ਦੀ ਸੇਵਾ ਕਰਦੇ ਹੈ, ਉਹ ਕਹਿੰਦੇ ਜੀ 50 ਮੇਲੇ ਦਾ ਤੁਰ ਫਿਰ ਕੇ ਲੋਕਾਂ ਨੂੰ ਹੱਥ ਦੇ ਕੇ ਕਿਤੇ ਚੜ੍ਹ ਜਾਣਾ, ਏਦਾਂ ਮੇਲੇ ਲਾਏ ਤੇ ਸਾਡੇ 400 ਮੇਲਾ ਸਾਈਕਲ ਨੇ ਲਾਤਾ, ਸਾਡੇ 400 ਮੇਲਾ ਕੁੱਲ ਮਿਲਾ ਕੇ 500 ਮੇਲਾ ਜਿਵੇਂ ਕਹਿ ਦਈਏ ਵੀ ਬਹੁਤ ਵੱਡੀ ਮਿਹਨਤ ਮੁਸ਼ਕਤ ਦੇ ਨਾਲ ਕਰਕੇ ਫਿਰ ਕਿਤੇ ਜਾ ਕੇ ਸਾਡੇ ਖਾਲਸਾ ਦੀ ਸੇਵਾ ਕਰਦੇ ਸੀਗੇ। ਤੇ ਸਾਡੇ ਖਾਲਸਾ ਜੀ ਨੇ ਹੁਣੇ ਹੁਣੇ ਦੱਸਿਆ ਵੀ ਕਿਸ਼ਨਪੁਰੇ ਦੇ ਟੂਰਨਾਮੈਂਟ ਦੇ ਇਹ ਭਰਾ ਨੇ ਆਪਣੇ ਖਾਲਸਾ ਜੀ ਦਾ ਸਰਵਾਰ ਮੋਟਰਸਾਈਕਲ ਨਾਲ ਕਰਤਾ। ਯਾਰ ਕਿੰਨੇ ਕੁ ਜਾਣੇ ਬੈਠੇ ਹੋ ਬਾਈ, ਇੱਕ ਵਾਰੀ ਤਾੜੀ ਮਾਰ ਦੇ ਯਾਰ ਹੱਥ ਹੋਵੇ, ਇਹ ਕੋਈ ਕਹਿਣ ਦੀ ਗੱਲ ਨੀ ਹੁੰਦੀ ਹੈ। ਸਿਆਣੇ ਕਹਿੰਦੇ ਵੀ ਕੰਮ ਆਪਣਾ ਤੇ ਸੋਭਾ ਜੱਗ ਦੀ ਹੈ, ਜਦੋਂ ਗੱਲ ਕਰੇ ਨਾ ਵੀ ਹਾਂ ਆ ਯਾਰ ਫੱਬੇ ਚ ਗੱਲਬਾਤ ਹੈਗੀ ਹੈ ਤੇ ਪਤਾ ਫੇਰ ਲੱਗਦਾ। ਵੱਡਾ ਧੰਨਵਾਦ ਜੀਓ ਸੁਣਿਆ, ਸਾਡੀਆਂ ਵੀ ਉਮਰਾਂ ਤੈਨੂੰ ਲੱਗ ਜਾਣ, ਸਾਡੀਆਂ ਦੁਆਵਾਂ ਨੇ ਤੇਰੇ ਲਈ। ਲਓ ਚੋਟੀ ਦਾ ਮੈਚ ਸਾਰੇ ਮੰਦਰ ਸਾਂਝੇ ਕਰਦੀ ਸੁਣੇ ਵੀਰ, ਕਿੰਨੇ ਕਿੰਨੇ ਹੋ ਗਏ ਬਿਲਕੁਲ ਬਰਾਬਰੀ ਤੇ ਖੇਡ ਰਹੀਆਂ ਹੈ। ਬੜਾ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ। ਟਾਲੀ ਵਾਲੀਆ ਕਿਰਤ ਵੀ ਕਿਹੜੇ ਦੰਦਾ ਕਰਦਾ ਹੈ, ਆਓ ਟਾਲੀ ਵਾਲੀਆ ਕਿਰਤੋਂ ਦੀ ਧੰਨਵਾਦ ਹੈ। ਮੁੰਡਾ ਬੜਾ ਵਧੀਆ ਜੁੱਗੀ ਦੇ ਨਾਲ ਦੂਰੀ ਦੇ ਨਾਲ ਜਾ ਰਹੀ ਹੈ। ਆਓ ਕਿੰਗਰੇ ਨੇ ਕਹਿੰਦੇ ਮਨਵੀਰ ਦੇ ਨਾਲ ਪਿਆਰ ਹੈ ਮੁੰਡਿਆਂ ਦਾ, ਇਹ ਟਿੱਕੜੀ ਬੜੀ ਤਕੜੀ ਉੱਠੀ ਹੈ ਗੁਰੂ ਹਰਸਾਹਿਬ ਤੋਂ, ਕਿਹੜੇ ਵੀ ਮੁੰਡੇ ਤਕੜਾ ਹੈ, ਦੋ ਕੈਨੇਡਾ ਜਾ ਆਉਣੇ ਹੈ ਤੇ ਦੋ ਪੰਜਾਬ ਚ ਧੁੰਮ ਪਾਈ ਫਿਰਦੇ ਹੈ। ਗੱਲਾਂ ਮੁੰਡਿਆਂ ਦੀਆਂ ਹੈ, ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ ਚ ਕੋਈ ਗੱਲ ਬਾਤ ਹੁੰਦੀ ਹੈ, ਵੱਖਰਾ ਕਰਾਂਗੇ ਸਾਰੇ ਜੱਗ ਤੋਂ, ਬਾਕੀ ਯੋਧਿਆਂ ਦੀ ਵੱਖਰੀ ਬਾਤ ਹੁੰਦੀ ਹੈ। ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ ਚ ਕੋਈ ਗੱਲ ਬਾਤ ਹੁੰਦੀ ਹੈ। ਬਾਕੀ ਕਹਿੰਦੇ ਗੱਲਬਾਤ ਹੈ ਮੁੰਡਿਆਂ ਚ, ਗੱਲਬਾਤ ਤੇ ਵੱਖਰੀ ਹੈ। ਬੜਾ ਵਧੀਆ ਮੈਚ ਖੇਡ ਮੈਦਾਨ ਦੇ ਵਿੱਚ, ਨਵੇਂ ਬੰਗੀ ਵਾਲਿਆਂ ਨੇ ਨੰਬਰ ਨੰਬਰ ਜੋੜਿਆ ਨੀ ਮੁੰਡੇ, ਕਹਿੰਦੇ ਹਉ ਪੱਟੀ ਕੋਈ ਤੋੜਨੀ ਪੈਣੀ ਹੈ, ਬਾਲ ਤੇ ਕੋਈ ਮੋੜਨੀ ਪੈਣੀ ਹੈ, ਕੱਲ ਫੇਰ ਟਿਕਾਣੇ ਲੱਗ ਜਾਣੀ ਹੈ। ਹਾਂ ਮੈਚ ਤੇ ਅੱਜ ਦੇ ਦਿਨ ਦਾ ਇਤਿਹਾਸ ਮੈਚ ਹੈ, ਨਵੇਂ ਮੋਟਰਸਾਈਕਲ ਲਾਈਟ ਬੰਦ ਕਰ ਲਈ, ਬੜਾ ਵੱਡਾ ਮੈਚ ਖੇਡਿਆ ਜਾ ਰਿਹਾ ਹੈ। ਅੱਜ ਕਹਿੰਦੇ ਸਹਾਰ ਨਮਾਜ ਵਾਲੇ ਪੰਧੇਰ ਦੇ ਪ੍ਰਬੰਧ ਕੀਤੇ ਹੋਏ ਹੈ, ਐਨ ਦਿਨ ਚੜ੍ਹਾ ਦਿੰਦਾ ਹੈ ਸਹਾਰ ਨਮਾਜ ਵਾਲੇ, ਕਹਿੰਦੇ
ਬੂਟੇ ਟੀਵੀ ਦੀਆਂ ਗੱਲਾਂ ਹਰ ਨਾਲ ਸਾਡੇ ਸੌਂਦਾਂ ਦੇ ਵੀਰ ਦਾ ਵੀ ਦਿਲੋਂ ਧੰਨਵਾਦ ਕਰਾਂਗੇ। ਬੜੀ ਪਿਆਰੀ ਤੇ ਬੜੀ ਕਹਿੰਦੇ ਬੁਲੰਦਵਾਨ ਭਰਾ ਦੇ ਬਖਸ਼ੀ ਇਹਨਾਂ ਖੇਡ ਦੇ ਗਰਾਊਂਡਾਂ ਨੂੰ ਨਾਲ ਸਾਡੇ ਛੋਟੀਆਂ ਫਾਇਰ ਪੇ ਦੇ ਜ਼ਰੀਏ ਵੀ ਅੱਜ ਦੇ ਉੱਥੇ ਟੂਰਨਾਮੈਂਟ ਨੂੰ ਕਵਰ ਕਰਨ ਦੇ ਲਈ ਸਾਡੇ ਵੱਡੇ ਭਰਾ ਪੁੱਜਿਆ। ਵੱਡਾ ਧੰਨਵਾਦ ਨਾਲ ਡੀਸੀ ਆਇਆ ਹੋਇਆ ਰਾਮਸਰ ਵਾਲਾ ਨਸ਼ਿਆਂ ਤੋਂ ਦੂਰ ਤੇ ਘਾਮਣੀ ਪੈਂਦੀ ਹੈ ਘਾਮਣਾ ਤੇ ਬੜਾ ਔਖਾ ਹੁੰਦਾ ਸਾਲ ਸੋਲਵਾਂ ਸੰਭਾਲਣਾ ਤੇਰੇ ਘਰ ਦੇ ਘਰ ਦੇ ਆਉਂਦੇ ਹੱਥ ਕੱਖ ਨਹੀਂ ਆਉਂਦਾ ਕਿੰਨੇ ਪੜੋ ਸੱਤੇਂਜ ਬੰਗੀ ਚੇਂਜ ਆ ਬਾਈ ਸੈਕਸੀ ਚੇਂਜ ਆ ਬਾਈ ਸੈਕਸੀ ਸੈਕਸੀ ਛੇ ਛੇ ਦੀ ਬਰਾਬਰੀ ਬਾਹਲਾ ਤਕੜਾ ਮੈਚ ਬਣਿਆ ਪਿਆ ਮੁੰਡੇ ਉਹ ਮਨਦੀਪ ਬਰਾੜ USA ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਵੱਡੀਆਂ ਸਪੋਰਟਾਂ ਬਾਈ ਮਨਦੀਪ ਬਰਾੜ ਰੋਡੇ USA ਤੋਂ ਲਾਈਵ ਜੁੜਿਆ ਭਰਾ ਸਾਡਾ ਗੱਲ ਘੈਂਟ ਆ ਪੂਰੀ ਸਿੰਘ ਪਰਵਿੰਦਰ ਹਰਪ੍ਰੀਤ ਬਰਾੜ ਜੱਸੀ ਕੰਬੋਜ ਗੱਗੂ ਬਠਿੰਡਾ ਬਹੁਤ ਧੰਨਵਾਦ ਗੱਗੂ ਸ਼ੇਅਰ ਕਰਦਾ ਕਰੋ ਸੋਹਣੇ ਮੇਰੇ ਵੀਰ ਛੇ ਛੇ ਦੀ ਬਰਾਬਰੀ ਕੋਈ ਨੀ ਰੋਕ ਖੇਡੋ ਕੋਈ ਗੱਲ ਨੀ ਕਹਿੰਦੇ ਹੋ ਜਾਂਦਾ ਰੈਫਰੀ ਤੋਂ ਹਣੀ ਕੋਈ ਗੱਲ ਨੀ ਕੋਈ ਨੀ ਗੋਰੀ ਖੇਡੋ ਸੁਣੋ ਕੋਈ ਗੱਲ ਨੀ ਤੁਹਾਡੀ ਵੀ ਗੱਲ ਜਾਇਜ਼ ਹੈ ਕੋਈ ਗੱਲ ਨੀ ਕੋਈ ਗੱਲ ਨੀ ਬਈ ਦੋਨੋਂ ਟੀਮਾਂ ਧਿਆਨ ਦੇਣ ਜੇ ਏਦਾਂ ਕੰਮ ਚੱਲੀ ਗਿਆ ਤੇ ਉਹ ਨੈੱਟ ਖੋਲ ਦੇਣਾ ਖੁੱਲਾ ਟੈਕ ਦੇ ਲਈ ਜਿਹੜੀ ਜਮਾਂ ਲੋ ਰੂਪ ਉਹ ਬੰਦ ਠੀਕ ਹੈ
ਉਹ ਬਾਈ ਬੈਠਾ ਦਸ ਮਿੰਟ ਕਹਿੰਦਾ ਹੋਰ ਦੇਖਣਾ ਜੇ ਅਸੀਂ ਚੱਲੀ ਗਿਆ ਨੈਟ ਖੋਲ ਦੇਣਾ ਇਸ ਤੋਂ ਬਾਅਦ ਜਿਹੜੇ ਲੋਕ ਦਰਸ਼ਾਦ ਖੜੀ ਇੱਥੇ ਭੁਲੇਖਾ ਪੈ ਗਿਆ ਮੈਂ ਤੇਰੀ ਗੱਲ ਮੰਨ ਲੈਂਦਾ ਕੋਈ ਗੱਲ ਨੀ ਸਹਿਤਾ ਮੈਂ ਤੇਰੀ ਗੱਲ ਬਸ ਕੋਈ ਗੱਲ ਨੀ ਦੇਖ ਲਿਆ ਫਿਰ ਬਾਈ ਕਹਿੰਦਾ ਜੇ ਅਸੀਂ ਚੱਲੀ ਗਿਆ ਨੈਟ ਖੋਲ ਲੈ ਕੋਈ ਨੀ ਖੇਡੋ ਕਰਾ ਖੇਡੋ ਕਰਾ ਕੋਈ ਗੱਲ ਨੀ ਕਹਿੰਦੇ ਖੇਡੋ ਫਿਰ ਖੋਲਾਂ ਕੋਈ ਨੀ ਮੈਂ ਤਾਂ ਖੇਡੋ ਚਲਾਓ ਜੀ ਮੈਚ ਖੁਦ ਹੀ ਖੇਡੋ ਯਾਰ ਕਿਉਂ ਰੌਲਾ ਪਾਇਆ ਵਾਧੂ ਬਈ ਬਾਹਰ ਹੋ ਯਾਰ ਮੈਚ ਚਲਾਓ ਸਰਵੇ ਕਰੋ ਜੀ ਮੈਚ ਖੇਡੋ ਕੋਈ ਗੱਲ ਨੀ ਮੈਚ ਖੇਡੋ ਕੋਈ ਗੱਲ ਨੀ ਲੈ ਕਰਾ ਸਰਵੇ ਮੰਡਿਆ ਮਾਨ ਸਨਮਾਨ ਹੈ ਦਾਲੀ ਸੰਤੋਸ਼ ਹਲਵਾਈ ਦੀ ਦਾਲ ਦੁਰਗਾ ਸਵੀਤ ਸ਼ਾਪ ਵਾਲੇ ਉਹਨਾਂ ਦਾ ਵਿਸ਼ੇਤਰ ਤੇ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਆਓ ਮੇਰਾ ਵੀਰ ਬਣਦੇ ਮਾਨ ਸਨਮਾਨ ਦੇ ਲੋਕ ਵਿਸ਼ੇਤਰ ਤੇ ਕੀਤੇ ਜਾ ਰਹੇ ਜੀ ਕਹਿੰਦੀ ਹਨੀ ਵਧਿਆ ਪੁਆਇੰਟ ਕਿੰਨੇ ਕੁ ਹੋ ਗਏ ਸੱਤ ਪੌੜੇ ਘਾਟੇ ਵਾ ਚਾਚਾ ਕਹਿੰਦਾ ਵੀ ਇੱਕ ਨੰਬਰ ਲੱਗਿਆ ਸੰਭੜਾ ਵਾਲਾ ਮੈਂ ਨੀ ਕਹਿੰਦਾ ਇਹ ਚਾਚਾ ਕਹਿੰਦਾ ਇਹ ਪਾਕਿਸਤਾਨ ਦਾ ਵੀ ਕਿਹੜਾ ਕੱਟ ਆਉਂਦਾ ਉਹ ਖੁਸ਼ੀ ਬੱਲੇ 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 ਕਾਤੀ ਬਾਲਾ ਲੰਮਾ ਤੇ ਨਿੱਟ ਬਾਲਾ ਟੀਵੈ ਮੁਫੈਸਰਾਂ ਦੇ ਲਈ ਖਤਰਾ ਬਣਿਆ ਖੜਾ ਮੁੰਡਾ ਵਾਹ ਬਈ ਵਾਹ ਕਪਾਲ ਦਾ ਮੈਚ ਹੈ ਸੱਤ ਨੰਬਰ ਹੈ ਜਿਹੜੇ ਧੱਕਿਆਂ ਦੀ ਟੀਮ ਤੋਂ ਹਰ ਛੇ ਨੰਬਰ ਜਿਹੜੇ ਫਿਰੋਜ਼ਸ਼ਾਹ ਦੀ ਟੀਮ ਤੋਂ ਨੇ
ਇੱਕ ਫੁੱਟ ਦਾ ਫਰਕ ਹੈ, 17 ਪੁਆਇੰਟਾਂ ਦੀ ਕਿਹੜੀ ਖੇਡ ਹੈ। ਪਰ ਦੇਖਾਂਗੇ ਉਹ 8ਵਾਂ ਨੰਬਰ ਜੋੜਨਾ ਤੇ ਜਾਂ ਫਿਰ ਪਹਿਲਾਂ 7 ਉਹ ਕਰ ਜਾਣਗੇ। ਇਸ ਤੋਂ ਬਾਅਦ ਇਹ ਦੇਖਣ ਦੇ ਵਕਤ ਫੈਸਲੇ ਕਰੂਗਾ। ਟੋਟੀ ਦੀਆਂ ਟੀਮਾਂ ਉਹ ਕਦੇ ਜ਼ੋਰ ਬਣਨ ਲੱਗਿਆ ਹੋਇਆ ਵੀ ਜ਼ੋਰ ਤੇ ਜਵਾਨੀ ਹੁੰਦੀ ਉਮਰਾਂ ਦਾ ਖੇਡ ਪਈ ਹੈ ਇਹਦੇ ਵਿੱਚ ਹੁੰਦਾ ਯਾਰੋ ਸਾਹਮਣਾ ਵਾਲਾ ਭੀੜ ਪਈ ਹੈ ਇਹਦੇ ਵਿੱਚ ਹੁੰਦਾ ਯਾਰੋ ਸਾਹਮਣਾ ਵਾਲਾ ਭੀੜ ਪਈ ਹੈ ਹਰ ਕਦੇ ਟੱਕਰ ਬੰਦੀ ਹੈ ਇੱਧਰ ਧੱਕਿਆਂ ਵਾਲੀ ਹੈ ਹਾਲ ਕਦੇ ਵਧਾਈਆਂ ਦਾ ਇੱਧਰਲੇ ਪਾਸੇ ਰਿੰਕੂ ਖੇਡਦਾ ਗੋਪੀ ਖੇਡਦਾ ਬੱਤੀ ਵਾਲਾ ਟੌਪ ਦੀ ਟੀਮ ਬਣੀ ਹੋਈ ਹੈ। ਵਾਹ ਬਈ ਵਾਹ ਅੱਜ ਦੇਖਣ ਦੇ ਚੰਦ ਬਾਜੇ ਵਾਲਾ ਵੀ ਬਾਲ ਦੇ ਉੱਤੇ ਬਹਿੰਦਾ ਤੁਰਿਆ ਆਉਂਦਾ ਹੈ ਚੰਦ ਬਾਜੇ ਵਾਲਾ ਵੀ ਔਕਾਂ ਦੇ ਕਮਾਲ ਦੀਆਂ ਬਾਲਾਂ ਲਾਈ ਆਉਂਦਾ ਵਧਾਈਆਂ ਵਾਲਾ ਇੱਥੇ ਰੱਖ ਵਾਹ ਮੁੰਡਿਆ ਨਹੀਂ ਉਹ ਰੀਸਾਂ ਮੇਰੀਆਂ ਵੀ ਕਰਤਾ ਕਹਿਰ ਕੇ ਉੱਪਰ ਆਵੇ ਜਿਵੇਂ ਫੌਜ ਕਿਲੇ ਨੂੰ ਢਾਉਂਦੀ ਤੇ ਜਲ ਰਾਜੇ ਖੇਲੇ ਦੀ ਸੋਢੀ ਧੂ ਕਾਲ ਕੇ ਪਾਉਂਦੀ ਹੈ ਨੰਬਰ ਕਹਿੰਦੇ ਨੌਵਾਂ ਜੁੜ ਗਿਆ ਜੀ ਅੱਠਵਾਂ ਅੱਠ ਤੇ ਛੇ ਦੀ ਨੰਬਰ ਹੋ ਗਈ ਹੈ ਕਿਉਂਕਿ ਮੁੰਡਾ ਕਿੱਥੇ ਹੈ ਬਾਈ ਯਾਦ ਕਰਦੇ ਮੁੰਡੇ ਨੂੰ ਸੁੱਤਾ ਪਿਆ ਸੁੱਤਾ ਪਿਆ ਮਾਤਾ ਪਿਤਾ ਲਾਦੀ ਅੱਠ ਦੋ ਛੇ ਦੀ ਟੱਕਰ ਇੱਧਰ ਰਾਜਦੀਪ ਨੇ ਅਗਲੀ ਸਰਵਿਸ ਜਿਹੜੀ ਫੇਰ ਕਰ ਦਿੱਤੀ 17 ਪੁਆਇੰਟਾਂ ਦਾ ਜਿਹੜਾ ਮੈਚ ਹੈ 8 ਨੰਬਰ ਜਿਹੜੇ ਆਓ ਖੇਡ ਦੇ ਮੈਦਾਨ ਦੇ ਵਿੱਚ ਮੈਂ ਚੱਕ ਰਿਹਾ ਵੀ ਆਓ ਜਿਹੜੇ ਘੱਟਾਂ ਵਾਲੀ ਟੀਮ ਦੇ 6 ਨੰਬਰ ਫਰੋਸ਼ਾਂ ਦੀ ਵੀ ਟੀਮ ਦੇ ਆ ਇੱਕ ਪਾਸੇ ਜਿਹੜਾ ਫਾਜ਼ਿਲਕਾ ਤੇ ਕਦੇ ਅਗਲੇ ਫਿਰੋਜ਼ਪੁਰ ਦੀ ਆਓ ਕਦੇ ਵੱਡੀ ਟੱਕਰ ਆ ਦੇਖਾਂਗੇ ਹੁਣ ਨੰਬਰ ਕੌਣ ਤੋੜਦਾ ਆਪਣੀ ਟੀਮ ਦੇ ਲਈ ਵੀ ਐ ਮੇਰਾ ਚੰਦੇ ਮਾਣਦਾ ਦਾ ਤੌਲਤਾਰਾ ਕਰੀਏ ਬੱਲੇ ਵਧਾਈਆਂ ਵਾਲਾ ਤੇ ਵਧਾਈ ਤੁਰਿਆ ਆਉਂਦਾ ਆਓ ਕਦੇ ਵਧਾਈਆਂ ਵਾਲੇ ਨੇ ਕਮਾਲ ਕਰਤੀ ਹੈ ਕਦੀ ਨੌ ਤੇ ਛੇ ਨੌ ਤੇ ਛੇ ਦੇ ਫਰਕ ਦੇ ਨਾਲ ਸਾਈਡਾਂ ਗੇਂਦ ਹੋ ਚੁੱਕੀਆਂ ਨੇ ਤਿੰਨਾਂ ਪੁਆਇੰਟਾਂ ਦੀ ਕਹਿੰਦੇ ਵੀਰ ਬਣਾ ਲਈ ਮੁੰਡੇ ਧੱਕਿਆ ਵਾਲੀ ਵਾਲੇ ਨੇ ਸਾਈਡਾਂ ਚੇਂਜ ਹੋ ਚੁੱਕੀਆਂ ਹੈ ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਤਿੰਨ ਨੰਬਰਾਂ ਦੀ ਲੀਡ ਹੈ ਪਹਿਲੇ ਹੀ ਚੱਲਦੀ ਸੁਣਿਆ ਉਹ ਪਹਿਲੀ ਚੱਲੀ ਜਾਂਦੀ ਬਹੁਤ ਟਾਈਮ ਦੀ ਚੱਲੀ ਜਾਂਦੀ ਉਹ ਹੁਣ ਨਹੀਂ ਚੱਲਦੀ ਉਹਦਾ 7 ਵਜੇ ਦੀ ਚੱਲੀ ਜਾਂਦੀ ਹੈ
ਫਿਰ ਇਹ ਰੌਲਾ ਪਾਉਣ ਗਏ ਸਾਡੇ ਵਿੱਚ ਇਹ ਗੱਲ ਦੁੱਖਦੀ ਹੈ। ਹਾਂਜੀ ਰੁਕ ਕਰਾ ਦੀਏ ਬੰਦ ਹੁਣ ਨਹੀਂ ਮੰਨਦੇ ਇਧਰਲੇ ਪਾਸੇ ਕੋਸ਼ਿਸ਼ ਕੀਤੀ ਕਰ ਰਹੇ ਆ, ਇੱਕ ਦਾ ਧੱਫੜ ਪਾਉਣਾ ਪਊਗਾ ਚੰਦਵਾਦ ਵਾਲਾ ਕਿੱਦਾਂ ਰਸ਼ਨ ਸੈਂਕਾ ਵਾਲੀਵਾਲ ਕੱਲੇ ਵੱਲੇ ਪਵਾਉਣ ਦੇ ਲਈ ਗੱਭਰੂ ਕਹਿੰਦੇ ਬਾਲਾ ਲਗਾਤਾਰ ਲਾਈ ਪਿਆ ਹੁੰਦਾ, ਦੂਜੇ ਪਾਸੇ ਕਹਿੰਦੇ ਪੰਜੀ ਵਾਲਾ ਵੀ ਕਹਿੰਦੇ ਪੂਰੇ ਹੌਸਲੇ ਦੇ ਵਿੱਚ ਆ ਵੀ ਹੌਸਲੇ ਨਾ ਟੁੱਟੀਏ, ਮੈਦਾਨ ਸੋਹਣਿਆ ਆਖੇ ਕੋਨੇ ਆਣੇ ਵਾਲਾ ਮਾਨ ਸੋਹਣਿਆ ਲੱਖਾਂ ਦੇ ਕਰੋੜਾਂ ਉੱਤੇ ਖੜਾ ਦਿਸਦਾ, ਵੱਖਰੀ ਪਛਾਣ ਖਾਲਸੇ ਦਲੇਰ ਦੀ ਹੈ, ਜੰਗਲਾਂ ਦੇ ਪੁਰਦੇ ਆ ਕਾਨੂੰਨ ਸੁੱਖਣੇ ਤੇ ਬੰਦੀ ਦੀ ਨੀ ਪੈੜ ਕਦੇ ਭੁੱਖੇ ਛੋੜਦੀ ਹੈ, ਜੰਗਲਾਂ ਦੇ ਪੁਰਦੇ ਆ ਕਾਨੂੰਨ ਸੁੱਖਣੇ ਤੇ ਬੰਦੀ ਦੀ ਨੀ ਪੈੜ ਕਦੇ ਭੁੱਖੇ ਛੋੜਦੀ ਹੈ। ਨੰਬਰ ਨੌ ਤੋਂ ਦਸ ਦੇਖਾ ਜੀ ਹੁਣ ਕੌਣ ਕਰਦਾ ਆਪਣੀ ਟੀਮ ਦੇ ਲਈ, ਬੜਾ ਕਹਿੰਦੇ ਚੋਰ ਲਾ ਰਹੇ ਮੁੰਡੇ ਅੱਗੇ ਵਧਣ ਦੇ ਲਈ ਵੀ ਜੋ ਦੇ ਰੰਗ ਵਿੱਚ ਜੂਝਦੇ ਪਾਉਂਦੇ ਤਲਵਾਰਾਂ ਉਸ ਬਾਡੇ ਦੇ ਹੱਥ ਹੁੰਦੀਆਂ ਬਈ, ਚਿੱਤਾਂ ਤੇ ਹਾਰਾ ਉਸ ਬਾਡੇ ਦੇ ਹੱਥ ਹੁੰਦੀਆਂ ਬਈ, ਚਿੱਤਾਂ ਤੇ ਹਾਰਾ ਖੁਸ਼ੀ ਮਨਾਈਏ ਜਿੰਦਗੀ ਬਈ ਦਾ ਹਾਰੋਂ ਡਰੀਏ, ਆਓ ਕਰਤਵੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ ਮਤਵੇ ਬੋਲ ਨਾ ਬੋਲੀਏ, ਆਓ ਕਰਤਾਰੋਂ ਡਰੀਏ। ਉਹ ਵਾਹਿਗੁਰੂ ਤੋਂ ਡਰ ਕੇ ਰਹਿਣਾ ਚਾਹੀਦਾ, ਚਾਲੀ ਚਾਲੀ ਲੱਖ ਦੀਆਂ ਗੱਡੀਆਂ ਚ ਘੁੰਮਣ ਵਾਲੇ ਚਾਲੀ ਰੁਪਈਆਂ ਦੇ ਘੜੇ ਚ ਹੱਥ ਵਰ ਜਾਂਦੇ ਦੇਖੇ ਹੈ, ਆਓ ਵਾਹਿਗੁਰੂ ਤੋਂ ਡਰ ਕੇ ਰਹਿਣਾ ਚਾਹੀਦਾ। ਸੋਹਣਾ ਮੈਂ ਫਿਰ ਮੈਦਾਨ ਦੇ ਵਿੱਚ ਮੁੰਡੇ ਕਹਿੰਦੇ ਮੁਕਸਰੀਏ, ਆਓ ਕਮਾਲਾ ਕਰੇ ਕਰੇ ਆਉਂਦੇ ਹੈ ਮੁੰਡਾ ਬਠਿੰਡੇ ਵਾਲਾ ਫਿਰ ਮੈਦਾਨ ਦੇ ਵਿੱਚ, ਜਿਸ ਜ਼ਿਲ੍ਹੇ ਨੇ ਕਹਿੰਦੇ ਬੱਲੋ ਦੇ ਗੋਪੇ ਨੂੰ ਜਨਮ ਦਿੱਤਾ, ਭੈਣੀ ਦਾ ਕਮਲ ਪੈਦਾ ਕੀਤਾ, ਦੁਨੀਆਂ ਦੇ ਵੱਡੇ ਖਿਡਾਰੀ ਪੈਦਾ ਕੀਤੇ ਹੈ, ਇਹ ਬਠਿੰਡੇ ਵਾਲਾ ਹੈ, ਬਹੁਤ ਸੋਹਣਾ ਮੁਕਾਬਲਾ ਚੰਦਬਾ ਜਿਹੜਾ ਬਚ ਕੇ ਰਸੀ ਭਾਉ ਤੋਂ, ਆਓ ਅੱਖ ਤੇਰੇ ਤੇ ਹੈ ਹੱਥ ਮੁੰਡੇ ਦੀ ਤੇਰੇ ਤੇ ਹੈ, ਰਿਟਮੈਂਟ ਵੀ ਕਹਿੰਦੇ ਕਮਾਲ ਦੇ ਆ ਦੋਨੋਂ ਟੀਮਾਂ ਨੇ, ਪੰਜਾਬ ਹਰਿਆਣੇ ਦੇ ਵੱਡੇ ਵੱਡੇ ਕੱਪਾਂ ਦੇ ਵਿਸ਼ ਰਹੇ ਹੈ, ਨਿਟਮੈਂਟ ਵੀ ਕਮਾਲ ਦੇ ਹੈ, ਮਿਫੈਸਰ ਵੀ ਬੜੇ ਕਮਾਲ ਦੇ ਹੈ, ਘੱਟੇ ਵਾਲੀ ਉੱਤੇ ਡੁੱਬੜੇ ਬਾਲ ਹੀ ਨੀ ਖਾਂਦੇ, ਉਹ ਕਦੇ ਬਾਲ ਹੀ ਨੀ ਖਾਂਦੇ, ਮੈਚ ਬੜਾ ਤਕੜਾ, ਤਿੰਨ ਕੁ ਨੰਬਰਾਂ ਦਾ ਫਰਕ ਹੈ, ਕੋਈ ਜ਼ਿਆਦਾ ਫਰਕ ਨਹੀਂ, ਇੱਥੋਂ ਚੇਂਜ ਵੀ ਹੋ ਸਕਦੀ ਲੀਡ ਪੱਟੀ ਵੀ ਜਾ ਸਕਦੀ ਹੈ, ਇੱਥੋਂ ਲੀਡ ਕਹਿੰਦੇ ਪੱਟੀ ਵੀ ਜਾ ਸਕਦੀ ਹੈ, ਤਕੜੀ ਹੈ ਮੰਨੋ ਟੀਮਾਂ ਕਮਾਲ ਦੀ ਖੇਡ ਖੇਡ ਰਹੀ ਹੈ, ਵੱਟ ਸਭ ਚੁਗਲ ਚੌਕਾ ਹੋ ਗਿਆ, ਨਵੀਂ ਪੀੜ੍ਹੀ ਪਾਰਟੀ ਮੋਬਾਇਲ ਨੇ ਗੰਦ ਪੀੜ੍ਹੀ ਜਿੰਨੀ ਮਿੱਤਰਾ ਦਿਮਾਗ ਚ ਕੰਮ ਕਰਨਾ ਕਿ ਕੋਚੇ ਫਰਨੈਲ ਨੇ, ਤੁਸੀਂ ਬਸ ਸਮਤ ਮੇਰੇ ਬਾਬਾ ਨਾਨਕਾ
ਲੰਡਾ ਮੇਰੇ ਦਾ ਗਵਾਹ ਨਾ ਬਣੇ, ਚਾਚੇ ਤੋਂ ਪਿਆਉਣੀ ਕਦੇ ਲੱਭਦਾ ਤੇ ਨਾਸੀ ਕਦੇ ਨਾ ਨਾ ਬਣੇ, ਚਾਚੇ ਤੋਂ ਪਿਆਉਣੀ ਕਦੇ ਲੱਭਦਾ ਨਾਸੀ ਕਦੇ ਨਾ ਨਾ ਬਣੇ। ਇਧਰਲੇ ਪਾਸੇ ਨੰਬਰ ਨਵਾਂ ਦੇ ਚੱਕੇ ਜਾਮ ਦੇ ਕਾਫੀ ਲੰਬਾ ਟਾਈਮ ਹੋ ਗਿਆ, ਨਾ ਤੇ ਪਾਲ ਕੋਈ ਇਹ ਡਿੱਗਣ ਦਿੰਦੇ ਆ ਤੇ ਨਾ ਕੋਈ ਬਾਲੇ ਕੋਈ ਗਲਤੀ ਕਰਦੇ ਪਏ। ਦਸਵਾਂ ਨੰਬਰ ਹੁਣ ਜੁੜਨਾ ਕਿਵੇਂ ਇਹਦੇ ਰੱਬ ਜਾਣਦਾ। ਲਵੀ ਖੁਸ਼ੀ ਇੱਕ ਦਾ ਪਾਵੇ ਤੱਕਾ ਧਰਤੀ ਵੀ ਖਿੱਚ ਕੇ ਗੱਲ ਤੇ ਬਣ ਜਾਣੀ ਹੈ। ਸਾਰੇ ਕਰਨੇ ਪੈਸੇ ਵੀ ਬੰਦੇ ਕਹਿੰਦੇ ਚੰਗੇ ਉਸਤਾਦਾਂ ਦੇ ਚੰਗੇ ਹੋਏ ਹੈ। ਉਹ ਦੇਖਾਂਗੇ ਕਿਹੜਾ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਵੀ ਭਰਿਆ ਜੇ ਹੋਵੇ ਜੀਜਾ ਤੇ ਜ਼ਿੰਦਗੀ ਦਾ ਮੇਲਾ ਹੁੰਦਾ ਰਾਹ ਬਣਦਾ ਰਾਹ ਲੱਗਦਾ। ਸੋਹਣਾ ਮੈਚ ਕਿਹਦਾ ਆ ਰਿਹਾ ਹਾਂਜੀ ਹਾਂਜੀ ਬੱਲੀ ਕਨੇਡਾ ਜੀ ਕੀ ਹਾਲ ਚਾਲ ਚਲ ਸ਼ਾਹ ਬੱਲੀ ਕਨੇਡਾ ਭਰਾ ਆਪਣਾ ਲਾਈਵ ਉੱਧਰ ਬਾਬਾ ਧੰਨਵਾਦ ਬੱਲੀ ਕਨੇਡਾ ਗੁਰਪ੍ਰੀਤ ਮਰ ਜਾਣਾ ਕੁਲਦੀਪ ਰੋਜ਼ ਭਨੇਰੀ ਵਾਲੇ ਮੈਚ ਲੂਜ਼ ਕਰ ਗਏ ਵੀਰੇ ਮਣੀ ਅਰਗੇ ਫਾਈਨਲ ਚ ਬਾਈ ਲਾਵੀਓ ਪਰਲੇ ਪਾਸੇ ਗਏ ਬਾਈ ਅਮਨ ਸਰਪੰਚ ਕੋਕਰੀ ਮਤਰਾ ਬਾਈ ਦੀਪਕ ਬੰਦਾ ਹੋਣੀ ਔਰ ਨਾਲ ਬਾਈ ਜਰਮਨ ਵਾਲੇ ਭਰਾ ਸਾਡੇ ਉਹਨਾਂ ਦਿਨਾਂ ਦੇ ਵੱਲੋਂ ਜਿਹੜੇ ਪੈਸੇ ਬੋਲੇ ਗਏ ਸੀ ਉਹ ਖੰਗਰ ਵਾਲੀ ਟੀਮ ਦੇ ਕੋਲ ਜਿਹੜੇ ਪਹੁੰਚਾ ਦਿੱਤੇ ਗਏ ਆ ਜੀ। ਔਰ ਕਹਿੰਦੇ ਗੁੱਗਲ ਪੇ ਦੀ ਐਂਟਰੀ ਕਰਤੀ ਭਰਾਵਾਂ ਨੇ ਬਹੁਤ ਬਹੁਤ ਧੰਨਵਾਦ। ਰਣਦੀਪ ਆਇਆ ਹੋਇਆ ਹੈ ਇਧਰਲੇ ਪਾਸੇ ਕਹਿੰਦੇ 6 ਹੈ ਤੇ ਉੱਧਰ ਕਹਿੰਦੇ 9 ਨੰਬਰ ਹੈ ਔਰ ਹਾਲੇ ਤੇ 17 ਹੋਣਗੇ 17 ਹੋਣਗੇ ਪਰ ਦਿੱਲੀ ਕਹਿੰਦੇ ਦੂਰ ਬਣੀ ਹੈ ਔਰ ਕਹਿੰਦੇ ਹਾਲੇ ਤੇ ਲੱਗ ਜਾਣਾ ਜਦੋਂ ਪੱਟੀ ਤੋੜਦੇ ਚੰਦ ਦਾ ਦਿਆਇਆ ਫੇਰ ਬਣੀਏ ਤੈਨੂੰ ਅੱਧੀ ਚਾਰਾ ਤੇਰੇ ਪਿੱਡੇ ਦੇ ਵਿੱਚ ਉਹਨਾਂ ਹੱਥਾਂ ਦਾ ਆਪਣੇ ਆਪ ਨੂੰ ਨੰਬਰ ਜੋੜੇ ਤੇ ਫੇਰ ਸਵਾਦ ਵਾਲੀ ਗੱਲ ਹੈ ਪਰ ਵਧਾਈਆਂ ਵਾਲਾ ਨਾ ਚਾਹੁੰਦਾ ਵੀ ਗਲਤੀ ਕਦੇ ਬੰਦੀ ਕਰ ਗਿਆ ਕੀ ਕਰਦਾ ਉਹਦੀਆਂ ਨੇ ਤੇਰਾ ਸਰਮਾਇਆ ਤੇ ਸ਼ੰਕ ਵੱਧ ਵੱਧ ਖਾਧੀਆਂ ਤੇ ਬੰਦਾ ਸਾਰੀਆਂ ਨੀ ਕਿਤੇ ਮਿਲ ਜਾਂਦੀਆਂ ਹੈ। 7 ਤੇ 9 ਹੋ ਗਿਆ ਰੂਪ ਕਦੇ ਫਿਰ ਸਹਿਰ ਵਾਲਾ ਤਿਆਰ ਵਰ ਤਿਆਰ ਹੈ ਕਿਣ ਮੈਦਾਨ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ। ਵਾਲੀਵਾਲ ਦੀ ਰਾਜਧਾਨੀ ਦੇ ਤੌਰ ਤੇ ਦੁਨੀਆ ਕਹਿੰਦੇ ਜਾਣਦੇ ਉਸ ਪਿੰਡ ਨੂੰ ਵਾਲੀਵਾਲ ਦੀ ਰਾਜਧਾਨੀ ਦੇ ਤੌਰ ਤੇ ਜਾਂਦੀ ਹੈ। ਤਕੜਾ ਮੁਕਾਬਲਾ ਫਰਕ ਹੈ ਮੁੰਡੇ ਚੁੱਕੇ ਵਾਲੇ ਵੀ ਕਹਿੰਦੇ ਕੰਮ ਨੱਪੀ ਤੁਰੇ ਦਿਖਾਉਂਦੇ ਹੈ ਵਾਲ ਸਿਮਿਆ ਹਲੇ ਬਾਲ ਨੀ ਲੱਗੀ ਗੋਪੀ ਦੇ ਬਾਲ ਲੱਗੇ ਕੱਲ ਫੇਰ ਬਣਨੀ ਹੈ ਇਹ ਕਹਿੰਦੇ ਬੰਗੀ ਵਾਲਾ ਉਹ ਗੋਪੀ ਖੇਡ ਮੈਦਾਨ ਦੇ ਵਿੱਚ ਬੰਨੋ ਖੱਬੇ ਹੈ ਕਹਿੰਦੇ ਜ਼ਹਿਰ ਕਿਹਨੂੰ ਚੜੇ ਉਸ ਆਪਣਾ ਮੁੰਡੇ ਕਹਿੰਦੇ ਸਾਰੇ ਦੇ ਸਾਰੇ ਕਹਿੰਦੇ ਟੋਟੀ ਦੇ ਮਾਲਾ ਮੇਰੇ ਮਿੱਤਰੋਂ ਵੱਧ ਕੇ ਨੀ ਉਧਰ ਬਲਰਾਜ ਬੱਲੀ ਭਰਾ ਸਾਡਾ ਕਨੇਡਾ ਵਾਲਾ ਪੌੜੀਆਂ ਵਾਲਾ ਬਾਈ ਸਦਾ ਉਹਦੀ ਲਾਈਨ ਤੇ ਆ ਗਿਆ ਹੈ
ਤੇ ਨਾਲ ਸਾਡੇ ਭਾਈ ਗੁਰਦਾਸ ਸਿੰਘ ਜੀ ਧਾਲੀਵਾਲ ਬੀਡਰਾਊਂਡ ਤੋਂ ਉਹ ਵੀ ਅੱਜ ਇਸ ਖੇਡ ਟੂਰਨਾਮੈਂਟ ਨਾਲ ਜੁੜੇ ਹੋਏ ਹੈ। ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ। ਜਦੋਂ 7-3 ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ, ਦੋ ਪੰਡਾਂ ਦਾ ਫਰਕ ਹੈ ਵੀ ਇੱਕ ਤੇ ਇੱਕ ਦੋ ਹੁੰਦੇ ਨੇ, ਇੱਕ ਤੇ ਇੱਕ 11 ਦੀ ਹੈ ਤੇ ਮਹਿਫਲ ਮਾੜੀ ਆ ਮਿੱਤਰੋ ਵਿਗੜੇ ਹੋਏ ਯਾਰਾਂ ਦੀ ਹੈ। ਉਹ ਫਰਕੀ ਵੀ ਚੰਗਾ ਲੱਗਦਾ ਪਿਓ ਹੈ ਜੋ ਧੀਆਂ ਦਾ ਤੇ ਬਹੁਤਾ ਚਿਰ ਝੱਟ ਨਹੀਂ ਪਾਲਦਾ ਘਰ ਦੇ ਤੀਆਂ ਦਾ ਰੱਖ ਕੇ ਪਨੇਰੇ ਉੱਤੇ ਕੱਸੀ ਦਾ ਨੀ ਮੱਝਾ ਹੋਏ ਤੇ ਚੱਕ ਨੇ ਜੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਹੋਏ, ਚੱਕ ਨੇ ਜੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਹੋਏ। ਇਹ ਗੱਲਾਂ ਮੈਨੂੰ ਤਲਵੰਡੀ ਅਤੇ ਸਪਰੇ ਲਾ ਤਕੜਾ ਮੈਚ ਖੇਡ ਮੈਦਾਨ ਦੇ ਵਿੱਚ ਟੀਮਾਂ ਦਾ ਟੈਕ ਵੀ ਕਹਿੰਦੇ ਬੜਾ ਕਮਾਲ ਹੈ। ਇਹ ਵੀ ਕੱਥੂ ਵਾਲੀਆਂ ਦੋ ਸਾਹਮਣੇ ਬਹੁਤ ਧੰਨ ਧੰਨ ਹੋਈ ਪਈ ਹੈ। ਜਵਾਨੀ ਬਾਰ ਬਾਰ ਆਉਣੀ ਨਾ ਬੱਲਾ ਮਾਰ ਲੈ ਜਵਾਨਾ। ਉਧਰ ਬੱਲੀ ਪੋੜੀਆਂ ਵੱਡਾ ਭਰਾ ਵੀ ਕਨੇਡਾ ਤੋਂ ਸਿੱਧੀਆਂ ਤਾਰਾਂ ਜੋੜੀ ਬੈਠਾ ਹੈ। ਕਦੇ ਮਾਣ ਕਦੇ ਕੀਤਾ ਬੁਲਟ ਦੇ ਨਾਲ ਵਾਸੀਆਂ ਦੇ ਮਣੀ ਦਾ ਅਗਲਾ ਮੈਚ ਜਿੰਦੂ ਦੇ ਨਾਲ ਵਾਸੀਆਂ ਦੇ ਮਣੀ ਦਾ ਖੇਡਿਆ ਜਾਣਾ ਹੈ। ਨਾਲ ਸਾਡੇ ਗੋਰਾ ਬਾਸਟਰ ਜੀ ਵੀਰ ਰੌਣਕ ਵਾਲੇ ਉਹ ਵੀ ਜੁੜੇ ਹੋਏ ਹੈ। ਪ੍ਰੀਤ ਦੇ ਨਾਲ ਕਹਿੰਦੇ ਬੱਬੂ ਦੇ ਨਾਲ ਜੁੜੀ ਬੜੀ ਪ੍ਰਸਿੱਧ ਰਹੀ ਹੈ। ਗੋਰਾ ਬਾਸਟਰ ਵੀਰ ਰੌਣਕ ਵਾਲਾ ਉਹ ਵੀ ਲੈ ਜੁੜਿਆ ਹੋਇਆ ਭਰਾ, ਸਾਰੇ ਬੜੇ ਸਤਿਕਾਰ ਜੋ ਵੀਰ ਹੈ ਜ਼ਿੰਦਗੀ ਦੇ ਸਾਹਮਣੇ ਖੇਡ ਮੈਦਾਨ ਰਾਜਪਾਲ ਹੋਰੀ ਹਰ ਕੇ ਬਾਈ ਕੋਈ ਜ਼ਿਆਦਾ ਫਰਕ ਨਹੀਂ। ਇਕਬਾਲ ਸਿੱਧੂ ਗੋਨਿਆਣਾ, ਹਾਂਜੀ ਹਾਂਜੀ ਇਕਬਾਲ ਬਾਈ ਕੀ ਹਾਲ ਚਾਲ? ਗਿੱਲ ਸਾਹਿਬ ਚੈੱਕ ਕਰ ਲਿਆ, ਦਿਲਸ਼ਾਦ ਨੇ ਇੱਕ ਮਿੰਟ ਜ਼ਰੂਰ ਬੋਲੂਗਾ। ਹੈਲੋ, ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਹੈ। ਉਸ ਤੋਂ ਬਾਅਦ ਜਨਮ ਲੈ ਰਹੇ ਆ ਹਰ ਭਰਾ ਸਾਡੇ ਹਫਤੇ ਬਣ ਗਏ, ਅੱਜ ਦੁਨੀਆਂ ਦੇ ਜੇ ਮਹਾਨ ਬਣ ਗਏ ਤੇ ਉਹਦੇ ਪਿੱਛੇ ਵੀ ਇੱਕ ਸ਼ਖਸ ਦਾ ਬਹੁਤ ਵੱਡਾ ਯੋਗਦਾਨ ਹੈ। ਸਾਡਾ ਭਰਾ ਕਬੱਡੀ ਖਿਡਾਰੀ ਹੈ ਉਸੇ ਤਰ੍ਹਾਂ ਪਿੰਡਾਂ ਵੀ ਮੇਰੇ ਮਿੱਤਰ
ਅੱਗਾਂ ਦੀ ਥੋੜੀ ਸੀਗੀ ਪੈਂਦੀ ਹੈ ਤੇ ਕਹਿੰਦੇ ਗੱਲਬਾਤ ਤਾਂ ਹੀ ਫਿਰ ਅੱਗੇ ਗਾਹ ਵਧਦੀ ਹੈ। ਹੰਤਾ ਤੇ ਭਾਈ ਕਵਿੰਦਰ ਨਾਲ ਬਈ ਹਣੀ ਜਸਕਰਮ ਨਵੀਂ ਚੰਨ ਤੇ ਇੱਦਾਂ ਇਹ ਸਾਰੇ ਦੇ ਸਾਰੇ ਕਹਿੰਦੇ ਚੋਟੀ ਦੇ ਮੱਲ ਹੋਏ ਮੇਰੇ ਮਿੱਤਰ ਉਸ ਧਰਤੀ ਦੇ ਨਾਲ ਬਈ ਤੇਜਪਾਲ ਕੋਰਾ ਬਈ ਰਵੀ ਨਾਲ ਕੋਲੀ ਤੇ ਹਮੇਸ਼ਾ ਮਾਣ ਹੈ ਸਾਨੂੰ ਜੇਕਰ ਭਰਾਟਾ ਦਾ ਕੋਈ ਪੈਸੇ ਤੱਕ ਦੀ ਲੋੜ ਜਾਂ ਥੋੜ ਕਦੇ ਹੁੰਦੀ ਸੀ ਤੇ ਸਾਡੇ ਬਈ ਰਾਜੂ ਤੇ ਜਸਵਿੰਦਰ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਂਦੇ ਸੀਗੇ। ਬਹੁਤ ਵੱਡਾ ਧੰਨਵਾਦ ਮੈਂ ਕਰਾਂਗਾ ਸਾਡੇ ਬਈ ਰਾਜੂ ਕਨੇਡਾ ਔਰ ਜਸਵਿੰਦਰ ਮੈਂਬਰ ਦੀ ਵੀ ਸਾਡੇ ਬਹੁਤ ਬਹੁਤ ਧੰਨਵਾਦ ਤੇਰਾ ਵੀ ਸੋਨੇ ਵੀਰ ਕਿਉਂਕਿ ਜਿਹੜੇ ਬੰਦਿਆਂ ਦਾ ਆਪਣੇ ਉੱਪਰ ਕੁਝ ਨਾ ਕੁਝ ਅਹਿਸਾਨ ਹੁੰਦਾ ਜਾਂ ਕੁਝ ਸਿਖਾਇਆ ਹੁੰਦਾ ਜਾਂ ਕੋਈ ਸਹੀ ਰਸਤਾ ਆਪਾਂ ਨੂੰ ਦੱਸਿਆ ਹੁੰਦਾ ਤੇ ਉਹਨਾਂ ਨੂੰ ਚੇਤੇ ਰੱਖਣੀ ਬਹੁਤ ਵੱਡੀ ਗੱਲ ਬਣ ਜਾਂਦੀ ਹੈ। ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ ਸਾਡੇ ਸਾਰੇ ਭਰਾਵਾਂ ਦਾ ਇਸੇ ਤਰ੍ਹਾਂ ਸਾਡੇ ਦੇ ਵਿੱਚ ਮੇਲੇ ਹੁੰਦੇ ਰਹਿਣ ਖਿਡਾਰੀ ਆਉਂਦੇ ਰਹਿਣ ਤੇ ਗੱਲਾਂ ਦੇ ਵਿੱਚ ਸਿੱਧਾ ਚਿੱਤਰ ਵਿੱਚ ਕੱਪਾਂ ਦੀਆਂ ਚੱਲਦੀਆਂ ਰਹਿਣਗੀਆਂ ਖਿਡਾਰੇ ਬੋਲਦੇ ਰਹਿਣਗੇ ਆਪ ਸਾਹਮਣੇ ਜੁੜ ਕੇ ਮੈਚ ਦੇ ਨਾਲ ਤਾਂ ਬਾਰੇ ਕਰੀ ਗੱਲ ਮੇਰਾ ਬੋਲ ਬਹੁਤ ਸੋਹਣਾ ਬੋਲਿਆ ਇਹਦਾ ਲੰਮਾ ਵਧੀਆ ਬੋਲਿਆ ਬਹੁਤ ਸੋਹਣਾ ਇਹਦਾ ਕਮੈਂਟਰੀ ਵਾਲੇ ਦੇ ਆਪਦੇ ਸਿਰ 'ਤੇ ਹੁੰਦਾ ਵੀ ਕਿਵੇਂ ਬੋਲਣਾ ਜਾਂ ਕਿੱਦਾਂ ਟੈਕਨੀਕਲ ਪ੍ਰਸੰਗ ਬੋਲਿਆ ਜਾਂਦਾ ਹੈ ਨਾ ਬਹੁਤ ਬੱਲੀ ਗਿੱਲ ਕਹਿੰਦਾ ਵੀ ਮਣੀ ਅਤੇ ਵਾਸੀਆਂ ਵਾਲੇ ਅਤੇ ਡਾਲਰ ਲੱਗਣੇ ਤੈਨੂੰ ਅੱਜ ਮਣੀ ਵਾਸੀਆਂ ਵਾਲੇ ਅਤੇ ਡਾਲਰ ਲੱਗਣੀ ਹੈ ਕਹਿੰਦਾ ਜੱਗੇ ਭਾਈ ਦਾ ਵੇਖ ਮੈਸੇਜ ਬਣਾ ਵਾਹ ਬੰਦਾ ਜੱਗਾ ਗੱਲ ਸਾਥੋਂ ਆ ਗਈ ਕਹਿੰਦਾ ਭੱਜਦਾ ਦਿੱਲੀ ਕਿੱਧਰ ਭੱਜਣਾ ਸਾਰੇ ਰਸਤੇ ਬੰਦ ਕਰਾਂਗੇ ਜੋ ਤੂੰ ਦਿੱਲੀ ਦੇ ਬਾਗ ਨਾ ਆਈ ਫੜ ਕੇ ਤੈਨੂੰ ਝੱਪ ਕਰਾਂਗੇ ਵਾਹ ਬੰਦਾ ਸਾਹ ਸੰਹਾਰ ਦੀ ਤਲਹਾਰ ਦੀ ਜੰਗ ਛੁੜੀਏ ਆਰ ਪਾਰ ਦੀ ਮਾਰ ਮਾਰ ਕੇ ਹੋ ਜਾਂਦੇ ਵੀ ਐਸੀ ਦਿੱਲੀਓ ਝੱਟ ਕਰਾਂਗੇ ਭੱਜਣਾ ਦਿੱਲੀਓ ਕਿੱਧਰ ਭੱਜਣਾ ਸਾਰੇ ਰਸਤੇ ਬੰਦ ਕਰਾਂਗੇ ਜੇ ਤੂੰ ਦਿੱਲੀਓ ਬਾਗ ਨਾ ਆਈ ਚੰਗੀ ਤਰ੍ਹਾਂ ਫਿਰ ਝੱਪ ਕਰਾਂਗੇ ਆਓ ਚੰਗੀ ਤਰ੍ਹਾਂ ਫਿਰ ਝੱਪ ਕਰਾਂਗੇ ਪੰਜ ਮਹੀਨੇ ਹੋ ਗਏ ਸਾਨੂੰ ਮੋਬਲ ਤੇਰੇ ਵੇਖ ਰਹੇ ਸੀ ਤੂੰ ਸੋਚਿਆ ਸੀ ਮੁੜ ਕਾਢਣਗੇ ਅਸੀਂ ਜਿਉਂਦਾ ਰੇਤ ਰਹੇ ਸੀ ਸਾਰੀ ਜ਼ਿੰਦਗੀ ਯਾਦ ਰੱਖੇਗੀ ਐਸੇ ਖੱਤੇ ਬੰਦ ਕਰਾਂਗੇ ਭੱਜਣਾ ਤੁਹਾਨੂੰ ਕਿੱਧਰ ਭੱਜਣਾ ਸਾਰੇ ਰਸਤੇ ਚੱਟ ਕਰਾਂਗੇ ਜੇਕਰ ਦਿੱਲੀ ਬਾਜ ਨਾ ਆਈ ਫੜ ਕੇ ਤੈਨੂੰ ਝੱਟ ਕਰਾਂਗੇ ਇੱਕ ਕਰਮ ਦੇ ਬੇਦਬ ਲਿਖਦੀ ਜਿਹੜੇ ਪੁੱਤ ਦੀ ਲਾਸ਼ ਹੈ ਉਹਦੀ ਉਸੇ ਪਿਓ ਨੂੰ ਤੁਰੇ ਫਿਰਦੀ ਕਸਬੇ ਕਿਹੜੇ ਪਾਠ ਪੜ੍ਹਾਉਂਦੀ ਜਿਵੇਂ ਬੜੇਰੇ ਲੜਦੇ ਆਏ
ਉਦਾਂ ਅਸੀਂ ਨਿਸ਼ਾਚਰ ਲੜਾਂਗੇ, ਭੱਜ ਲੱਗ ਗਏ ਕਿੱਧਰ ਭੱਜਣਾ, ਸਾਰੇ ਰਸਤੇ ਬੰਦ ਕਰਾਂਗੇ, ਉੱਥੇ ਕੰਨਾਂ ਤੋਂ ਬਾਜ ਨਾ ਆਈ ਤੇ ਫੜਕੇ ਅੜੀਏ ਝੱਪ ਕਰਾਂਗੇ, ਫੜਕੇ ਅੜੀਏ ਝੱਪ ਕਰਾਂਗੇ। ਅੱਗੇ ਲੱਗਿਆ ਪੱਗਾ ਭਾਈ, ਉੱਥੇ ਛੋਟੇ ਵੀਰ ਆ ਗਏ, ਕਿੰਨਾ ਰੱਬ ਨੇ ਫਿਰ ਰਚਾਈ, ਸਾਰੇ ਤਗਦੇ ਹੀਰੇ ਆ ਗਏ, ਸਾਲਾ ਛੱਡਦੇ ਆਉਣੀਆਂ ਨਹੀਂ ਤਾਂ ਝੱਲੀਏ ਤੰਗ ਕਰਾਂਗੇ, ਭੱਜ ਲੱਗ ਲਈ ਕਿੱਧਰ ਭੱਜਣਾ, ਸਾਰੇ ਰਸਤੇ ਬੰਦ ਕਰਾਂਗੇ, ਜੇ ਤੂੰ ਭੁੱਲੀਏ ਬਾਜ ਨਾ ਆਈ, ਫੜ ਕੇ ਤੈਨੂੰ ਝੱਪ ਕਰਾਂਗੇ, ਫੜ ਕੇ ਤੈਨੂੰ ਝੱਪ ਕਰਾਂਗੇ। ਔਰ ਕਦੋਂ ਪੱਗਾ ਗੱਲਾਂ ਸਾਥੀ ਵਾਲੀਆਂ ਜਦੋਂ ਲਿਖਦਾ ਤੇ ਹੁਣ ਬਹੁਤ ਬਹੁਤ ਧੰਨਵਾਦ ਸਾਡੇ ਵੱਡੇ ਭਰਾ ਦਾ, ਔਰ ਕਦੇ ਬੜੀਆਂ ਸੋਹਣੀਆਂ ਲਾਈਨਾਂ ਜਿਹੜੀਆਂ ਲਿਖੀਆਂ ਨੇ ਕਿਸਾਨੀ ਮੋਰਚੇ ਨੂੰ ਸਮਰਪਿਤ ਸਾਡੇ ਭਰਾ ਦੇ ਜਿੱਦੇ ਮੈਂ ਪਿੰਡ ਜਾਣਾ ਹੁੰਦਾ ਉੱਥੇ ਪੁੱਛਦੇ ਨੀ, ਦੇਖਦੇ ਹੀ ਤੂੰ ਗੱਲਾਂ ਕਰਦੇ ਹੈ, ਜਿੱਦੇ ਮੈਂ ਪਿੰਡ ਜਾਣਾ ਹੁੰਦਾ ਉੱਥੇ ਨੀ ਪੁੱਛਦੇ ਵਿੱਚ ਜਾਣਾ ਪਿੰਡ ਨੂੰ, ਮੈਂ ਜਿੱਦੇ ਮੈਂ ਨਹੀਂ ਜਾਣਾ ਹੁੰਦਾ ਕਿਤੇ ਉੱਧਰ ਸਾਰਿਆਂ ਨੇ ਪੁੱਛਿਆ ਪਿੰਡ ਇਹ ਤੂੰ ਕਿਤੇ ਪਿੰਡ ਭੈਣ ਹਾਂ ਨਹੀਂ ਵੇਚਦਾ ਕੀ ਬੰਦਾ ਰਹਿਣ ਦਾ ਹੈ ਤੁਹਾਡੇ ਕੋਲ ਗੱਡੀ ਹੈ ਬਾਬਾ ਜੀ, ਗੱਡੀ 'ਚ ਚੱਲ ਜਾਣਾ ਤੁਸੀਂ ਹੋਰ ਹਾਂ ਤੁਹਾਡੇ ਘਰੇ ਉੱਤਰ ਜਾਣਾ ਜਾ ਕੇ, ਕਿਹੜਾ ਕੋਈ ਫਿਕਰ ਹੈ। ਤਿਆਰ ਕਰਦਾ ਤੇ ਕਦੇ ਕਬੱਡੀ ਦੇ ਵੱਡੇ ਵੱਡੇ ਸਰਦਾਰਾਂ ਦੇ ਨਾਲ ਕਦੇ ਭਰਾਵਾਂ ਦੀ ਪਹਿਣੀ ਔਰ ਲੋਕਾਂ ਦੇ ਖੁਸ਼ੀ ਦੇ ਨਾਲ ਕਦੇ ਭਰਾਵਾਂ ਤੋਂ ਵੱਧ ਕੇ ਪਿਆਰ ਆ ਸਾਡੇ ਗੋਲਦੀ ਦਾ। ਲਾਵੀ ਗੋਲਦੀ ਨੇ ਜਾਣਕਾਰੀ ਚ ਵਾਧਾ ਕੀਤਾ ਵੀ ਅੱਜ ਤੋਕਾ ਵਾਲੇ ਖੁਸ਼ੀ ਦਾ ਹੈਪੀ ਵਾਲਾ ਬਰਥਡੇ ਆ, ਲਾਵੀ ਤੋਕਾ ਵਾਲਿਆ ਤੈਨੂੰ ਵੀ ਸਾਡੇ ਸਾਰੇ ਵਾਲੀਵਾਲ ਪਰਿਵਾਰ ਦੇ ਵੱਲੋਂ ਤੇ ਸਾਡੇ ਭਰਾ ਗੋਲਦੀ ਦੇ ਵੱਲੋਂ ਤੇਰੇ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ ਨੂੰ ਦਿੱਤਾ, ਇਸੇ ਤਰ੍ਹਾਂ ਦੁਨੀਆਂ ਤੇ ਛਾਇਆ ਰਹੇ ਔਰ ਸਾਡੀਆਂ ਦੁਆਵਾਂ ਤੇਰੇ ਲਈ ਔਰ ਤੁਹਾਡੇ ਅੱਜ ਲੋਕਾਂ ਵਾਲੇ ਖੁਸ਼ ਦੀਪ ਦਾ ਮੇਰੇ ਮਿੱਤਰ ਔਰ ਤੁਹਾਡੇ ਕਹਿੰਦੇ ਗੁਰਦਾਰੇ ਦਾ ਜਨਮਦਿਨ ਹੈ ਵੀ ਤੂੰ ਕਾਂ ਨੂੰ ਵੀ ਜਾਣਦੀ ਹੈ, ਤੂੰ ਇੱਕ ਨੂੰ ਵੀ ਜਾਣਦੀ ਹੈ ਤੇ ਗੱਡੀਏ ਮੁਕਾਜਦੇ ਤੂੰ ਚੋਲਰੀ ਨੀ ਜਾਣਦੀ ਹੈ ਔਰ ਪਰ ਦਿਲ ਦਾ ਕਦੇ ਬੱਚਾ ਬੱਚਾ ਗਰੀਬ ਹੈ ਨਾ ਵੀ ਖੁਸ਼ਦੀਪ ਖੁਸ਼ੀ ਦਾ ਹੀ ਤੈਨੂੰ ਲੱਖ ਲੱਖ ਬਜ਼ਾਰਗਾ ਸਾਡੀ ਖੇਡ ਕਬੱਡੀ ਦਾ ਕਦੇ ਬੰਦਾ ਮਲ ਅਰਥ ਦੇਵਾ ਉਹਨੂੰ ਸਾਡੇ ਕੋਲ ਗੋਲਦੀ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਤੇ ਸਤਿਕਾਰ ਦੇ ਸਹਿਤ ਹੈਪੀ ਵਾਲਾ ਬਰਥਡੇ ਤੂੰ ਵੀ ਹੈ ਸੱਚੇ ਪਾਤਸ਼ਾਹ ਪਰਮਾਤਮਾ ਲੱਭੀਆਂ ਬੜਾ ਬਖਸ਼ੇ ਇੱਧਰ ਮੈਚ ਬੜਾ ਚੋਟੀ ਦਾ ਜਿਹੜਾ ਅੱਜ ਚੱਦਰ ਬੱਦਲ ਦੀ ਧਰਤੀ ਤੇ ਖੇਡਿਆ ਜਾ ਰਿਹਾ ਹੈ। ਬਾਹਰ ਪੁੱਛਿਆ ਨੀ ਨੂੰ ਦਰਸ਼ਾ ਦਾ ਪਿੱਛੇ ਇੱਕ ਵਾਰੀ ਪੁੱਛਣਾ ਸੀ ਸੱਤ ਪੰਜ ਨੌ ਸੱਤ ਨੌ ਇੱਧਰ ਨੌ ਪੰਜ ਕਿੰਨੇ ਕਹਿੰਦਾ ਦਰਸ਼ਾ ਦਾ ਪਰ ਕਿੰਨੇ ਕਹਿੰਦਾ ਪੈਂਹਠ
ਨੌ ਉਧਰ ਆ ਜੀ, ਦਸ ਹੋ ਗਏ, ਦਸ ਸੱਤ, ਦਸ ਘੱਟਣ ਵਾਲੀ ਦੇ ਸੱਤ ਫਰੋਸ਼ਾ ਵੀ ਟੈਨ ਸੈਵਨ, ਦਸ ਸੱਤ ਵੀਰੇ ਉੱਧਰ, ਦਸ ਇੱਧਰ ਸੱਤ, ਟੈਨ ਸੈਵਨ। ਇਸ ਤੋਂ ਬਾਅਦ ਫਾਈਨਲ ਮੈਚ ਹੈ ਬਾਈ, ਖੰਜਰ ਵਾਲ ਕੇ ਫਾਈਨਲ 'ਚ ਵਿੱਕੀ ਬਰਾੜ। ਵਧੀਆ ਵਧੀਆ ਬਰਾੜਾ, ਕਿਵੇਂ ਹੈ? ਦਸ ਸੱਤ, ਦਸ ਬਰਾੜਾ ਘੱਟਣ ਵਾਲੀ ਦੇ ਸੱਤ ਫਰੋਸ਼ਾ ਵੀ ਨਵਜੋਤ। ਵਧੀਆ ਵਧੀਆ ਨਾਗ ਸਿੱਧੂ, ਕੈਲਗਰੀ ਬੱਲੀ ਗਿੱਲ ਕਨੇਡਾ, ਪ੍ਰਥੀ ਪ੍ਰਿਆ, ਕੀ ਹਾਲ ਚਾਲ ਆ ਬਾਈ ਗਿੱਲ ਸਾਹਿਬ, ਨਾਗ ਸਿੱਧੂ ਕੈਲਗਰੀ, ਵਿੱਕੀ ਬਰਾੜ। ਬਹੁਤ ਧੰਨਵਾਦ ਸਿਮਰਾ ਹਰਾਜ ਪਿੰਡ, ਡੁੱਡੀ ਵਿਸ਼ਵਾਸ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਲੀਬਾਲ ਸ਼ੂਟਿੰਗ ਫਾਇਰ ਪੇਜ 'ਤੇ ਤੁਸੀਂ ਦੇਖ ਰਹੇ ਹੋ ਗਿੱਦੜ ਪਿੰਡੀ ਦਾ ਬ੍ਰੈਂਡ ਕੱਪ ਫਾਈਨਲ ਮੈਚ। ਇਸ ਤੋਂ ਬਾਅਦ ਸੈਕਿੰਡ ਸੈਮੀ ਚੱਲ ਰਿਹਾ ਡੁੱਡੀ, ਕੱਲ੍ਹ ਨੂੰ ਨੌ ਲੜੀ, ਨੌ ਲੜੀ ਦਾ ਲੁਧਿਆਣਾ ਸੂਰਜ ਸੱਤ ਦਸ ਚੇਂਜ ਬਾਈ, ਗੀਤ ਬੰਦ ਕਰੀ ਯਾਰ, ਬੰਦ ਕਰਾਈ ਮਾੜਾ ਜਿਹਾ ਮਿਊਜ਼ਿਕ, ਮਿਊਜ਼ਿਕ ਬੰਦ ਕਰਾਈ ਮਾੜਾ, ਮਿਊਜ਼ਿਕ ਬੰਦ ਬੰਦ ਕਰੀ ਭਰਾ, ਆਪਣੇ ਮਿਊਜ਼ਿਕ ਬੰਦ ਕਰੀ, ਬੰਦ ਮਿਊਜ਼ਿਕ ਬੰਦ ਕਰਦੇ, ਗੀਤ ਬੰਦ ਕਰਦੇ ਭਰਾ, ਬਣ ਕੇ ਕਿੱਥੇ ਚੱਲਦਾ ਸੀਗਾ ਮੈਂ ਤਾਂ ਉਹ ਚਲਾਈ ਬੈਠੇ। ਤਰੀਕਾਂ ਬਦਲ ਗਈਆਂ, ਕੱਲ ਦੇ ਖੇਡੀ ਆਉਂਦੇ ਮੁੰਡੇ ਤੇ ਹਾਲੇ ਵੀ ਫੈਸਲੇ ਜਿਹੜੇ ਬਾਕੀ ਨੇ ਵੀ ਕਿਹੜੇ ਖਿਡਾਰੀ ਅੱਜ ਇਸ ਟੂਰਨਾਮੈਂਟ ਦੇ ਜੇਤੂ ਬਣ ਗਏ, ਕਿਹੜੀ ਟੀਮ ਅੰਦਰ ਪ੍ਰਤੀ ਗਈ। ਦੂਜਾ ਸੈਮੀ ਹੈ, ਸੱਤ ਤੇ ਦਸ ਦਾ ਮੁਕਾਬਲਾ, ਚੱਲ
ਵਧੀਆ ਵਧੀਆ ਨਵਜੋਤ ਕੀ ਹਾਲ ਆ ਵੀਰੇ ਨਗ ਸਿੱਧੂ ਬੰਗੀ ਵਾਲਾ ਗਿਆਰਵਾਂ ਬਣ ਜੁੜ ਗਿਆ ਗਿਆਰਾਂ ਸੱਤ ਗਿਆਰਾਂ ਨੰਬਰ ਹੋ ਗਏ ਪਹਿਲੀ ਟੀਮ ਦੇ ਹਰ ਇਧਰਲੇ ਪਾਸੇ ਥੋੜੀ ਕਹਿੰਦੇ ਬੰਦਿਆਂ ਨੇ ਰਿਓਂਦ ਬੰਦੀ ਗੇਂਦ ਕੀਤੀ ਹੈ ਚੰਦ ਬਾਅਦ ਵਾਲਾ ਚੰਦਾ ਕਹਿੰਦੇ ਸੈਂਟਰ ਦੇ ਵਿੱਚ ਆ ਗਿਆ ਉਧਰ 11 ਉਧਰ 4.5 ਪੁਆਇੰਟਾਂ ਦਾ ਫਰਕ ਹੈ ਨੰਬਰ 12 ਜੋੜਨ ਦੇ ਲਈ ਮੁੰਡੇ ਤਿਆਰ ਬਰਤਿਆਰ ਨੇ Thank you.
ਓਏ ਸਿਰਾ ਰੁਪਿਆ, ਓ ਸਿਰਾ ਰੁਪਿਆ ਐਂਡ ਯਾਰ ਸੱਤ ਗਿਆਰਾਂ ਚੇਂਜ ਆ ਜੀ, ਸੱਤ ਗਿਆਰਾਂ ਚੇਂਜ, ਸੈਵਨ ਇਲੈਵਨ, ਸੱਤ ਗਿਆਰਾਂ ਇੱਧਰ ਸੱਤ ਉੱਧਰ ਗਿਆਰਾਂ, ਸੱਤ ਫਰੋਸ਼ਾ ਵੀਹ ਗਿਆਰਾਂ ਕੱਟਿਆ ਵਾਲੀ ਉੱਧਰ ਗਿਆਰਾਂ ਇੱਧਰ ਸੱਤ ਗਿਆਰਾਂ ਸੱਤ ਚੇਂਜ ਸਰਵਿਸ ਆਓ ਗਿਆਰਾਂ ਸੱਤ ਚੇਂਜ ਵਧੀਆ ਵਧੀਆ ਦਾਰੇ ਬਾਈ ਕੀ ਹਾਲ ਚਾਲ ਭਨੇਰੀ ਆਈ ਸੀ ਵੀਰੇ ਹਰ ਗਏ ਗੁਰਸਿਮਰਨ ਗੈਲਾ ਭਨੇਰੀ ਵਾਲੇ ਹਰ ਗਏ ਮੁੰਡੇ ਗਿਆਰਾਂ ਸੱਤ ਉੱਧਰ ਗਿਆਰਾਂ ਇੱਧਰ ਸੱਤ ਘੱਟਣ ਵਾਲੀ ਦੇ ਗਿਆਰਾਂ ਸੱਤ ਕੈਮਰੇ ਸਾਹਮਣੇ ਦੋ ਸੌ ਵੀਹ ਦੇ ਸੈਮੀ ਮੈਚ ਹੈ ਜਿੱਤਣ ਵਾਲੀ ਟੀਮ ਨੇ ਫਾਈਨਲ ਪਹੁੰਚ ਜਾਣਾ ਮੁੰਡਿਓ ਫਾਈਨਲ ਚ ਖੰਜਰ ਵਾਲ ਕੇ ਬਾਰਾਂ ਸੱਤ ਹੋ ਗਏ ਵੀਰੇ ਬਾਰਾਂ ਸੱਤ ਬਾਰਵਾਂ ਨੰਬਰ ਜੋੜ ਕੇ ਮੁੰਡੇ ਘੱਟਿਆਂ ਵਾਲੇ ਟਵੈਲਵ ਸੈਵਨ ਸੱਤ ਬਾਰਾਂ ਚੇਂਜ ਸੈਵਨ ਟਵੈਲਵ ਚੇਂਜ ਆ ਬਾਈ ਇਹਨੇ ਇਹਨੇ ਸੱਤ ਬਾਰਾਂ ਹੀ ਸੱਤ ਬਾਰਾਂ ਪੁਆਇੰਟ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਵਿੰਦਰ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਅੱਠ ਬਾਰਾਂ ਇਹ ਟਵੈਲਵ
ਬੰਗਾਲ ਵਾਲਾ ਖੇਲਾ ਬਹੁਤ ਸੋਹਣਾ ਮੈਚ ਲਾ ਭਾਊ ਬੰਦੇ ਵਧਾਈਆਂ ਨਾਲ ਤਿਆਰ ਹੈ ਬੜੇ ਖੜਕੇ ਬੜਕੇ ਵਾਲਾ ਮੈਚ ਖੇਡਿਆ ਜਾ ਰਿਹਾ ਹੈ ਸਰਵੇ ਬਹੁਤ ਮੋਟੇ ਐਕਸ਼ਨ ਕਰਦੇ ਆ ਬਹੁਤ ਸਾਹਮਣੇ ਬਾਲੇ ਸਿੱਧੇ ਕੀਤੇ ਹੈ ਬੋਦੀ ਵਾਲੀ ਦੇ ਬਾਲ ਨਾਮੇ ਗੱਲ ਤਾਂ ਮਾਨੀ ਹੈ ਗੱਲ ਤਾਂ ਮਾਨੀ ਹੈ ਨੰਬਰ ਵੀ ਮੈਨੂੰ ਲੱਗਦਾ ਵੀ 13 ਹੋ ਗਿਆ 13ਵਾਂ ਨੰਬਰ ਲੱਗ ਗਿਆ ਚਾਰ ਕੁ ਨੰਬਰਾਂ ਦੀ ਖੇਡ ਬਾਕੀ ਹੈ ਮੈਚ ਕਾਹਦਾ ਕਹਿੰਦੇ ਅੱਕ ਨਿਕਲੀ ਪਈ ਹੈ ਆਓ ਅੱਕ ਨਿਕਲੀ ਪਈ ਹੈ ਬੜਾ ਤਕੜਾ ਮੈਚ ਲੁਧਿਆਣਾ ਤਰਸੇਮ ਇਹ ਕਹਿੰਦੇ ਇਨਸਾਨ ਵੀ ਬੜਾ ਵਧੀਆ ਖਿਡਾਰੀ ਵੀ ਬੜਾ ਵਧੀਆ ਮੈਚ ਲੁਧਿਆਣਾ ਸੇਵਾ ਬਹੁਤ ਵਧੀਆ ਖਿਡਾਰੀ ਸਾਡੀ ਖੇਡਦਾ ਚੱਕਰ ਸਿਰੇ ਦੀ ਖਾਧੇ ਹੈ ਬਦਾਮ ਜੀ ਨੇ ਮੰਗਲਾ ਉਸੇ ਨੇ ਹੀ ਗੋਲੀਆਂ ਲਵਾਉਣੀਆਂ ਕਹਿੰਦੇ ਆ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਬੋਲੀ ਵਾਲੀ ਆ ਬਾਲ ਤੇ ਤੇਰੇ ਲੱਗਣੀ ਜ਼ਰੂਰ ਹੈ ਇਹ ਤੈਨੂੰ ਦੱਸਦੀ ਹੈ ਪਿੰਡ ਦਾ ਬੜਾ ਪੱਕਾ ਚੰਦਬਾਜੇ ਵਾਲਾ ਬਾਲ ਤੇ ਮਾਰ ਦਿੰਦੀ ਹੈ ਚੰਦਬਾਜੇ ਵਾਲੇ ਨੇ ਬਚ ਕੇ ਰਹੀ ਮੁੰਡਿਆਂ ਦੀ ਅੱਖ ਤੇਰੇ ਤੇ ਹੈ ਸਹੁ ਬਚ ਕੇ ਰਹੀ ਉਧਰ ਪੱਪੂ ਵਰਗੇ ਕਹਿੰਦੇ ਆ ਜਾ ਮਾਸੀਆਂ ਮੁੰਡਿਆ ਕਹਿੰਦੇ ਹੈ ਬਾਜਰਾ ਬਲ ਕੇ ਬਾਲ ਆਊਟ ਹੈ ਇਧਰ ਕਹਿੰਦੇ ਸੋਮੇ ਨੇ ਬੜਾ ਤਗੜਾ ਪੁਆਇੰਟ ਜੋੜ ਦਿੱਤਾ ਆਪਣੀ ਟੀਮ ਚਲੋ ਸਾਢੇ 13 ਨੇ ਕੋਸ਼ਿਸ਼ ਕਰ ਰਿਹਾ ਵਧੀਆ ਮੈਚ ਜਿਹੜਾ ਖੇਡਿਆ ਜਾ ਰਿਹਾ ਦੂਜਾ ਸੈਮੀ ਹੈ ਹਾਲੇ ਫਾਈਨਲ ਮੈਚ ਆਪਣੇ ਕੋਲੇ ਬਾਕੀ ਪਿਆ ਆਊਟਾਂ ਦੇ ਫਾਈਨਲ ਹਾਲੇ ਫੈਸਲੇ ਹੋਣਗੇ ਪਰ ਸਮਾਂ ਲੱਗ ਜਾਵੇਗਾ ਆਊਟਾਂ ਦੇ ਕਿਹੜੇ ਖਿਡਾਰੀ ਅੱਜ ਦੇ ਸਟੇਟ ਟੂਰਨਾਮੈਂਟ ਦੇ ਪਹਿਲੇ ਨੰਬਰ ਦੇ ਜੇਤੂ ਬਣਨਗੇ ਵਧਾਈਆਂ ਵਾਲਾ ਰਿੰਕੂ ਹੈ ਵਾਹ ਬਈ ਵਾਹ ਕਮਾਲ ਦਾ ਜਿਹੜਾ ਇੱਕ ਮੁੰਡੇ ਨੇ ਜੋੜ ਦਿੱਤਾ ਇੱਕ ਵਾਰ ਫਿਰ ਤੋਂ ਸਰਵਿਸ ਚੇਂਜ ਹੋ ਚੁੱਕੀ ਹੈ 13-8 ਚੇਂਜ ਹੈ ਜੀ 8-8 ਚੇਂਜ ਹੈ ਜੀ ਸਰਵਿਸ ਕਿਆ ਬਾਤ ਲਓ 13 ਤੇ 8 ਕਹਿੰਦੇ 5 ਕੁ ਨੰਬਰਾਂ ਦਾ ਫਰਕ ਹੈ ਬਾਬੇ ਨਾਨਕ ਨੇ ਵੀ 13-13 ਤੋਲਿਆ ਤੇ ਅੱਜ ਗਿੱਦੜ ਵਿੱਚ 13 ਮਟ ਜੀ ਹੋਇਆ ਨਾ ਕੋਈ 13 ਨਾ ਕੋਈ 13 ਸਾਰੇ ਆਈ ਜਾਂਦੇ ਨੇ ਜਾਈ ਜਾਂਦੇ ਗੁਰੂ ਘਰ ਦਾ ਸੁਖੀਤਰ ਬੋਲੇ ਤੱਕੜੀ ਬਾਬੇ ਨਾਨਕ ਦੀ 13-13 ਤੋਲੇ ਹੋ ਤੱਕੜੀ ਬਾਬੇ ਨਾਨਕ ਦੀ 13-13 ਤੋਲੇ ਬਹੁਤ ਸੋਹਣਾ ਮੈਚ ਜਿਵੇਂ ਬੱਕੀ ਵਾਲਿਆ ਹੋ ਜਾ ਲੈਣ ਤੇ ਖੇਡ ਕਾਕਾ ਤਾਂ ਬੜਾ ਖਰਾਬ ਹੋਵੇ ਆਪਣਾ ਪੰਜਾਬ ਹੋਵੇ ਆਪਣਾ ਪੰਜਾਬ ਹੋਵੇ ਪੰਜਾਬ ਦੀ ਧਰਤੀ ਪੰਜਾਂ ਦਰਿਆਵਾਂ ਦੀ ਧਰਤੀ ਚੌਦਵਾਂ ਲੱਗ ਗਿਆ ਦੋ ਤਿੰਨ ਹੀ ਬਾਕੀ ਰਹਿ ਗਿਆ ਤਲਵੰਡੀ ਵਾਲਿਆ ਨੰਬਰ 14 ਲੱਗ ਗਿਆ ਬੱਬੂ ਕਹਿੰਦੇ ਸਿਰ ਤਿਆਰ ਹੈ ਸਰਵੇ ਕਰਨ ਦੇ ਲਈ ਜੇ ਪ੍ਰਸ਼ਾਦਾ ਛੱਡਣਾ ਕਿਸੇ ਨੂੰ
ਗੁਰੂ ਦਾ ਲੰਗਰ ਆ ਗਿਆ ਜੀ ਲੰਗਰ ਫੜ ਸਕਦੇ ਆ ਜੀ ਪ੍ਰਬੰਧ ਤੇ ਕਹਿੰਦੇ ਕਿੱਦਣ ਵਿੰਡੀ ਵਾਲੇ ਨੇ ਤੌਰ ਤੇ ਕੀਤੇ ਹੈ ਬਹੁਤ ਸੋਹਣਾ ਮੈਚ ਇਹਨਾਂ ਨੇ ਆਪ ਖੇਡ ਖੇਡੀ ਹੈ ਉਹਨਾਂ ਨੂੰ ਪਤਾ ਹੁੰਦਾ ਵੀ ਖਿਡਾਰੀਆਂ ਦੀਆਂ ਕੀ ਮੁਸ਼ਕਲਾਂ ਆਉਂਦੀਆਂ ਇਹਨਾਂ ਨੇ ਆਪ ਖੇਡ ਖੇਡੀ ਹੈ ਉਹਨਾਂ ਨੂੰ ਪਤਾ ਹੁੰਦਾ ਬਹੁਤ ਸਾਹਮਣੇ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਲੱਗੇ ਨਾ ਨਸਾਨਾ ਸਾਰ ਰੁਕੇ ਤੋਂ ਬਿਨਾ ਡਰਦਾ ਨੀ ਮੌਕੇ ਤੋਂ ਬਿਨਾ ਪੰਦਰਾਂ ਫੁੱਟ ਤੇ ਜਾ ਵੜਦਾ ਖੁਸ਼ੀ ਮੌਕੇ ਤੋਂ ਬਿਨਾ ਪੰਦਰਾਂ ਫੁੱਟ ਬਾਹ ਨਿਕਲਦੀ ਹੈ ਖੁਸ਼ੀ ਦੀ ਬਾਹਰ ਨੂੰ ਮੌਕੇ ਤੋਂ ਬਿਨਾ ਚੋਰ ਚੋਰੀ ਕਰਦਾ ਪੰਦਰਾਂ ਫੁੱਟ ਵਾਹ ਜੀ ਵਾਹ ਕਿਆ ਬਾਲ ਫੜੀ ਹੈ ਬੰਦੇ ਨੇ ਮੌਕੇ ਤੋਂ ਬਿਨਾ ਨੰਬਰ ਕਹਿੰਦੇ ਪੰਦਰਾਂ ਹੋ ਗਏ ਹੈ ਦੋ ਨੰਬਰਾਂ ਨੂੰ ਖੇਡ ਬਾਕੀ ਹੈ ਨੰਬਰ ਪੰਦਰਾਂ ਲੈ ਜੁੱਲੀ ਪਾਣੀ ਪੀਲਾ ਪੀਲਾ ਪਾਣੀ ਨੂੰ ਪੀਲਾ ਕੋਈ ਗੱਲ ਨਹੀਂ ਸਰਵੇ ਕਹਿੰਦੇ ਚੇਂਜ ਹੋ ਚੁੱਕੀ ਹੈ ਖੇਡ ਮੈਦਾਨ ਦੇ ਵਿੱਚ ਅਗਲੀ ਸਰਵੇ ਮੁੰਡੇ ਨੇ ਕਰ ਦਿੱਤੀ ਹੈ ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਪੰਦਰਾਂ ਹੈ ਦੂਜੇ ਪਾਸੇ ਨੰਬਰ ਮੈਨੂੰ ਲੱਗਦਾ ਜੀ ਅੱਠ ਹੈ ਨੱਥੂ ਵਾਲੀਆਂ ਪੰਦਰਾਂ ਤੇ ਅੱਠ ਦੀ ਟੱਕਰ ਪਤਾ ਖੁਦ ਨੀ ਕਰ ਕੀ ਦੇਣਾ ਮਿੰਟ ਲਾਈ ਦਾ ਚੱਕਰ ਘੁਮਾ ਲੋ ਜੱਟ ਫੇਰਾ ਤਿਆਰ ਤਿਆਰ ਖੁਦੀ ਬਾਨੋ ਜਦ ਤੇਰਾ ਤਿਆਰ ਖੁਦੀ ਬਾਨੋ ਅਤਾ ਖੁਦ ਨੀ ਬਾਨਾ ਬਣਾਉਣਾ ਕੀ ਹੈ ਹਉ ਕੰਦਿਆਲ ਨਾ ਆਵੇ ਜੱਜ ਦੇ ਬੱਲੇ ਬੱਲੇ ਹੋਜੂ ਜੱਜ ਦੇ ਬਾਲ ਲੱਗਦੇ ਪਰ ਜੱਜ ਤੇ ਬਾਲ ਲਾਉਣੀ ਕੋਈ ਮਜ਼ਾਕ ਥੋੜੀ ਹੈ ਹਉ ਜੱਜ ਦੇ ਬਾਲ ਲਾਉਣੀ ਚੰਦ ਬਾਜੇ ਵਾਲਾ ਕਿਆ ਬਾਤ ਕਹਿੰਦਾ ਚੰਦ ਬਾਜੇ ਵਾਲਾ ਹੁਣ ਹੋਏ ਐਕਸ਼ਨ ਹੁਣ ਹੋਏ ਐਕਸ਼ਨ ਗੱਲਾਂ ਵਾਲੀਬਾਲ ਸ਼ੂਟਿੰਗ ਔਨ ਫਾਇਰ ਭੇਜਦੀਆਂ ਨੰਬਰ ਨੌਵਾਂ ਲੱਗ ਗਿਆ ਚੱਲ ਚੱਲ ਚੁੱਕੋ
9 15 ਮੇਰੇ ਖਿਆਲ ਚ ਬਾਈ ਇਧਰ 9 ਉਧਰ 15 ਬਾ ਕੋਈ ਨਹੀਂ ਕੋਈ ਇਹ ਹੈ 200 ਜਾਂ 300 ਕੱਲੀ ਚੱਲ 10-15 ਇਸੀ ਨੰਬਰ 10 ਹੋ ਗਏ ਹੈ ਰਾਮ ਸਰ ਵਾਲਾ ਕਹਿੰਦੇ ਡੀਸੀ ਆਇਆ ਹੋਇਆ ਬੰਨਾ ਕੋਚ ਹੀ ਆਏ ਹੋਏ ਹੈ ਗੁਰੂ ਬਿਨਾਂ ਜੋਧਿਆ ਗਿਆਨ ਹੁੰਦਾ ਨੀ ਮਿਹਨਤਾਂ ਤੋਂ ਬਿਨਾਂ ਕੋਈ ਪਹਾੜ ਹੁੰਦਾ ਨੀ ਦਾਤ ਸਿੱਖੇ ਬਿਨਾਂ ਯਾਰਾ ਗੱਲ ਨਾ ਬਣੇ ਅੱਜ ਨਾ ਬਣੇ ਤੇ ਭਾਵੇਂ ਕੱਲ 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 ਨਾ ਬਣੇ ਦਾਤ ਸਿੱਖੇ ਬਿਨਾਂ ਯਾਰਾ ਗੱਲ ਨਾ ਬਣੇ ਦਾਤ ਸਿੱਖਣੇ ਪੈਂਦੇ ਹੈ ਉਹ ਜੋ ਕਹਿੰਦੇ ਉਹਨਾਂ ਰੂਲਾਂ ਉਸੂਲਾਂ ਤੇ ਚੱਲਣਾ ਪੈਂਦਾ ਹੈ ਫਿਰ ਕਿਤੇ ਜਾ ਕੇ ਗੱਲਾਂ ਟਿਕਾਣੇ ਲੱਗਦੀਆਂ ਵਾਹ ਸੁਣਿਆ ਜੰਦ ਵਾਜਿਆ ਦੇ ਪਾਸੇ ਪਲਟ ਕਰਦਾ ਆਹ ਨੰਬਰ ਲਾ ਗਿਆ ਕਹਾਣੀ ਦੇ ਵਿੱਚ ਵੱਡਾ ਮੋੜ ਆ ਜਾਣਾ ਆਹ ਨੰਬਰ ਲਾ ਗਿਆ ਕਹਾਣੀ ਦੇ ਵਿੱਚ ਕਹਿੰਦੇ ਵੱਡਾ ਮੋੜ ਆ ਜਾਣਾ ਵੱਡਾ ਮੈਚ ਖੇਡ ਮੈਦਾਨ ਦੇ ਵਿੱਚ ਟੱਕਰ ਜਾਨਦਾਰ ਹੈ ਉਹ ਕਿੱਲੀ ਨੱਪੀ ਤੁਰੇ ਆਉਂਦਾ ਜੰਦ ਵਾਜੇ ਵਾਲਾ ਕਿੱਲੀ ਨੱਪੀ ਤੁਰੇ ਆਉਂਦਾ ਵਧਾਈਆਂ ਵਾਲਾ 15-10 ਪੰਦਰਾਂ ਤੇ ਦਸ ਪੰਜ ਨੰਬਰਾਂ ਦਾ ਫਰਕ ਹੈ ਵਾਲੇ ਪੱਤੇ ਤਵੇ ਤੇ ਰੋਟੀ ਸੜਦੀ ਹੁੰਦੀ ਹੈ ਔਰ ਦੇਖ ਕੇ ਫਿੱਕ ਲੋਕਾਂ ਦੀ ਰੜਦੀ ਹੁੰਦੀ ਹੈ ਤਣਕਾ ਤਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਔਰ ਤਣਕਾ ਤਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ ਤਣਕੇ ਤਣਕੇ ਦੇ ਨਾਲ ਕਹਿੰਦੇ ਗੁੱਡੀ ਨੂੰ ਚੜ੍ਹਦੀ ਹੈ ਜਿਹਨੂੰ ਔਰ ਕੰਮ ਵਧਾਈਆਂ ਵਾਲਾ ਵੀ ਨੱਪੀ ਤੁਰੇ ਆਉਂਦਾ ਮੈਚ ਬੜਾ ਸੋਹਣਾ ਹੈ ਤਕੜੀ ਖੇਡ ਖੇਡੀ ਜਾ ਰਹੀ ਹੈ ਇੱਕੋ ਰੱਸੇ ਬੰਨੀਆਂ ਨਾ ਜਾਣ ਜਾ ਰਹੀਆਂ ਕਈ ਵਾਰੀ ਆਪਣੇ ਵੀ ਕਰ ਜਾਂਦੇ ਮਾੜੀਆਂ ਪਿੰਡ ਵਿੱਚ ਜਿਹੜੇ ਹੁੰਦੇ ਆ ਭਰਾ ਪਤਾ ਲੱਗੇ ਦੁਨੀਆਦਾਰੀ ਦਾ ਸੰਭੇ ਨਾ ਬਦਾਮਾਂ ਨਾ ਦਿਮਾਗ ਤੇਜ਼ੀ ਧੱਕੇ ਖਾ ਕੇ ਪਤਾ ਲੱਗੇ ਸਿੱਧੂ ਨਹੀਂ ਆ ਵੀਰੇ ਕਲੋਜ਼ ਫਿੱਟਰ ਨਹੀਂ ਆ ਸੰਭੇ ਨਾ ਬਦਾਮਾਂ ਨਾ ਦਿਮਾਗ ਤੇਜ਼ੀ ਧੱਕੇ ਖਾਣੇ ਪੈਂਦੇ ਆ ਫਿਰ ਕਿਤੇ ਕਹਿੰਦੇ ਗੱਲਾਂ ਟਿਕਾਣੇ ਲੱਗਦੀਆਂ ਉੱਧਰ ਗੁਰੂ ਦਾ ਲੰਗਰ ਚੱਲ ਰਿਹਾ ਜਿਹਨਾਂ ਵੀਰਾਂ ਨੇ ਪ੍ਰਸ਼ਾਦਾ ਪਾਣੀ ਛਕਣਾ ਉਹ ਛਕ ਸਕਦੇ ਆ ਜੀ ਚਾਹ ਚੱਲ ਰਹੀ ਹੈ ਚਾਚਾ ਜੀ ਕਹਿੰਦੇ ਪੰਨੂ ਸਾਹਿਬ ਵੀ ਚਾਹ ਪੀ ਰਹੇ ਹੈ ਗੱਲਾਂ ਉੱਚੀਆਂ ਨੇ ਤੇਰੇ ਯਾਰ ਦੀਆਂ ਉਹ ਗੱਲਾਂ ਵੱਡੀਆਂ ਨੇ ਤੇਰੇ ਯਾਰ ਦੀਆਂ ਗੱਲਾਂ ਕਹਿੰਦੇ ਪੰਨੂ ਦੀਆਂ ਵੱਡੀਆਂ ਹੈ ਚੰਦ ਵਾਜੇ ਵਾਲਾ ਬਾਹ ਸੁਣਿਆ ਇਹ ਤੇ ਅਉਂ ਕਰੋ ਪਰ ਹੁਣ ਪਾਲ ਹੈ ਮੈਂ ਵੀ ਕਰਾਉਂ ਚੱਲਦੀ ਹੈ ਜੱਜ ਕਰਾਉਂ ਤੇ ਤੂੰ ਆਪ ਹੀ ਕਹਿਣਾ ਉਹਨਾਂ ਵੀ ਚੱਲਦੀ ਹੈ ਹੁਣ ਚੱਲਣ ਦੇ ਤੁਰ ਫਿਰ ਕੇ ਮੇਲਾ ਦੇਖ ਅਸੀਂ ਹੁਣ ਕੀ ਲੈਣਾ ਆਪੇ ਕਰ ਲਈ ਆਪਣੀ ਪੱਟੀ ਮੇਸ ਅਸੀਂ ਹੁਣ ਕੀ ਲੈਣਾ ਤੁਰ ਫਿਰ ਕੇ ਮੇਲਾ ਦੇਖ ਐਨ ਕਹਿੰਦੇ ਮੇਲਾ ਚੱਲ ਰਿਹਾ ਅਗਲੀ ਸਰਵੇ ਕਰਨ ਦੇ ਲਈ ਭਾਊ ਤਿਆਰ ਹੈ 15-10 ਦੀ ਟੱਕਰ ਹੈ Thank you.
ਗੇਮ ਪੁਆਇੰਟ ਆ ਗਿਆ ਜੀ, ਗੇਮ ਪੁਆਇੰਟ ਲਾਸਟ ਨੰਬਰ ਆ ਗਿਆ, ਲਾਸਟ ਨੰਬਰ ਆ ਗਿਆ, ਕੱਟਣ ਵਾਲੀ ਟੀਮ ਬਹੁਤ ਸੋਹਣਾ ਮੈਂ ਦੇਖਣ ਵਾਲੇ ਹੈਗੇ ਮੇਰੇ ਵੱਧ ਤੋਂ ਵੱਧ ਮੁੰਡੇ ਦੂਰ ਹੈ ਜਿਹੜੇ ਫਾਜ਼ਿਲ ਕਾਲੇ ਮੁੰਡੇ ਕੱਟਿਆਂ ਵਾਲੀ ਦੀ ਟੀਮ ਇੱਕ ਕਦਮ ਦੂਰ ਹੈ। ਐਤਕੀ ਦੇ ਸੀਜ਼ਨ ਮੁੰਡਿਆਂ ਨੇ 20 ਟੂਰਨਾਮੈਂਟ ਖੇਡੇ ਲਗਾਤਾਰ, ਇੱਕ ਟੂਰਨਾਮੈਂਟ ਮੁੰਡੇ ਸੈਕਿੰਡ ਰਹੇ ਹੈ, ਬਾਕੀ ਸਾਰੇ ਟੂਰਨਾਮੈਂਟ ਫਸਟ ਰਹੇ ਹੈ, ਇੱਕ ਟੂਰਨਾਮੈਂਟ ਹੀ ਸੈਕਿੰਡ ਰਹੇ ਹੈ। ਸਿਰ ਮਾਰਦਾ ਹੈ, ਕੀਬਾ ਮਾਰਦਾ ਹੈ, ਉਹ ਕਹਿੰਦਾ ਹਲੇ ਨੀ ਬਾਲ ਲੱਗਦੀ ਹੈ, ਪਰ ਚੰਦ ਬਾਜੇ ਵਾਲਾ ਕਹਿੰਦਾ ਲਾਉਣੀ ਤੇ ਲਾਉਣੀ ਵੀ ਜੱਜ ਪਈ ਹੈ। ਇੱਕ ਕਹਿੰਦੇ ਬਾਂਦਰਾਂ ਵਾਲਾ ਪ੍ਰਸਿੱਧ ਹੋਇਆ, ਧੂੜ ਗੋੜੀ ਉਹਦੀਆਂ ਗੱਲਾਂ, ਇਹ ਛੋਟਾ ਜੱਜ ਹੈ, ਅੰਦਰ ਹੈਂਡੇ ਦੀ ਵੀ ਕਮਾਲ ਦੀ ਹੈ, ਕੈਂਕੜੇ ਕਹਿੰਦੇ ਮੁੜਦੇ ਦਿੰਦੀ ਹੈ, ਉਹ ਅੰਦਰ ਹੈਂਡੇ ਦੀ ਵੀ ਕਮਾਲ ਦੀ ਹੈ। ਜੱਜ ਜੇ ਕਹਿੰਦੇ ਤੇ ਬਾਲ ਬਣਾਵੇ ਫੇਰ ਸਵਾਦ ਆਉਣਾ, ਸਿਰ ਮਾਰਦਾ ਕੱਟ ਨਾ ਕਹਿੰਦਾ ਕਹਿੰਦਾ ਆ ਜਾ ਸਿੱਧੇ ਮੱਥੇ ਅੱਖੀਆਂ ਤੇ ਉਹੀ ਮਰ ਜਾਣਿਆ, ਝਾਕਣੀ ਚ ਪੈ ਗਿਆ ਫਰਕ ਵੇ, ਅੱਖੀਆਂ ਤੇ ਉਹੀ ਲੁੱਭ ਜਾਣਿਆ, ਝਾਕਣੀ ਚ ਪੈ ਗਿਆ ਫਰਕ ਵੇ, ਝਾਕ ਮਲਾ ਨਜ਼ਰਾਂ ਨਾ ਨਜ਼ਰਾਂ ਗੱਲਾਂ ਫਿੱਟ ਕਾਣੇ ਹੋਣਗੀਆਂ। ਸੋਹਣਾ ਮੈਚ ਹੈ, ਅੱਤਰ ਜਾਨਦਾਰ ਹੈ, ਉਹ ਟੈਕ ਤੇ ਕਹਿੰਦੇ ਮੁੰਡੇ ਕਰੀ ਕਰਿਆ ਲਿਆ ਨਾਕਾ ਟਿੱਟੋ ਜਾ ਬੰਗੀ ਵਾਲਾ ਬੱਲੇ ਕਮਾਲ ਦੀ ਖੇਡ ਹੈ, ਕਮਾਲ ਦਾ ਕਹਿੰਦੇ ਮੈਚ ਸੈਮੀ ਖੇਡਿਆ ਜਾ ਰਿਹਾ ਹੈ, ਇਹ ਤੋਂ ਬਾਅਦ ਇੱਕ ਫਾਈਨਲ ਮੈਚ ਅੱਜ ਦੇ ਦਿਨ ਦਾ ਬਾਕੀ ਹੈ। ਫਿਰ ਗੱਲਾਂ ਕਹਿੰਦੇ ਨਲੜੀ ਦੇ ਵੇਲੇ ਦੀਆਂ ਹੋਣਗੀਆਂ, ਫੰਨੇ ਦਾ ਲਾਂਡਾ ਹੈ, ਨਲੜੀ ਤੁਰਦੀਆਂ ਗੱਲਾਂ ਹੋਣਗੀਆਂ, ਪਰ ਆਹ ਨੰਬਰ ਕਹਿੰਦੇ 32 ਚੁਣੌਤੀ ਬਣਿਆ ਹੋਇਆ, ਚੇਂਜ ਹੋ ਸਕਦੀ ਹੈ, ਇੱਥੋਂ ਮੇਰੇ ਸ਼ਹਿਰ ਵਾਲੇ ਗੱਡੀ ਨਿਗਰਾਵਾਂ ਨੂੰ ਵੀ ਪਾ ਸਕਦੇ ਹੈ। ਇਹ ਤੇ ਵਾਹਿਗੁਰੂ ਜਾਣਦਾ, ਬਾਬਾ ਨਾਨਕ ਜਾਣਦਾ, ਹਰ ਦਮ ਜਿੱਤਣ ਕਰਨਾ, ਕਦੇ ਹਾਰ ਵੀ ਮਨ ਸਰੀਰਾ, ਜਿੱਤਣ ਦਾ ਮੁੱਲ ਬੋਲੀ ਪੈਂਦਾ, ਹਾਰਨ ਦਾ ਮੁੱਲ ਹੀਰਾ, ਮੈਂ ਸਮਾਪਤ ਘੱਟਿਆਂ ਵਾਲੀ ਫਾਈਨਲ ਜੇਤੂ ਟੀਮ ਨੂੰ ਮੁਬਾਰਕਾਂ, ਦੋਵੇਂ ਟੀਮਾਂ ਬਹੁਤ ਤਕੜਾ ਖੇਡੀਆਂ, ਫਿਰੋਜ਼ਸ਼ਾਹ ਬੀ ਤੇ ਘੱਟਿਆਂ ਵਾਲੀ ਫਾਈਨਲ, ਘੱਟਿਆਂ ਵਾਲੀ ਵਰਸ ਖੰਜਰਾਲ ਦਾ ਫਾਈਨਲ ਲੱਗਣਾ ਵੀਰੇ, ਬਣੇ ਰਹੋ ਮੁੰਡੇ ਲਾਈਵ ਨਾਲ, ਬਹੁਤ ਤਕੜਾ ਖੇਡੀ, ਬਹੁਤ ਤਕੜਾ ਮੈਚ ਲੱਗਿਆ, ਦੋਵੇਂ ਟੀਮਾਂ ਬਹੁਤ ਸੋਹਣਾ ਖੇਡੀਆਂ, ਐਂਡ ਮੈਚ ਸੀ ਯਾਰ, ਬਹੁਤ ਸੋਹਣਾ ਖੇਡੇ ਭਾਊ, ਵਧਾਈਆਂ ਵੀਰੇ, ਬੈਕ ਟੂ ਬੈਕ ਵੱਡੇ ਕੱਪਾਂ ਦੀ ਜੇਤੂ ਟੀਮ ਘੱਟਿਆਂ ਵਾਲੀ, ਗਿੱਦੜ ਪਿੰਡੀ ਦੇ ਕੱਪ ਦੇ